श्री वाहिगुरु धन श्री गुरु नानक साहिब जी महाराज फिरत फिरत प्रभाय परया दो सरनाए नानक की प्रभु बेनती अपनी भक्ति लाए तिन्ने जग जींदे ने दाता ते भगत सूरमा तिन्ने जग जींदे ने दानी ते भगत सूरमा तिन्ने जग जींदे ने दाता ते भगत सूरमा तिन्ने जग दानी ते भगत सूरमा जग जोंदे ने दाता ते भगत सूरमा ने जग जोंदे ने दाता ते भगत सूरमा भगत सूरमा दानी ते भगत सूरमा दानी ते भगत सूरमा दानी ते भगत सूरमा दानी ते भगत सूरमा सत्संग आप सब माई भाई गुरु ग्रंथ साहब महाराज की हजूरी काफी समय तो कथा विचार सुन रहे सी थोड़ा समय बाकी है शब्द विच बोलो ठीक कर स्पीकर तंग इतने आया का समा सफला हो सके आवाज ठीक कर आवाज होर वधा इन चज लंदास बोल लै फिर सारे भाई तीसरे हिस्से सब माइया बीबिया शब्द विच बोलो दानी ते सूरमे तीसरे होंगे ने भगत जग विच जीवंदे तीन अनसान जिहड़े सदा जिंदे रहिंदे ने जिनकी महिमा बड़ी महान पहले जीवंदे हरी के दास भक्त जन दूसरे जीवंदे दानी गुणदास तीसरे जीवंदे हैं ओ जोधे जालम दुष्ट जिन्हां ने सोधे तो तीन किस्म दे सदाई जिंदे ने
जिस दी करनी सदा ही रहिंदी है, कमाई बंदगी जीवन, उहदे तों फिर सेध मिलदी है। चंगे जीवन वाले जिहड़े हो के गए ने दानी भगत सूरमे, उन्हां ने की कीता है ते सानू की करना चाहिदा है। पहले दानी ये हुंदे ने तीन किस्म दे, एक है रजोगुणी दान, दान देना अपना नाम लिखाउणा बोलना दसना मैं दिता है मशहूरी करो। दूसरा दान हुंदा है तमगुणी, देण वाला दे नहीं रहा, लैण वाला जिदी है कहिंदे लैणा जरूर, चलो दे दिता, कोई फल नहीं लोक विच ना परलोक विच। तीसरा दानी सतोगुणी दानी है, उहदा बहुत लाभ बड़ा फल। चौं जुगां विच बड़े बड़े दानी होए ने, सरबंस दानी गुरु महाराज हन, सारा ही परिवार चाहुंदे रख सकदे सी एक दो जिन्ने मर्जी, पर सरबंस दानी। सो दान जिहड़ा है अन्न दान, वस्त्र दान, भूम दान, सेजा दान, नारी दान, ऐसो दान नित नित कीजै। गुरु ग्रंथ साहिब जी कहिंदे ने इह जे दान रोज़ कर, राम नाम सर तो न पजै। सेजा विछाउण वालियां अन्न दान कर, भूम दान धरती, सेजा नारी भूम दान। पिछले समय विच ਕੁਰਕਸ਼ੇਤਰ ਵਿੱਚ ਰਾਜੇ ਆਉਂਦੇ ਹੁੰਦੇ ਅਤੇ ਉਹਨਾਂ ਪੰਡਿਤਾਂ ਨੇ ਕਹਿਣਾ ਵੀ ਰਾਣੀ ਦਾਨ ਕਰੋ, ਆਵਾਜ਼ ਠੀਕ ਕਰ ਹੈ ਕਿ ਰਾਣੀ ਦਾਨ ਕਰੋ, ਸੇਜਾ ਨਾਰੀ ਭੂਮ ਦਾਨ, ਇਹ ਵੀ ਉਹਨਾਂ ਕਰ ਦੇਣਾ। ਐਸੋ ਦਾਨ ਨਿੱਤ ਨਿੱਤੇ ਕੀਜੇ, ਗੁਰੂ ਜੀ ਕਹਿੰਦੇ ਰੋਜ਼ ਕਰੀ ਜਾ। ਔਰ ਇੱਕ ਪਾਸੇ ਇੱਕ ਇਨਸਾਨ ਬੰਦਗੀ ਕਰਦਾ ਹੈ, ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਰਾਮ ਨਾਮ ਸਰ ਤੋ ਨਾ ਪੁੱਛਾ ਉਹਦੇ ਬਰਾਬਰ, ਉਹ ਰੋਜ਼ ਦਾਨ ਕਰਨ ਵਾਲਾ ਵੀ ਨਹੀਂ ਹੋਇਆ ਜਿਹੜਾ ਦਿਨ ਰਾਤ ਸਿਮਰਨ ਕਰਦਾ ਹੈ। ਦੂਸਰੇ ਹੁੰਦੇ ਨੇ ਸੂਰਮੇ, ਇੱਕ ਨਾਲੋਂ ਇੱਕ ਤਕੜਾ ਹੋਵੇ ਯੋਧਾ ਬਲਵਾਨ, ਉਹਨੂੰ ਕਹਿੰਦੇ ਯੋਧਾ ਹੈ, ਇੱਕ ਨੂੰ ਇੱਕ ਨੇ ਢਾ ਲਿਆ। ਦੂਸਰਾ ਹੁੰਦਾ ਮਹਾਬਲੀ, ਉਹ ਦਸਾਂ ਨਾਲੋਂ ਬਲਵਾਨ ਹੁੰਦਾ। ਤੀਸਰਾ ਹੁੰਦਾ ਸੂਰਮਾ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਸਾਹਿਬ ਸਿੰਘ ਪੰਜਵੇਂ ਪਿਆਰੇ ਕਹਿੰਦੇ ਤੁਸੀਂ ਚੱਲੇ ਹੋ ਮੈਦਾਨ 'ਚ, ਜੰਗ ਵਿੱਚ ਚੱਲੇ ਹੋ, 1,25,000 ਤੁਹਾਡੇ ਜੁੰਮੇ ਹੈ। ਬੇਨਤੀ ਕੀਤੀ, ਮਹਾਰਾਜ ਆਪ ਸਮਰੱਥ ਹੋ, ਜਿਵੇਂ ਚਾਹੋ ਕਰਾ ਸਕਦੇ ਹੋ, ਅੱਗੇ ਕਿਹੜੇ ਲੰਮੇ ਪੈ ਵੀ ਵੱਢੀ ਜਾਣਾ ਉਹਨਾਂ ਨੇ, ਉਹਨਾਂ ਕੋਲ ਵੀ ਹਥਿਆਰ ਸਨ, ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਅੱਗੇ, ਕਿਰਪਾ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ। ਇਸੇ ਤਰ੍ਹਾਂ ਹੀ ਉਸਨੇ ਕੀਤਾ। ਗੁਰੂ ਜੀ ਨੇ ਕਿਹਾ ਸੀ 1,25,000 ਸੇ ਏਕ ਲੜਾਓ ਤਵੇ ਗੋਬਿੰਦ ਸਿੰਘ ਨਾਮ ਕਹਾਓ। ਆ ਥੋੜ੍ਹੇ ਦਿਨ ਹੋਏ, ਦਸੰਬਰ ਦਾ ਜਨਵਰੀ ਦਾ ਹੀ ਮਹੀਨਾ ਸੀ, ਇਹੋ ਹੀ ਲਗਭਗ 9-10 ਜਨਵਰੀ ਰਾਜਸਥਾਨ ਦੇ ਦੀਵਾਨ ਸੀ ਅਤੇ ਉੱਥੇ ਟੈਲੀਫੋਨ ਆਇਆ। ਇੱਕ ਬਾਹਮਣਾ ਦਾ ਮੁੰਡਾ ਸ਼ਿਵਪੁਰੀ ਭੂਤਰ ਪਿਆ, ਪੁੱਤਰਿਆ ਤਾਂ ਤੁਸੀਂ ਸਮਝਦੇ ਹੋ, ਨੱਥ ਵਹਿਣ ਕੇ ਨਿਕਲ ਜਾਏ ਤਾਂ ਪਕੜਿਆ ਹੀ ਨਹੀਂ ਜਾਂਦਾ, ਹੁਣ ਪੰਜਾਬੀ 'ਚ ਕਹਿੰਦੇ ਭੂਤਰ ਪਿਆ। ਅਤੇ ਉਹ ਬਾਹਮਣਾ ਦਾ ਮੁੰਡਾ ਭੂਤਰ ਪਿਆ, ਉਹਨੇ ਇੰਟਰਨੈਟ 'ਤੇ ਚਾੜ ਦਿੱਤਾ 1,25,000 ਸੇ ਇੱਕ ਲੜਾਓ ਚਿੜੀਆਂ ਉਸ ਮੈਂ ਬਾਗ ਚੜਾਊਂ, ਅੱਗੇ ਆਪਣਾ ਨਾਂ ਲਿਖ ਦਿੱਤਾ ਵੀ ਤਵੇ ਹੀ ਮੈਂ ਪਤਾ ਨਹੀਂ ਕੀ ਨਾਮ ਕਹਾਂ।
ਤੋ ਮੈਂ ਕਿਹਾ ਦੇਖੋ ਸਿਆਣੇ ਬਜ਼ੁਰਗ ਕਹਿੰਦੇ ਨੇ ਜਦੋਂ ਕੀੜੇ ਦੀ ਮੌਤ ਆ ਜਾਵੇ ਕਾਢਾ ਚਾਰ ਲੱਤਾਂ ਵਾਲਾ ਤੁਸੀਂ ਦੇਖਿਆ ਨਾ ਭਾਦਰੋਂ 'ਚ ਇਹਨੂੰ ਖੰਭ ਨਿਕਲ ਆਉਂਦੇ ਇਹ ਫਿਰ ਉੱਡਦਾ ਅਤੇ ਤਿੱਤਲੀਆਂ ਖਾ ਜਾਂਦੀਆਂ ਇਸ ਤਰ੍ਹਾਂ ਉਹਨੂੰ ਖੰਭ ਨਿਕਲ ਆਏ ਉੱਥੇ ਸਿੱਖ ਨੇ ਅੰਮ੍ਰਿਤਧਾਰੀ ਜਿਵੇਂ ਇੱਥੇ ਨੂੰ ਉੱਥੇ ਬਹੁਤ 26 ਸਾਲ ਹੋ ਗਏ ਉੱਧਰ ਜਾਂਦਿਆਂ ਹਜ਼ਾਰਾਂ ਹਜ਼ਾਰਾਂ ਸਿੱਖ ਇੱਕ ਇੱਕ ਜ਼ਿਲ੍ਹੇ ਵਿੱਚ ਨੇ 1.5 ਲੱਖ ਹੋ ਗਿਆ 10 ਜ਼ਿਲ੍ਹਿਆਂ 'ਚ ਤੋ ਮੈਂ ਪੁੱਛਿਆ ਮੈਂ ਕਿਹਾ ਫਿਰ ਕੀ ਸੋਚਿਆ ਕਹਿੰਦੇ ਜੀ ਘਰ ਨੂੰ ਘੇਰਾ ਪਾ ਲਿਆ 10 ਹਜ਼ਾਰ ਸਿੱਖ ਇਕੱਠਾ ਹੋ ਗਿਆ ਕਹਿੰਦੇ ਇਹਨੂੰ ਪਹਿਲਾਂ ਨਿਬੜ ਹੀ ਲਈਏ ਉਹ ਇਹ ਤਾਂ ਸਿੱਖਾਂ ਦੀ ਜੁੱਤੀ ਵਰਗਾ ਵੀ ਨਹੀਂ ਅਤੇ ਗੱਲਾਂ ਕਿਹਾ ਜੀ ਕਰੀ ਜਾਂਦਾ ਹੈ ਤੋ ਇਹਨੇ ਕਿਉਂ ਦਿੱਤਾ ਇਹ ਲਿਖ ਕੇ ਕਿਉਂ ਆਖਿਆ ਤੋ ਅਮਰਦਾਰੀ ਹੋ ਕੇ ਇਕੱਠੇ ਕੋਈ ਵੀ ਹੈ ਆਪਣੇ ਪਿਓ ਦੀ ਬਦਨਾਮੀ ਕੌਣ ਸਹਿਣ ਕਰੇਗਾ ਭਾਈ ਤੋ ਸਾਡੇ ਧਰਮ ਪਿਤਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੂੰ ਗੱਲ ਕਰਕੇ ਜਾਏ ਕਿੱਥੇ ਸ਼ਹਿਰ 'ਚ ਘੇਰਾ ਇੰਦਰ ਪੁਲਿਸ PAC ਆ ਗਈ ਵੀ ਆਫਤ ਆ ਗਈ ਸ਼ਿਵਪੁਰੀ ਵਿੱਚ 9-10 ਜਨਵਰੀ ਵੀ ਕੀ ਹੋ ਗਿਆ ਕਹਿੰਦੇ ਜੀ ਇਹਨੂੰ ਦੱਸੋ ਕਿੱਥੇ ਹੈ ਇਹ ਲੱਭਦੇ ਫਿਰਦੇ ਆ ਇਹ ਹੋਵੇ ਕੌਣ ਬਾਹਮਣਾ ਦਾ ਮੁੰਡਾ ਜਿਹੜਾ ਕਹਿੰਦਾ ਚਿੜੀਆਂ ਸੇ ਬਾਜ ਤੜਾਉਂ ਸਾਡੇ ਗੁਰੂ ਪਿਤਾ ਜੀ ਨੂੰ ਟਿਚਰਾਂ ਕਰੇ ਮਖੌਲ ਕਰੇ ਘੇਰ ਲਿਆ ਆਲਾ ਦੁਆਲਾ ਸਾਰਾ ਹੀ ਗੱਡੀਆਂ ਮੋਟਰਾਂ ਉਹ ਨਿਕਲ ਗਿਆ ਉਹਨੂੰ ਪਤਾ ਲੱਗ ਗਿਆ ਵੀ ਸਿੱਖ ਇਕੱਠੇ ਹੋ ਰਹੇ ਨੇ ਟੈਲੀਫੋਨ 'ਚ ਕਰਦੇ ਸੀ ਕਿਸੇ ਦੱਸ ਦਿੱਤਾ ਹੁਣ ਉਹ ਦੌੜ ਗਿਆ ਫਿਰ ਉਹ SP ਆ ਗਿਆ ਗੱਡੀਆਂ ਮੋਟਰਾਂ ਆ ਗਈਆਂ ਫਿਰ ਕੀ ਗੱਲ ਹੋਈ ਕਹਿੰਦੇ ਸਾਡੇ ਧਰਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹਨੇ ਗਲਤ ਗੱਲ ਆਖੀ ਹੈ ਇਹ ਕੌਣ ਹੁੰਦਾ ਇਹਨਾਂ 3-13 'ਚੋਂ ਉਸਨੇ ਛਰਜਿਆ ਅਤੇ ਇਹਨੂੰ ਨਹੀਂ ਛੱਡਣਾ ਭਾਈ ਉਹ ਕਹਿੰਦੇ ਫਿਰ ਤੁਸੀਂ ਲਿਖ ਕੇ ਦਿਓ ਸਿੱਖਾਂ ਨੇ ਦਸਤਖਤ ਕਰਕੇ ਦੇ ਦਿੱਤੇ ਸੈਂਕੜਿਆਂ ਨੇ ਉਹਨਾਂ ਥਾਣੇ 'ਚ ਰੱਖ ਲਿਆ ਪੁਲਿਸ ਮਗਰ ਚੜ ਪਈ ਉਹ ਲੱਭਿਆ ਹੀ ਨਹੀਂ ਅਖੀਰ ਗੱਲ ਇੱਥੇ ਮੁੱਕੀ ਇਹ ਗੱਲ ਮੱਧਿਆ ਪ੍ਰਦੇਸ਼ ਦੀ ਹੈ ਐਤਕਈ ਦੀਵਾਨ ਅਤੇ ਰਾਜਸਥਾਨ ਸੀ ਅਤੇ ਉਹ 8 ਕੁ ਪੈਰ ਘੇਰਾ ਪਾਛੜਿਆ ਖਾਲਸਿਆਂ ਨੂੰ ਉਹਦੇ ਘਰ ਨੂੰ ਹੀ ਅਖੀਰ ਇਹ ਗੱਲ ਮੁੱਕੀ SP ਕਹਿੰਦਾ ਕਿ ਮੈਂ ਇਹਨੂੰ 6 ਸਾਲ ਜੇਲ੍ਹ ਵਿੱਚ ਸੁੱਟਾਂਗਾ ਇਹ ਮੇਰੀ ਡਿਊਟੀ ਰਹਿਣ ਦਾ ਸਿੱਖੋ ਆਪੇ ਲੱਭ ਲਾਂਗਾ ਇਹਦੇ ਘਰ ਦੇ ਚੁੱਕਾਂਗੇ ਲਿਖ ਕੇ ਦੇ ਦਿੱਤਾ ਤੋ ਇਹੋ ਜਿਹੇ ਨਾ ਜਦੋਂ ਕੀੜੇ ਦੀ ਮੌਤ ਆਵੇ ਖੰਭ ਨਿਕਲ ਆਉਂਦੇ ਖੰਭ ਉਹ ਉੱਡਦੇ ਤੁਸੀਂ ਵੇਖਿਆ ਭਾਦਰੋਂ 'ਚ ਮੈਂ ਬੜੇ ਵੇਖੇ ਉਹ ਫਿਰ ਤਿੱਤਲੀਆਂ ਖਾਈ ਜਾਂਦੀਆਂ ਇਹ ਜੇ ਸ਼ਨਿਚਰ ਨਾ 3-4 ਨਾ 13-4 ਉੱਥੇ ਦੀਵਾਰ ਚੱਲਦੇ ਸੀ ਉੱਥੇ ਵੀ ਮੈਂ ਦੱਸਿਆ ਮੈਂ ਕਿਹਾ ਸਾਧ ਸਿੰਘ ਜੀ ਜੇ ਤਾਂ ਉਹ ਸੁਧਰ ਗਿਆ ਫੜਿਆ ਗਿਆ ਠੀਕ ਹੈ ਨਹੀਂ ਤਾਂ ਰਾਜਸਥਾਨ 'ਚੋਂ ਵੀ ਚਲੋ 1.5 ਲੱਖ ਸਿੱਖ ਘੇਰ ਲਈਏ ਸ਼ਹਿਰ ਵੇਖ ਲੈਂਦੇ ਭਲਾ ਕਿਹੜਾ ਚਿੜੀਆਂ ਤੋਂ ਬਾਜ ਤੜਾਉਣ ਵਾਲਾ ਭਾਈ ਅੱਜ ਇਹੋ ਜਿਹੇ ਉਹ ਕਹਿੰਦੇ ਜੀ ਮੈਂ ਭੁਲੇਖੇ ਨਾਲ ਇਉਂ ਦੱਬਿਆ ਅਤੇ ਇਉਂ ਪੈ ਗਿਆ ਉਹਨੂੰ ਕਰੀ ਗਿਆ ਤੋ ਅਜੇ ਫੜਿਆ ਨਹੀਂ ਗਿਆ ਜਿੱਦਣ ਜੇਲ੍ਹ 'ਚ ਚਲਿਆ ਗਿਆ ਮੈਂ ਦੱਸ ਦਿਆਂਗਾ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਰਹੇ ਨੇ ਸਾਹਿਬ ਸਿੰਘ ਜੀ ਅਨੰਦਪੁਰ ਸਾਹਿਬ ਇਹ ਕਿਹਾ ਸੀ 1.25 ਲੱਖ ਸੀ ਇੱਕ ਲੜਾਂ ਚਿੜੀਓ ਸੇ ਮੈਂ ਬਾਜ ਤੜਾਉਂ ਤਵੇ ਗੋਬਿੰਦ ਸਿੰਘ ਨਾਮ ਕਾ ਤੋ ਗੁਰੂ ਨਾਨਕ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੀਂ ਪਾਤਸ਼ਾਹੀ ਸਾਡੇ ਸਿੱਖਾਂ ਦੇ ਧਰਮ ਪਿਤਾ ਤੋ ਕੋਈ ਪਿਤਾ ਵਾਲ ਉਂਗਲੀ ਕਰੇ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਮੁੰਡੇ ਕਿਵੇਂ ਚੜ੍ਹ ਜਾਂਦੇ ਨੇ ਵੀ ਪਿਓ ਦੀ ਪੱਗ ਵਾਲਾ ਹੱਥ ਤਾਂ ਕਰ ਜਾਣਾ ਵੀ ਵੱਡਿਆ ਕਿਵੇਂ ਜਾਂਦਾ ਤੋ ਸਿੱਖ ਤਾਂ ਫਿਰ ਤੁਸੀਂ ਜਾਣਦੇ ਹੀ ਵੀ ਸਿੱਖ ਹੀ ਹੁੰਦੇ ਨੇ ਤੋ ਕਹਿ ਰਹੇ ਨੇ ਸਾਹਿਬ ਸਿੰਘ ਨੇ ਤੋ ਉਹਨੇ ਅਰਜ਼ ਕੀਤੀ ਮਹਾਰਾਜ ਆਪ ਜੀ ਦੀ ਕਿਰਪਾ ਚਾਹੀਦੀ ਹੈ ਚਮਕੌਰ ਸਾਹਿਬ ਦੀ ਗੱਲ ਹੈ ਇਹ ਆਪ ਉਹਦਾ ਮਹੀਨਾ ਜਿਹੜਾ ਲੰਘਿਆ ਸਾਰਾ ਸ਼ਹੀਦੀਆਂ ਨਾਲ ਭਰਿਆ ਪਿਆ ਤਦੇ ਹੀ ਪੋਹ ਦੇ ਮਹੀਨੇ ਵਿੱਚ ਸਿੱਖ ਵਿਆਹ ਨਹੀਂ ਰੱਖਦੇ ਵੀ ਅਫਸੋਸ ਦਾ ਮਹੀਨਾ ਸਿੱਖਾਂ ਨੂੰ ਤਸੀਹੇ ਬੜੇ ਮਿਲੇ ਇਸ ਮਹੀਨੇ ਵਿੱਚ ਪੰਜਾਬ ਤੁਸੀਂ ਸੁਣਿਆ ਹੋਣਾ ਫਤਿਹਗੜ੍ਹ ਸਾਹਿਬ ਆਸੇ ਪਾਸੇ ਐਵੇਂ ਹੈਣ ਤਾਂ ਸਾਡੇ ਹੀ ਭਰਾ ਜਿੰਨੇ ਕੁ ਉਹਨਾਂ ਦੇ ਸਾਹਿਬਜ਼ਾਦੇ ਮੰਨਦੇ ਨੇ ਅਸੀਂ ਵੀ ਮੰਨਦੇ ਹਾਂ ਗੱਲ ਤਾਂ ਇੰਨੀ ਹੈ
ਉਹ ਮੰਜੀ 'ਤੇ ਨਹੀਂ ਸੌਂਦੇ ਮਹੀਨਾ ਸਿੱਖ, ਅਫਸੋਸ ਦਾ ਮਹੀਨਾ ਹੈ ਭਾਈ, ਨਾ ਵਿਆਹ ਰੱਖਦੇ, ਕਿਸੇ ਨੂੰ ਨਹੀਂ ਰੱਖਣਾ ਚਾਹੀਦਾ ਪਹੁੰਚ, ਇਹਦੇ ਸ਼ਹੀਦੀਆਂ ਨਾਲ ਹੀ ਭਰਿਆ ਪਿਆ, ਹੁਣ ਹੀ ਨੰਗਿਆ ਨਾ, ਅਤੇ ਇਸ ਕਰਕੇ ਮਠਿਆਈਆਂ ਨਹੀਂ ਬਣਾਉਂਦੇ, ਇਹੋ ਜਿਹਾ ਕੁਛ ਨਹੀਂ ਕਰਦੇ ਭਾਈ। ਸਿੱਖ ਸ਼ਹੀਦ ਹੋਏ ਨੇ ਸਾਹਿਬਜ਼ਾਦੇ, ਬਹੁਤ ਕੁਛ ਗੁਰੂ ਘਰ ਨਾਲ ਹੋਇਆ ਇਸ ਮਹੀਨੇ ਵਿੱਚ। ਅਨੰਦਪੁਰ ਸਾਹਿਬ ਜਦੋਂ ਗੁਰੂ ਜੀ ਨੇ ਛੱਡਿਆ, ਅੱਠ ਮਹੀਨੇ ਘੇਰਾ ਪਿਆ ਰਿਹਾ, ਅੱਠ ਮਹੀਨੇ ਬਹੁਤ ਹੁੰਦਾ, ਜਿਵੇਂ ਲੰਗਰ ਆਪਾਂ ਕਹਿੰਦੇ ਵਾਧੇ ਪਾ ਗਿਆ, ਮੁੱਠ ਛੋਲੇ ਮਿਲਦੇ ਸੀ ਹੋਵੇ, ਚੱਲ ਵਸਿਆ ਕੰਮ, ਦਰਖਤਾਂ ਦੀਆਂ ਛਿਲੜਾਂ ਪੱਤੇ ਉਬਾਲ ਕੇ ਸਿੱਖਾਂ ਨੇ ਪਾਣੀ ਵਿੱਚ ਵੀ ਛਕ ਲਿਆ। ਮਹਾਰਾਜ ਪੁੱਛਦੇ ਨੇ ਭਾਈ ਆ ਦਰਖਤਾਂ ਦੀਆਂ ਛਿਲੜਾਂ ਜਾਣਦੇ ਸਭ ਨੇ, ਪਰ ਜੇ ਨਾ ਪੁੱਛਦੇ ਫਿਰ ਕਥਾ ਨਹੀਂ ਸੀ, ਪਤਾ ਨਹੀਂ ਸੀ ਲੱਗਣਾ ਸਾਨੂੰ ਵੀ ਕੀ ਗੱਲ ਹੈ, ਚੁੱਪ ਕਰਕੇ ਐਂ ਦੇਖ ਕੇ ਆ ਜਾਂਦੇ। ਪੁੱਛਿਆ ਕਿੱਧਰ ਗਈਆਂ, ਮਹਾਰਾਜ ਆਪ ਜੀ ਦੇ ਸਿੱਖਾਂ ਨੇ ਪਾਣੀ ਵਿੱਚ ਉਬਾਲ ਉਬਾਲ ਕੇ ਛਕ ਲਈਆਂ। ਅੱਛਾ, ਕਹਿੰਦੇ ਬੰਦ ਕਰੋ, ਦਰਖਤਾਂ ਦੀਆਂ ਛਿਲੜਾਂ ਚੰਗੀਆਂ ਨਹੀਂ ਹੁੰਦੀਆਂ, ਪਾਣੀ ਵੀ ਬੰਦ ਕਰ ਦਿੱਤਾ ਬਾਈ ਧਾਰ ਦੇ ਰਾਜੇ ਨੇ, ਜਿਨ੍ਹਾਂ ਦੇ ਦਾਦੇ ਜਿਨ੍ਹਾਂ ਦੇ ਬਜ਼ੁਰਗ ਗੁਰੂ ਹਰਗੋਬਿੰਦ ਮਹਾਰਾਜ ਨੇ ਗਵਾਲੀਅਰ ਕਿਲ੍ਹੇ 'ਚੋਂ ਬਾਂਦਰਾਂ ਨੂੰ ਵੱਧੇ ਸੀ, ਉੱਥੇ ਤਮਾਂ ਦੇ ਨਾਲ 52 ਛੜਾਏ, 52 ਕਲੀ ਦਾ ਚੋਲਾ, ਕਢਾਣੀ ਸਾਹਿਬ ਰਾੜਾ ਸਾਹਿਬ ਦੇ ਉਰਲੇ ਪਾਸੇ ਸ਼ੀਸ਼ੇ ਵਿੱਚ ਸੰਗਤਾਂ ਦਰਸ਼ਨ ਕਰਦੀਆਂ, ਉਹਨਾਂ ਦੇ ਪੋਤਰਿਆਂ ਨੇ ਅੱਤ ਚੁੱਕੀ ਹੋਈ ਹੈ, ਗੁਰੂ ਮਹਾਰਾਜ ਦੇ ਹੱਲੇ 'ਤੇ ਹੱਲਾ ਲਈ ਆਉਂਦੇ ਨੇ, ਕਦੀ ਇੱਧਰੋਂ ਕਦੀ ਇੱਧਰੋਂ, ਹੋਰ ਵੀ ਰਲ ਕੇ ਨਾਲ। ਅੱਠ ਮਹੀਨੇ ਬੜਾ ਜ਼ਬਰਦਸਤ ਘੇਰਾ ਰਿਹਾ। ਔਰੰਗਜ਼ੇਬ ਨੇ ਕੁਰਾਨ ਸ਼ਰੀਫ ਦੀਆਂ ਜਿਲਦ 'ਤੇ ਸਮਾਂ ਖਾਧੀਆਂ ਲਿਖ ਲਿਖ ਕੇ, ਜੇ ਤੁਸੀਂ ਕਿਲ੍ਹਾ ਛੱਡ ਦਿਓ, ਫੌਜ ਐਵੇਂ ਜਿੱਦ ਕਰੀ ਜਾਂਦੀ ਮਾੜੀ ਜਿਹੀ ਗੱਲ ਕੁਛ ਨਹੀਂ, ਅਸੀਂ ਸਹੁੰ ਖਾਂਦੇ ਹਾਂ ਵੀ ਤੁਹਾਡੇ 'ਤੇ ਕੋਈ ਹੱਥ ਨਹੀਂ ਚੁੱਕਾਂਗੇ, ਬਿਲਕੁਲ ਨਹੀਂ। ਪੰਮਾ ਵਜ਼ੀਰ ਬਾਈ ਧਾਰ ਦੇ ਰਾਜਿਆਂ ਦਾ, ਤਾਂ ਇਸ ਨੇ ਵੀ ਆਟੇ ਦੀ ਬਣਾ ਲਈ ਗਾਂ, ਥਾਲੀ 'ਚ ਲਈ ਰੱਖ, ਫੁੱਲ ਰੱਖ ਲਏ, ਇਹ ਵੀ ਸਹੁੰ ਖਾਂਦਾ ਗਾਈਂ ਦੀ। ਸੱਚੇ ਪਾਤਸ਼ਾਹ ਤੁਸੀਂ ਚਲੇ ਜਾਓ, ਇਹ ਬਾਈ ਧਾਰ ਦੇ ਰਾਜੇ ਸਹੁੰ ਖਾਂਦੇ ਨੇ ਸਹੁੰ, ਅਤੇ ਕੋਈ ਹੱਥ ਨਹੀਂ ਚੁੱਕੇਗਾ। ਗੁਰੀ ਕਹਿੰਦੇ ਜਦੋਂ ਅਕਾਲ ਪੁਰਖ ਪਿਤਾ ਦਾ ਹੁਕਮ ਹੋਏਗਾ ਚਲੇ ਜਾਵਾਂਗੇ ਭਾਈ, ਅਜੇ ਤਾਂ ਇੱਥੇ ਹੀ ਠੀਕ ਹੈ। ਉਹਨਾਂ ਦਿਨਾਂ ਵਿੱਚ ਹੀ 40 ਸਿੱਖਾਂ ਨੇ ਲਿਖਿਆ ਸੀ ਨਾ ਵਧਾਵਾ, ਫਿਰ ਖਤਰਾਣੇ ਦੀ ਢਾਬ ਦੇ ਉਰਲੇ ਪਾਸੇ 150 ਮਿਲ ਗਿਆ, ਹੋਰ ਮਾਝੇ ਦਾ 190 ਹੋ ਗਿਆ ਸੀ। ਇਹਨਾਂ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਭਰਾ ਰਾਏ ਸਿੰਘ ਵੀ ਸੀ ਵਧਾਵਾ ਲਿਖਣ ਵਾਲਾ, ਇਹ 12 ਭਰਾ ਸਨ। ਇੱਕ ਤਾਂ ਵਖਾਰ ਨਾਲ ਚੜ੍ਹਾਈ ਕਰ ਗਿਆ ਅਤੇ 11 ਹੋਏ ਸ਼ਹੀਦ। ਫਿਰ ਮਨੀ ਸਿੰਘ ਜੀਆਂ ਦੇ ਬੇਟੇ ਪੋਤਰੇ, 10 ਪੁੱਤਰ 7 ਪੋਤਰੇ 11 ਭਰਾ, 28 ਜੀ ਇੱਕ ਪਰਿਵਾਰ ਦੇ ਸ਼ਹੀਦ ਹੋਏ ਨੇ, 28 ਕਿੰਨੀਆਂ ਸ਼ਹੀਦੀਆਂ ਨੇ ਸਿੱਖਾਂ ਦੀਆਂ, ਉਹ ਆਪਣੇ ਹੀ ਸਨ, ਬਜ਼ੁਰਗ ਹੀ ਸਨ, ਕੋਈ ਬਗਾਨੇ ਥੋੜ੍ਹੇ ਸਨ। ਹੁਣ ਭਗਤ ਨਾਮਦੇਵ ਜੀ ਲੈ ਲਓ, ਛੀਂਬਿਆਂ ਦੇ ਥੋੜ੍ਹੀ ਨੇ, ਸਾਡੇ ਵੀ ਨੇ ਭਾਈ, ਭਗਤ ਹੋਏ ਸੰਤ ਹੋਏ ਸ਼ਹੀਦ ਹੋਏ ਸਾਂਝੇ ਹੀ ਹੁੰਦੇ ਨੇ ਸਾਰਿਆਂ, ਵੰਡੀਆਂ ਪਾਲਣੀਆਂ ਆਪਣੀ ਗਲਤੀ ਹੈ। ਕੇਪਟ ਪਾਂਡਾ ਕਿਸੇ ਨਾ ਕੋਈ, ਕੋਈ ਕਹਿ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਮੇਰੇ ਇਕੱਲਿਆਂ ਦਾ ਹੀ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਉਹ ਵੀ ਸਾਂਝੇ ਹੀ ਨੇ ਭਾਈ, ਸਾਰਿਆਂ ਦੇ ਇੱਕੋ ਜਿਹੇ ਨੇ। ਕੇਪਟ ਪਾਂਡਾ ਕਹੇ ਨਾ ਕੋਈ, ਐਸਾ ਭਗਤ ਵਰਨਵੇ ਹੋਏ, ਤੇਰੇ ਨਾਮ ਨਿਵੇ ਰਹੇ ਲਿਵ ਲਾਏ, ਨਾਨਕ ਤਿੰਦਰ ਭੀਖਿਆ ਪਾਏ। ਪੁਰਾਣੇ ਸਮੇਂ ਵਿੱਚ ਮਸਕਾਂ ਹੁੰਦੀਆਂ ਚੰਮ ਦੀਆਂ, ਕੱਚੇ ਭਾਂਡੇ ਹੁੰਦੇ, ਹੁਣ ਤਾਂ ਸਮਾਂ ਹੀ ਬਦਲ ਗਿਆ, ਖੂਹਾਂ ਦੀਆਂ ਟਿੰਡੀਆਂ ਟਿੰਡਾਂ ਕੱਚੀਆਂ ਹੁੰਦੀਆਂ ਸੀ, ਇਹਨਾਂ ਵਿੱਚ ਘਿਓ ਹੁੰਦਾ, ਉਹ ਕੋਈ ਨਹੀਂ ਕਹਿੰਦਾ ਘਿਓ ਨੂੰ ਮਾੜਾ, ਭਾਵੇਂ ਉਹ ਕਿਸੇ ਜੇ ਵੀ ਕਿਸੇ ਵੀ ਘਰ ਦਾ ਹੈ, ਹੁਣ ਵੀ ਇਸ ਤਰ੍ਹਾਂ ਹੀ ਚੱਲਦਾ, ਕਿੱਥੋਂ ਘਿਓ ਲਿਆਏ ਹਾਂ ਜੀ ਫੈਕਟਰੀ 'ਚੋਂ, ਅੱਛਾ ਉੱਥੇ ਦੁੱਧ ਸਾਰੇ ਅੰਮ੍ਰਿਤਧਾਰੀਆਂ ਦਾ ਹੀ ਜਾਂਦਾ ਕਿ ਹੋਰ ਕਿਸੇ ਦਾ ਤਾਂ ਨਹੀਂ ਜਾਂਦਾ, ਨਹੀਂ ਸਾਰਿਆਂ ਦਾ ਜਾਂਦਾ, ਤਾਂ ਫਿਰ ਉਹ ਚੰਗਾ ਹੀ ਕਿਹਾ ਜਾਂਦਾ, ਭਾਵੇਂ ਕਿਤੋਂ ਦਾ ਵੀ ਹੋਵੇ, ਕਿਤੋਂ ਵੀ ਲੈ ਜਾਂਦਾ ਹੋਵੇ ਠੀਕ ਜਰਾ।
सौखा समझना होवे आ जिवें बर्फी लै आउने शहरों गुरुद्वारे अच्छा ये दुध पाई मुसलमाना दा अमृतधारियां दा हिंदुआ दा ईसाइया दा किहदा दुध गया सी हलवाई की दुकान ते जिहदी बर्फी लै आउंदी चुप कोई जवाब नहीं अच्छा जिन्हें वह बनाई रगड़ा जा ला के नितनेमी सी कुछ भी नहीं पुछया बस लै आउंदी इस तरह भगतां दी याद कोई नहीं पुछदा जिवें तुसीं बर्फी खरीदन लगे आ यह नहीं पुछदे भी दुध कित्थों आया से बस बहुता पिछे नहीं जाते इस तरह भगतां दी जात नहीं पुछी जाती ये कित्थों दे ने ये कौन ने की इन्हां दी जात है फिर आपां गल करांगे ऐसा कुछ नहीं है के पट पांडा कहे न कोई ऐसा भगत वर्ण में होए ये होंदे ने चार किस्म दे बंदगी करते ने भगती करते ने अरदास करते ने हे प्रभु आ मिल जे आ मिल जे आ मिल जे लोड़ा बहुत होंदिया ने धर्म भी है कि पूरियां करे सारे दिया तो परमेश्वर दे देंदा दूसरे उन्हां दी इदू जरा सोची चंगी होंदी ज़्यादा होंदी वह भी नाम जपते ने सवेरे भी उठते ने भजन भी करते ने माला भी फेरते ने वो कहते महाराज इतने तो टाइम पास हो ही जाना इतों की कोई गल नहीं है दुनिया की कि गल समा लंघ जाना पर अगे परलोक परे लोग जिथे किसी की पहुँच नहीं उत्थे सुखी रहीए रूह ना इधर उधर धक्के खाती फिरे इस करके असी बंदगी करते हैं तीसरे लोग वो ने भगत लोग सिमरन करते ने भजन पाठ नेम नाल वो होर कुछ नहीं मंगते महाराज के दर्शन मंगते ने बस दर्शन मंगू दे प्यारे तुम्हारी सेवा कौन कौन ना तारे एक दर्शन बख्शो माई चरण गुर मीठे वड्डे भाग देवे परमेश्वर कोटपला दर्शन गुर डीठे जिह जिह जी भावना जिनी जिनी श्रद्धा जिनी जिनी सोची जिनी जिनी बंदगी जिनी जिनी सेवा उन्हू फिर वह दर्शनों का फल मिलता जिन्हों दिया निजता ही होर सी उन्हों जे हो के गुरु साहब मिले तो चौथे होंगे ने मिले हुए कुछ करना धरना बाकी नहीं है कि उन्होंने कुछ बाकी रह गया प्रिंसीपल ने स्कूलों में बच्चों निक्किया निक्किया नूं उड़ा उड़ा कहो काखा कहो अलफ बेटे पढ़ाते ने उन्हों तो जरूरत नहीं तो मुखी ने भाई क्यों पढ़ाते वो पाते ने छोटे पढ़ाएंगे सवाल भी दसणगे इसी तरह ही मिले हुए ने वो जड़े मिले हुए ने उन्होंने भी ये काम जड़े ने जोड़े चढ़ लग गए छोटे मोटे काम होर सेवा गुरु घर की वह भी करते ही रहते साढ़े वालों देख के होर भी लग जाए भी ये कर देने भाई गुरमुख लोग सगों ज़्यादा गुरु घर में जाते हैं ज़्यादा पाठ करते हैं ज़्यादा नाम जपते ज़्यादा सेवा करते हैं इन्नी भी लो छड़ के बह गए असं तो हूँ बन गया भगत सानू तो लौड़ ही नहीं है भाई बाबा बुढ़ा साहब जी ब्रह्म ज्ञानी सन वो तो आखिरी दिन तक सेवा करते रहे घा भी खोतते रहे पट्ठे भी पाते रहे उन्होंने तो छड़ी नहीं भाई साहब भाई गुरदास आखिरी तक सेवा सिमरन कथा विचार करते ही रहे गुरु अंगद साहब महाराज 2 साल ते गुरु नानक जी के चरणों में बड़ी सेवा की तो ये जिहड़े वड्डे वड्डे भगत होए ने तत् वेते होए ने ब्रह्म ज्ञानी होए ने इन्हां सगों ज़्यादा सेवा की है ज़्यादा ध्यान दिता इस गल पर अजकल सत्संग गल्लां नहीं अजकल तो बस किते किते ते ठीक है किते किते इहो जिहा हथ नहीं लाउंदे कहिंदे मैं प्रधान हाँ गुरुद्वारे दा मैं तो रोब चाड़ांगा कानून बनावांगा हुक्म सुनाऊ अहंकार अहंकार हत्ती कख नहीं करना तदे ही खाली रह जाते जदों दुनिया तो जाते ने कि उन्होंने को बंदगी की सेवा सेवा तो हाथ भी नहीं लाते महाराजा रणजीत सिंह ने श्री अखंड पाठ कराया
ਅਤੇ ਅਰਦਾਸ ਅਕਾਲੀ ਫੂਲਾ ਸਿੰਘ ਜੀ ਪਹਿਲਾਂ ਗ੍ਰੰਥੀ ਰਹੇ ਫਿਰ ਫੌਜ ਵਿੱਚ ਮੁਖੀ ਵੀ ਰਹੇ ਹਜ਼ਾਰਾਂ ਦੇ ਹੁੰਦੇ ਨਾ ਵਿੱਚ ਵਿੱਚ ਮੇਨ। ਅੱਛਾ ਤੁਸੀਂ ਅਰਦਾਸ ਕਰੋ, ਉਹਨਾਂ ਅਰਦਾਸ ਕਰ ਦਿੱਤੀ, ਟਹਿਲ ਪਾਣੀ ਸਿੱਖਾਂ ਸੇਵਕਾਂ ਦਾ, ਦਾਣਾ ਪਾਣੀ ਗੁਰੂ ਦਾ, ਟਹਿਲ ਸਿੱਖਾਂ ਸੇਵਕਾਂ ਦੀ। ਰਣਜੀਤ ਸਿੰਘ ਕਹਿੰਦੇ ਜੀ ਸਿੰਘ ਸਾਹਿਬ ਅਤੇ ਮੈਂ ਕਿ ਤੁਸੀਂ ਹੱਥ ਹਿਲਾਇਆ, ਤੁਸੀਂ ਤਾਂ ਬੈਠੇ ਹੀ ਰਹੇ ਆਕੜ ਕੇ। ਉਦੋਂ ਰਣੇ ਰਾਜੇ ਦੀ ਕੋਈ ਪਰਵਾਹ ਨਹੀਂ ਸੀ ਕਰਦੇ ਹੁੰਦੇ, ਗ੍ਰੰਥੀਆਂ ਸਿੰਘਾਂ ਦਾ ਬੜਾ ਕਦਰ ਪੀਏ। ਬਾਬਾ ਜੀ ਨੇ, ਗ੍ਰੰਥੀ ਸਿੰਘ ਸਾਹਿਬ ਨੇ ਐਂ ਕਹਿ ਦਿੱਤਾ, ਮੰਨਣਾ ਹੀ ਮੰਨਣਾ। ਰਣਜੀਤ ਸਿੰਘ ਨੇ ਇੱਕ ਵਾਰੀ, ਇੱਕ ਬੀਬੀ ਸੀ ਲਾਹੌਰ, ਉਹਦਾ ਨਾਂ ਸੀ ਮੋਰਾ, ਉਹ ਨੱਚਦੀ ਬੜਾ ਅਤੇ ਉਹ ਨਚਾਈ ਲਾਹੌਰ, ਅਤੇ ਕਾਲੀ ਫੂਲਾ ਸਿੰਘ ਨੇ ਸਨਾਨ ਘੱਲਿਆ। ਕਹਿੰਦੇ ਰਣਜੀਤ ਸਿੰਘ ਜੀ ਇਹ ਕੰਮ ਬੰਦ ਕਰੋ। ਕਹਿੰਦੇ ਰਾਜੇ ਐਸੇ ਹੀ ਕਰਤੇ ਹੈ। ਕਹਿੰਦੇ ਫਿਰ ਤੈਨੂੰ ਦੱਸ ਦਿਆਂ ਵੀ ਸਿੱਖ ਕੈਸੇ ਕਰਤੇ ਹੈ, ਇਹ ਵੀ ਵੇਖ ਲੈ। ਗ੍ਰੰਥੀ ਸਿੰਘ ਸਨ, ਉਹ ਗੁਰਮੁਖ ਕੀਤੇ ਸਿੱਖ ਇਕੱਠੇ। ਕਹਿੰਦੇ ਦੇਖੋ ਭਾਈ ਰਣਜੀਤ ਸਿੰਘ ਗਿਆ ਵਿਗੜ, ਇਹਨੇ ਨੱਚਣ ਵਾਲੀ ਨਚਾਈ ਉੱਥੇ ਲਾਹੌਰ, ਅਤੇ ਸਿੱਖ ਕੀ ਇਹ ਬੀਬੀਆਂ ਨਚਾਉਣ ਕਰਨਗੇ? ਗੱਲ ਤਾਂ ਭਾਈ ਮਾੜੀ ਹੈ ਜੀ, ਦੱਸੋ ਹੁਕਮ ਕੀ ਹੈ ਗ੍ਰੰਥੀ ਸਿੰਘ ਦਾ? ਕਹਿੰਦੇ ਜੀ 500 ਰੁਪਈਆ ਰੋਜ਼ ਆਉਂਦਾ ਇਹਦਾ, ਅਰਦਾਸ ਹੁੰਦੀ ਅੰਮ੍ਰਿਤਸਰ, ਅੱਜ ਤੋਂ ਬੰਦ ਨਹੀਂ ਹੋਏ 7 ਵਜੇ। ਫੌਜੀਆਂ ਨੂੰ ਸਲਾਹ ਦੇ ਦਿਓ, ਸਾਰੀ ਸਿੰਘਾਂ ਦੀ ਫੌਜ, ਕੋਈ ਇਸ ਨੂੰ ਫਤਿਹ ਨਹੀਂ ਬੁਲਾਏਗਾ, ਇਹ ਵੀ ਬੰਦ। ਕਹਿੰਦੇ ਠੀਕ ਹੈ ਜੀ, ਕੋਈ ਇਹਦੇ ਭਲੇ ਦੀ ਅੱਜ ਤੋਂ ਅਰਦਾਸ ਨਹੀਂ ਹੋਏਗੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਕਹਿੰਦੇ ਠੀਕ ਹੈ ਜੀ। ਅਗਲੇ ਦਿਨ ਅਰਦਾਸ ਨਹੀਂ ਹੋਈ ਅੰਮ੍ਰਿਤਸਰ ਦੀ, ਨਹੀਂ ਚੜ੍ਹਦੀ ਕਲਾ ਦੀ ਰੋਜ਼, ਨਾ ਦੇਗ, ਨਾ ਪ੍ਰਸ਼ਾਦ, ਨਾ ਅਰਦਾਸ। ਜਿਹੜਾ ਫੌਜੀ ਆਵੇ ਐਂ ਲੰਘ ਜਿਵੇਂ ਰੁੱਸਿਆ ਹੁੰਦਾ, ਕੋਈ ਫਤਿਹ ਨਾ, ਕੋਈ ਪਰਵਾਹ ਹੀ ਨਹੀਂ ਰਾਜੇ ਦੀ, ਵੀ ਹੁੰਦਾ ਹੀ ਕੌਣ, ਇਹ ਕੀ ਹੋ ਗਿਆ ਸਾਰਿਆਂ ਨੂੰ? ਕਹਿੰਦੇ ਜੀ ਗ੍ਰੰਥੀ ਸਿੰਘ ਨੇ ਹੁਕਮਨਾਮਾ ਜਾਰੀ ਕਰਤਾ। ਉਹ ਅੱਜ ਕੱਲ੍ਹ ਵਰਗੇ ਨਹੀਂ ਸੀ, ਜੀਵਨ ਦੇ ਬੜੇ ਉੱਚੇ ਸੀ, ਲੋਕ ਮੰਨਦੇ ਸੀ, ਥਰ ਥਰ ਕੰਬਦੇ ਸੀ। ਕਹਿੰਦੇ ਜੀ ਹੁਕਮਨਾਮਾ ਹੋ ਗਿਆ ਜੀ, ਗ੍ਰੰਥੀ ਸਿੰਘ ਨੇ ਕੋਈ ਫਤਿਹ ਨਹੀਂ ਬੁਲਾਇਆ, ਗਲਤੀ। ਹੁਣ ਫਿਰ ਸਿੰਘ ਸਾਹਿਬ ਨੇ ਕਹਿਤਾ, ਰਾਜੇ ਐਸੇ ਕਰਤੇ ਹੈ ਤੋ ਸਿੱਖ ਐਸੇ ਕਰਤੇ ਹੈ। ਅੱਛਾ, ਕਹਿੰਦਾ ਮੈਨੂੰ ਮਾਫ਼ੀ ਮਿਲ ਜਾਏਗੀ? ਹਾਂ, ਕਹਿੰਦੇ ਕੁੱਟਾਂਗੇ ਤੈਨੂੰ, ਆ ਜਾ ਅੰਮ੍ਰਿਤਸਰ। ਕਾਲ ਤਖ਼ਤ ਆ ਗਿਆ, ਕਹਿੰਦੇ ਐਂ ਕਰੋ ਵੀ ਇਹ ਵਿਗੜਿਆ ਸੀ, ਇਹ ਬੀਬੀ ਨਚਾਉਂਦਾ ਸੀ, ਆ ਜਿਹੜੇ ਹੁਣ ਨਚਾਉਂਦੇ ਫਿਰਦੇ, ਇਹਨਾਂ ਰੱਬੀ ਕੁੱਟੂਗਾ, ਇਹਨਾਂ ਬੰਦਿਆਂ 'ਤੇ ਲੜ ਪੈਣਾ, ਨਾ ਸਿੱਖ ਨਹੀਂ ਇਹ ਕੰਮ ਕਰਦੇ ਹੁੰਦੇ। ਤੋ ਹੁਕਮਨਾਮਾ ਜਾਰੀ ਹੋ ਗਿਆ, ਕਹਿੰਦੇ ਬੰਦੋ ਇਹਨੂੰ ਦਰਖਤ ਦੇ ਨਾਲ, ਬਸ ਕਛਹਿਰਾ ਰਹਿ ਗਿਆ, ਕੱਪੜੇ ਲੈ ਲਾ। ਅਜੇ 2 ਹੀ ਵੱਜੀਆਂ, ਜ਼ਿਆਦਾ ਨਹੀਂ ਵੱਜੀਆਂ ਰਣਜੀਤ ਸਿੰਘ ਦੇ, 2 ਹੀ ਵੱਜੀਆਂ। ਕਾਲੀ ਫੂਲਾ ਸਿੰਘ ਜੀ ਕਹਿੰਦੇ ਸਿੰਘ ਸਾਹਿਬ ਰਹਿਣ ਦਿਓ, ਇਹਨੂੰ ਇੰਨੀਆਂ ਹੀ ਬੜੀਆਂ ਨੇ। ਕਹਿੰਦੇ ਹੁਣ ਦੱਸ ਰਣਜੀਤ ਸਿੰਘ, ਰਾਜੇ ਕੈਸੇ ਕਰਤੇ ਹੈ? ਹੱਥ ਜੋੜੇ ਬਖਸ਼ ਲਓ, ਸਿੱਖੋ ਬਖਸ਼ ਲਓ, ਤੈਨੂੰ ਦੱਸਦੇ ਸਿੱਖ ਕੈਸੇ ਕਰਤੇ ਹੈ, ਤਾਂ ਹੀ ਸਿੱਖ ਰਾਜ ਕਾਇਮ ਹੋਇਆ ਨਾ। ਮਾੜੀ ਜਿਹੀ ਗਲਤੀ ਦੇਖੀ, ਘੱਟ ਵਰੰਟ ਦਿੰਦੇ ਖਾਲਸੇ ਤੋ, ਆ ਬਤਾਓ ਫਿਰ ਰਣਜੀਤ ਸਿੰਘ ਜੀ ਰਾਜੇ ਕੈਸੇ ਕਰਤੇ ਹੈ, ਬੀਬੀਆਂ ਨਚਾਤੇ ਹੈ? ਕਹਿੰਦਾ ਜੀ ਨਹੀਂ, ਕਦੇ ਵੀ ਨਹੀਂ। ਉਹਨੇ ਸਨਾਹ ਕਰ ਲਿਆ ਰਣਜੀਤ ਸਿੰਘ ਨੂੰ ਵੀ ਮੈਨੂੰ ਪੈਸੇ ਬੜੇ ਮਿਲੇ ਸੀ, ਰਾਜਿਆਂ ਕੋਲ ਪੈਸੇ ਬੜੇ ਹੁੰਦੇ, ਮੈਂ ਆਵਾਂ ਨੱਚਣ। ਕਹਿੰਦੇ ਰਾਜ ਹੀ ਮਾਰੀ ਜਾਏਗੀ, ਪਹਿਰਾ ਲਾ ਦਿੱਤਾ, ਜੇ ਇੱਧਰ ਮੂੰਹ ਕਰੇ ਵੱਢ ਦਿਓ ਇਹਨੂੰ। ਉਹ ਮੈਨੂੰ ਪਈਆਂ ਉੱਥੇ ਕੱਪੜੇ ਲਾ ਕੇ ਕੁੱਟਿਆ ਸਿੱਖਾਂ ਨੇ, ਰਾਜਾ ਸੀ ਸਿੱਖਾਂ ਦਾ, ਮੇਰਾ ਤਾਂ ਲਿਹਾਜ਼ ਨਹੀਂ ਕੀਤਾ, ਅਤੇ ਤੈਨੂੰ ਛੱਡ ਦੇਣਗੇ, ਤੂੰ ਘਰੇ ਹੀ ਹੁਣ ਨਾਚ ਕਰਿਆ ਕਰ ਆਪਣਾ। ਤੋ ਰਾਜੇ ਐਸੇ ਕਰਦੇ ਹੈ ਤੋ ਸਿੱਖ ਐਸੇ ਕਰਦੇ ਹੈ। ਵਿਚਾਰ ਹੋ ਰਹੀ ਸੀ ਚੌਥੇ ਕਿਸਮ ਦੇ ਖਾਲਸੇ ਸਿੱਖ, ਸਗੋਂ ਜ਼ਿਆਦਾ ਬੰਦਗੀ, ਜ਼ਿਆਦਾ ਸਿਮਰਨ, ਜ਼ਿਆਦਾ ਸੇਵਾ, ਜ਼ਿਆਦਾ ਭਜਨ ਪਾਠ, ਉਹਨਾਂ ਦਾ ਤਾਂ ਕਰਨਾ ਤਰਨਾ ਕੋਈ ਬਾਕੀ ਹੈ ਹੀ ਨਹੀਂ। ਤਦੇ ਇਉਂ ਦੱਸਿਆ ਹੈ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰੀਏ ਮਾਣ ਪਾਈਦੇ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰੀਏ ਮਾਣ ਪਾਈ। ਸੇਵਾ ਕਰੀਏ ਮਾਣ ਭਾਈ, ਨਾਮ ਜਪੀਏ
करिए जी मान पाई दे सेवा करिए जी मान पाई दे सेवा करिए जी मान पाई दे सेवा करिए जी मान पाई दे महाकरणी सुखसार प्यार सतगुरु सेवा दुख दूर होंदे कई किस्म का दुख है। एक है जन्म का दुख, मर मर जमे बहुत सजाई पया देश लम्मे जिन कीता तिसे न जाने, अंधा तां दुख सहे प्राणिया। दूसरा हुंदा है मरण दा दुख, चलो एक बारी मरना होवे ते छापा मुका दोबारा तो नहीं मरना, फिर जन्म फिर मौत फिर जन्म फिर आई चक्कर फाई पई रहनी गल च। जिन्नी देर तक साध संगत गुरु ग्रंथ साहिब जी कहिंदे भजन नहीं करदा सिमर नहीं करदा ये मरण वाली फांसी इहदे गल विच पई रहिंदी। भगत हित गार बदस तुमरे भजन कट्टे जम फस, आ भजन गाउणे सत्संग दे विच जाणा सिमरन करना जमां दी फाही गल चों कट्टी जांदी लै जांदी, इक वारी मरदा दुबारा नहीं। ऐसे मरे जी बहुत ना मरना, फिर जन्म फिर मौत फिर जन्म, चलो एक बारी होवे तो कोई गल नहीं तो पिया ही है गल विच। तीसरा हुंदा दुख जमां दी मार कुट नरक। चौथा हुंदा पितरां वालों सजा मिल जानी, वड्डे बजुर्ग उन्हां वालों मिल जानी। पंजवां हुंदा वेदां विच लिखिया है ऐस कर्म दा फल मिलना है, कर्म कोलों दी ते नहीं लंघना, उन्हें फल दे के ही जाना जे अजे भी है। शिवा हुंदा राजे वालों सजा, ये भी एक बड़ा दुख है। कल कुछ भी नहीं राय जाते माड़ी जी मुसीबत पै कद उधरों पुलिस ने फड़ लिया कद उधरों फड़ लिया, कुट पई जानी कल कुछ भी नहीं। ये जिहड़े छे किस्म के दुख ने इहदे विच सारे संसार के दुख आपे ही गिनती विच आ जांदे ने। जिवें हाथी है उहदा पैर बड़ा वड्डा हुंदा ते वी इह आह जिहड़ा है इहदे तों वड्डा पैर कहिंदे इहदे तों वड्डा तां किसे जानवर दा है नहीं, शेर दा वी छोटा ही है। उहदी पैर विच सारियां पैड़ां आ ही जांदियां वी इह ही है वड्डा पैर बस। इसे तरह इह छे किस्म दा जिहड़ा दुख है
ਇਹਦੇ ਵਿੱਚ ਸਾਰੇ ਹੀ ਦੁੱਖ ਆ ਹੀ ਜਾਂਦੇ ਨੇ, ਭਾਵੇਂ ਲੱਖਾਂ ਨੇ, ਹਜ਼ਾਰਾਂ ਨੇ, ਸੈਂਕੜੇ ਨੇ, ਜਿੰਨੇ ਵੀ ਹਨ ਇਹਦੇ ਵਿੱਚ ਹੀ ਨੇ ਸਾਰੇ। ਇਸ ਕਰਕੇ ਇਹ ਸਾਰੇ ਦੂਰ ਹੁੰਦੇ ਨੇ ਜੇ ਸਿਮਰਨ ਕਰੇ। ਬਾਕੀ ਹੈ ਸੇਵਾ, ਇਹ ਇੱਕ ਤਾਂ ਨਿਸ਼ਕਾਮ, ਕੋਈ ਇੱਛਾ ਨਹੀਂ ਕਿਸੇ ਕਿਸਮ ਦੀ। ਦੂਸਰੀ ਇੱਛਾ ਹੈ ਇਹ, ਆ ਮੈਂ ਸੇਵਾ ਕਰਦਾ ਇਹਦਾ ਆ ਮਿਲੇ ਉਹ ਮਿਲੇਗਾ। ਇੱਕ ਰਾਜਾ ਸੀ ਅਤੇ ਉਹ ਬਾਗ ਵਿੱਚ ਆਇਆ, ਉੱਥੇ ਉਹ ਜਿਹੜੀ ਮਾਲਣ ਸੀ ਉਹਦੇ ਨੌਕਰ, ਉਹਨੇ ਫੁੱਲਾਂ ਦਾ ਹਾਰ, ਰਾਜੇ ਦਾ ਬਾਗ, ਰਾਜੇ ਦੇ ਫੁੱਲ ਤੋੜ ਕੇ ਰਾਜੇ ਨੂੰ ਹਾਰ ਪਾਇਆ ਫੁੱਲਾਂ ਦਾ, ਬੜਾ ਖੁਸ਼ ਹੋਇਆ। ਕਹਿੰਦਾ ਵਜ਼ੀਰ ਇਸ ਬੀਬੀ ਭੈਣ ਨੂੰ 5 ਰੁਪਈਏ ਦੇ ਦਿਓ। ਕਹਿੰਦੀ ਮੈਂ ਤਾਂ ਨਹੀਂ ਲੈਣੀ। ਅੱਛਾ 500 ਦੇ ਦਿਓ। ਨਹੀਂ ਮੈਂ ਤਾਂ ਨਹੀਂ ਲੈਣੀ, ਤੁਹਾਡਾ ਬਾਗ ਤੁਹਾਡੇ ਹਾਰ ਮੈਂ ਤਾਂ ਪਾਇਆ। ਅੱਛਾ 5000 ਦੇ ਦਿਓ, ਸਸਤਾ ਹੀ ਕੰਮ ਸੀ। ਕਹਿੰਦੀ ਮੈਂ ਤਾਂ ਨਹੀਂ ਲੈਣੀ। ਅੱਛਾ ਇਹਨੂੰ 1,00,000 ਦੇ ਦਿਓ, 5,00,000 ਦੇ ਦਿਓ। ਕਹਿੰਦੀ ਮੈਂ ਤਾਂ ਨਹੀਂ ਲੈਣੇ, ਬਾਗ ਤੁਹਾਡਾ, ਫੁੱਲ ਤੁਹਾਡੇ, ਮੈਂ ਤਾਂ ਪਾਇਆ ਹੀ ਹੈ। ਅਖੀਰ ਗੱਲ ਇੱਥੇ ਮੁੱਕੀ, ਇਹਨੂੰ 1/2 ਰਾਜ ਭਾਗ ਦੇ ਦਿਓ, ਉਹਦਾ ਹੀ ਬਾਗ, ਉਹਦੇ ਹੀ ਫੁੱਲ। ਖੁਸ਼ ਹੋ ਗਿਆ। ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਗੁਰੂ ਮਹਾਰਾਜ ਦਾ ਹੀ ਹੈ ਨਾ ਸਾਰਾ ਕੁਛ। ਅਰਦਾਸ ਹੁੰਦੀ ਨਾ, ਸੰਗਤਾਂ ਨੇ ਮੱਥਾ ਟੇਕਿਆ, ਤਿਲ ਫੁੱਲ ਸੱਚੇ ਪਾਤਸ਼ਾਹ ਪ੍ਰਵਾਨ ਕਰਿਓ, ਹੈ ਤਾਂ ਸੱਚੇ ਪਾਤਸ਼ਾਹ ਹੀ ਹੈ, ਤਾਂ ਭਾਵੇਂ ਸਾਡੀਆਂ ਜੇਬਾਂ 'ਚ ਅਤੇ ਭਾਵੇਂ ਸਾਡੇ ਘਰ, ਆਪਣਾ ਤਾਂ ਕੁਛ ਨਹੀਂ ਹੈ। ਹੈ ਤਾਂ ਮਹਾਰਾਜ ਦਾ ਨਾ, ਥੋੜ੍ਹੇ 'ਚ ਥੋੜ੍ਹਾ, ਜ਼ਿਆਦਾ ਤੋਂ ਜ਼ਿਆਦਾ ਦਿੱਤੇ 'ਚੋਂ ਦਿੱਤਾ, ਅਤੇ ਅਰਦਾਸ ਹੋ ਗਈ ਕਿਰਪਾ ਉਹ ਰਾਜੇ ਵਾਂਗ। ਇਹ ਨਿਸ਼ਕਾਮ ਸੇਵਾ ਹੈ, ਕੋਈ ਇੱਛਾ ਨਹੀਂ। ਇੱਕ ਇਹ ਵੀ ਆਹ ਸੇਵਾ 'ਤੇ ਇਹਦਾ ਆ ਫਲ ਮਿਲ ਜਾਏ, ਕਾਹੂ ਫਲ ਕੀ ਇੱਛਾ ਨਾ ਬਚਾ, ਕੁਛ ਵੀ ਨਹੀਂ ਚਾਹੀਦਾ, ਕੇਵਲ ਭਗਤ ਕੀਰਤਨ ਸੰਗਰਚਾ। ਇਹ ਚੌਥੀ ਕਿਸਮ ਦੇ ਨੇ, ਕੋਈ ਇੱਛਾ ਹੀ ਨਹੀਂ ਹੈ, ਇੱਕ ਭਗਤੀ ਹੈ, ਬੰਦਗੀ ਹੈ ਬਸ। ਤੂੰ ਕਥਾ ਹਜ਼ਾਰਾਂ ਸੁਣ, ਲੱਖਾਂ ਸੁਣ, ਇੱਕ ਸੁਣੇ। ਸ਼ਿਵਜੀਆਂ ਦੇ ਇੱਕ ਨੂੰ ਹੀ ਸੁਣਾਈ ਸੀ, ਉਹ ਵੀ ਘਰੋਂ, ਉਹਨਾਂ ਦੀ ਬੀਬੀ ਪਾਰਵਤੀ ਮਾਤਾ, ਉਹ ਵੀ ਸੌ ਗਈ। ਕਈ ਵਾਰੀ ਦੇਖਿਆ ਬੜੇ ਬੜੇ ਕੱਟ ਹੁੰਦੇ ਨੇ ਅਤੇ 15% ਵਿੱਚ ਸੁੱਤੇ ਵੀ ਹੁੰਦੇ ਨੇ। ਤਾਂ ਜਿਹੜਾ ਜਾਗਦਾ ਹੈ, ਸੁਣਦਾ ਹੈ, ਵਿਚਾਰਦਾ ਹੈ, ਫਿਰ ਸੁਣਦੇ ਕਿੰਨੇ ਨੇ, ਯਾਦ ਕਿੰਨੇ ਰੱਖਦੇ ਨੇ, ਮੰਨਦੇ ਕਿੰਨੇ ਨੇ, ਕਮਾਉਂਦੇ ਕਿੰਨੇ ਕੁ ਨੇ, ਤਾਂ ਵਿਰਲੇ ਵਿਰਲੇ ਰਹਿ ਜਾਣਗੇ। ਫਿਰ ਸੰਤ ਮਹਾਰਾਜ ਜੀ ਇੱਥੇ 12 ਸਾਲ ਲਾ ਕੇ ਯੂਪੀ 'ਚ ਗਏ, ਯੂਪੀ 'ਚੋਂ ਪੰਜਾਬ ਚੰਡੀਗੜ੍ਹ ਜਾਣ ਲੱਗਿਆ ਆਖਰੀ ਦੀਵਾਰ, ਅਤੇ ਉਹ ਕਹਿੰਦੇ ਦੇਖੋ 12 ਸਾਲ ਵਿੱਚ ਇੱਕ ਦੀ ਵੀ ਗੱਲ ਸਮਝ ਵਿੱਚ ਆ ਗਈ ਹੋਵੇ ਜਿਹੜੀ ਅਸੀਂ ਕਰਦੇ ਰਹੇ ਹਾਂ 12 ਸਾਲ, ਤਾਂ ਮੈਂ ਸਮਝਾਂਗਾ ਕਿ 12 ਸਾਲ ਮੇਰੀ ਕੀਤੀ ਹੋਈ ਸੇਵਾ ਉਹ ਲੇਖੇ ਵਿੱਚ ਲੱਗ ਗਈ ਹੈ। ਉਹ ਇਹ ਕਿ ਵੀ ਉਹਨਾਂ ਵੀ 10 ਲੱਖ ਸੁਣ ਲਏਗਾ ਇੱਕ ਹੀ, ਉਹ ਵੀ ਸੌ ਜਾਂਦੇ ਇੱਕ ਵੀ, ਜੋ ਇੱਕ ਜਾਗਤ ਰਹੇ ਇੱਕ ਕੋਟ ਮਦੇ ਕੋਈ ਵਿਰਲਾ ਸੇਵਕ, ਸੇਵਾਦਾਰ ਸੇਵਕ ਕਿਸੇ ਨੂੰ ਕਹਿ ਦਿਓ ਤਾਂ ਸੇਵਕ ਹੈ। ਕਹਿੰਦੇ ਮੇਰਾ ਤਾਂ ਨਾਂ ਹੀ ਛੋਟਾ ਰੱਖਤਾ, ਬਹੁਤ ਵੱਡਾ ਨਾਂ ਚਾਹੀਦਾ, ਮੈਂ ਤਾਂ ਬਹੁਤਾ ਹੀ ਵੱਡਾ। ਨਾਨਕ ਸੇਵਕ ਆਖੀਏ ਜੇ ਸਿਰ ਧਰੇ ਉਤਾਰ, ਕੋਟ ਮਦੇ ਕੋਈ ਵਿਰਲਾ ਸੇਵਕ, ਕਰੋੜਾਂ 'ਚ ਕੋਈ ਇੱਕ। ਹੋਰ ਸਗਲੇ ਵੀ ਬਿਹਾਰੀ, ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾਂ, ਨਹਾਉਣ ਗਏ ਕੋਈ ਹੋਣੀ ਹੈ ਸੁੱਖਣਾ ਸੱਖਣਾ ਜੀ, ਆ ਮੇਰਾ ਮਿਲ ਜੇ, ਮੇਰਾ ਆਹ ਹੋ ਜੇ। ਅਸੀਂ ਵੀ ਸਤਸੰਗ ਗੁਰਦੁਆਰੇ ਆਉਂਦੇ ਹਾਂ, ਸੱਚੇ ਪਾਤਸ਼ਾਹ ਸਾਡੀ ਮੱਝ ਦੁੱਧ ਦੇਣ ਲੱਗ ਜੇ, ਗਾਈ ਸਾਡੀ ਸੱਚੇ ਪਾਤਸ਼ਾਹ ਛਾੜਨਾ ਮਾਰੇ ਮਹਾਰਾਜ ਜੀ, ਅਤੇ ਕਣਕ ਵੀ ਚੰਗੀ ਹੋ ਜੇ ਸੱਚੇ ਪਾਤਸ਼ਾਹ, ਨਿਆਣੇ ਵੀ ਪੜ ਜਾਣ, ਅਸੀਂ ਤਾਂ ਕੰਮ ਦੱਸਣ ਆਉਂਦੇ ਹਾਂ ਗੁਰੂ ਨਾਨਕ। ਕੋਈ ਹੋਣਾ ਹਜ਼ਾਰਾਂ 'ਚੋਂ ਇੱਕ ਜਿਹੜਾ ਮੁਕਤੀ ਮੰਗਦਾ ਹੋਵੇਗਾ, ਦਰਸ਼ਨ ਮੰਗਦਾ ਹੋਵੇਗਾ, ਸਾਡੇ ਤਾਂ ਕੰਮ ਮੁੱਕਦੇ ਹੀ ਨਹੀਂ ਮਹਾਰਾਜ, ਕੀ ਕਰੀਏ। ਉਸ ਲੈ ਟਰੈਕਟਰ ਚਲਾਉਣ ਲੱਗਿਆ ਸੀ ਅਤੇ ਉਹ ਰੇਸ ਹੀ ਟੁੱਟ ਗਈ, ਗੁਰੂ ਸਾਹਿਬ ਠੀਕ ਕਰ ਦਿਓ ਮਹਾਰਾਜ ਜੀ, ਟਰੈਕਟਰ ਪੈਂਚਰ ਹੋ ਗਿਆ, ਹਵਾ ਤੋਂ ਬਿਨਾਂ ਚੱਲ ਪਿਆ ਜੀ, ਸਾਡੇ ਤਾਂ ਕੰਮ ਮੁੱਕਦੇ, ਅਸੀਂ ਤਾਂ ਆਹ ਕੰਮ ਦੱਸਣ ਆਉਂਦੇ ਹਾਂ ਸੱਚੇ ਪਾਤਸ਼ਾਹ। ਪਰ ਇਹਨਾਂ ਦੱਸਣ ਵਾਲੇ ਦੇ ਵਿੱਚੋਂ ਕੋਈ ਹੋਏਗਾ ਇੱਕ ਵਿਰਲਾ,
दर्शन मांगों दे प्यारे तूरी सेवा कौन कौन ना तारे। जिहड़ा नाम मंगदा होएगा सिमरन मंगदा होएगा सेवा मंगदा होएगा तद ही दस्या है। ਵਿਣ ਤੁਦ ਹੋਰ ਜੇ ਮੰਗਣਾ 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 ਵਿਣ ਤੁਦ ਹੋਰ ਜੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਗੁਰੂ ਜੀ ਨੇ ਰਸਤਾ ਦੱਸ ਦਿੱਤਾ ਰਾਹ ਲੱਭ ਗਿਆ ਸਾਨੂੰ ਫਿਰਦੇ ਸੀ ਜੰਗਲ 'ਚ ਪਤਾ ਨਹੀਂ ਵੀ ਕੀ ਕਰਨਾ ਤੋ ਗੁਰੂ ਜੀ ਫਰਮਾਨ ਕਰਦੇ ਨੇ ਗੁਰੂ ਘਰ ਜਾ ਸਿਮਰਨ ਮੰਗੀ ਸਿਮਰਨ ਅਤੇ ਉਹ ਕਰਦਾ ਰਹੀ ਸਭ ਕੁਛ ਹੀ ਮਿਲ ਜਾਏਗਾ ਕਿਹਾ ਸੀ ਨਾ ਧਰੂ ਦੀ ਮਾਂ ਨੇ ਉਹ ਕਹਿੰਦਾ ਪਿਤਾ ਨੇ ਚਪੇੜਾਂ ਮਾਰੀਆਂ ਮਰਤਈ ਮਾਂ ਨੇ ਅਤੇ ਉਹ ਰਾਜ ਕਿਵੇਂ ਮਿਲੇਗਾ ਕਿਸ ਉੱਦਮ 'ਤੇ ਉੱਦਮ ਬੜੇ ਕੋਈ ਉੱਦਮ ਦੱਸੋ ਸਗਲ ਉੱਦਮ ਹੈ ਉੱਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਕਹਿੰਦੀ ਬੇਟਾ ਪਰਮੇਸ਼ੁਰ ਅਰਾਧੀ ਹੈ ਬੰਦਗੀ ਘਰ ਰਾਜ ਮਿਲ ਜਾਏਗਾ ਚੰਗੀ ਮਾਤਾ ਦੀ ਗੁਰੂ ਜੀ ਕਹਿੰਦੇ ਸਿਮਰਨ ਮੰਗੋ ਦੇ ਪਿਆਰ ਸਿਮਰਨ ਮੰਗ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ ਪਰਮੇਸ਼ੁਰ ਦਾ ਭਜਨ ਅਤੇ ਸਿਮਰਨ ਕਰਨ ਵਾਲੇ ਨੂੰ ਸਭ ਕੁਛ ਹੀ ਮਿਲ ਜਾਂਦਾ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁੱਖ ਪਾਵੇ ਮੇਰੇ ਮਨਾਂ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁੱਖ ਉੱਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨਾ ਜੇ ਸਿਮਰਨ ਪਿਆ ਤਾਂ ਅਪਾਦ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ ਸੰਸਾਰ ਸਮੁੰਦਰ ਤਰਨਾ ਤਾਂ ਸਿਮਰਨ ਕਰ ਸਿਹਤ ਠੀਕ ਚਾਹੀਦੀ ਤਾਂ ਸਿਮਰਨ ਕਰ ਕੋਈ ਹੋਰ ਜੋ ਵੀ ਕੁਛ ਚਾਹੀਦਾ ਸਿੱਧਾ ਨੇ ਪੁੱਛਿਆ ਗੁਰੂ ਨਾਨਕ ਜੀ ਨੂੰ ਮਹਾਰਾਜ ਇਹ ਜਿਹੜਾ ਇੰਦਰ ਹੈ ਬਰਮਾ ਹੈ ਸ਼ਿਵਜੀ ਹੈ ਵਿਸ਼ਨੂੰ ਹੈ ਇਹਨਾਂ ਨੇ ਇੱਕੀ ਸ਼ਬਦ ਦਾ ਜਾਪ ਕੀਤਾ ਕਿ ਵੱਖਰੇ ਵੱਖਰੇ ਗੁਰੂ ਜੀ ਕਹਿੰਦੇ ਇੱਕੋ ਦਾ ਹੀ ਕੀਤਾ ਇਹਨਾਂ ਦੀਆਂ ਉਮਰਾਂ ਵਿੱਚ ਬੜਾ ਫਰਕ 14 ਇੰਦਰ ਮ੍ਰਿਤੂ ਹੋ ਜਾਣ ਇੱਕ ਇੰਦਰ ਦੀ ਉਮਰ 72 ਚੌਂਕੜੀਆਂ ਹੈ ਹਾਂ ਆਪਾਂ ਹੁਣ ਗ੍ਰੰਥ ਪੜ੍ਹੀਏ ਕਿਸੇ 35 ਕਿਸੇ 40 ਕਿਸੇ 36 ਮੈਂ ਵੀ ਇਹੀ ਬੋਲਦਾ ਹੁੰਦਾ ਸੀ ਪੁਰਾਣੀਆਂ ਟੇਪਾਂ ਸੁਣੋ 40 38 ਜਦੋਂ ਦਸਵੇਂ ਮਹਾਰਾਜ ਜੀ ਦੇ ਬਚਨ ਪੜ੍ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ 72 ਚੌਂਕੜੀਆਂ ਉਮਰ ਹੈ ਇੰਦਰ ਦੀ ਇੱਕ ਚੌਂਕੜੀ ਹੁੰਦੀ ਚੌਂ ਯੁੱਗਾਂ ਦੀ 43,20,000 ਸਾਲ ਅਤੇ ਇੰਦਰ 14 ਮਰ ਜਾਂਦੇ ਤਾਂ ਬਰਮਾ ਜੀ ਦਾ ਇੱਕ ਦਿਨ ਇਸ ਤਰੀਕੇ ਸਿਰ ਉਹਨਾਂ ਦੀ 100 ਸਾਲ ਦੀ ਉਮਰ
ਤਾਂ ਵਿਸ਼ਨੂੰ ਦਾ ਇੱਕ ਦਿਨ ਇਸ ਤਰੀਕੇ ਦੀ ਉਹਨਾਂ ਦੀ 100 ਸਾਲ ਦੀ ਉਮਰ ਤਾਂ ਸ਼ਿਵ ਜੀਆਂ ਦਾ ਇੱਕ ਦਿਨ ਇਸ ਤਰ੍ਹਾਂ ਉਹਨਾਂ ਦੀ 100 ਸਾਲ ਦੀ ਤਾਂ ਸੱਚੇ ਪਾਤਸ਼ਾਹ ਸਿਮਰਨ ਇੱਕ ਸ਼ਬਦ ਦਾ ਕੀਤਾ ਉਮਰਾਂ ਵਿੱਚ ਫਰਕ ਗੁਣਾਂ ਵਿੱਚ ਕੋਈ ਰਜੋ ਗੁਣੀ ਕੋਈ ਤਮੋ ਗੁਣੀ ਕੋਈ ਸਤੋ ਗੁਣੀ ਕੋਈ ਦੇਵਤਿਆਂ ਦਾ ਮੁਖੀ ਹਰ ਗੱਲ ਵਿੱਚ ਫਰਕ ਐਸਾ ਕਿਉਂ ਇੱਕੋ ਜਿਹੇ ਹੋਣੇ ਚਾਹੀਦੇ ਸੀ ਗੁਰੂ ਜੀ ਕਹਿੰਦੇ ਇਹਨਾਂ ਦੀ ਭਾਵਨਾ ਸੀ ਹੁਣ ਗੁਰਦੁਆਰੇ ਜਾਂਦਾ ਸੀ ਬੱਚੇ ਜਾਂਦੇ ਮੇਰੇ ਨੰਬਰ ਚੰਗੇ ਆਉਣ ਵਾਹਿਗੁਰੂ ਦਾ ਸਿਮਰਨ ਕਰੋ ਭਾਈ ਮੇਰੀ ਸਿਹਤ ਠੀਕ ਹੋ ਗਏ ਵਾਹਿਗੁਰੂ ਦਾ ਸਿਮਰਨ ਸਿਮਰਨ ਤਾਂ ਨਹੀਂ ਬਦਲਣਾ ਉਹ ਅੱਖਰ ਚਾਰੇ ਹੀ ਰਹਿਣੇ ਸਾਡੇ ਵਰਕੇ ਦੇ ਪੈ ਜੇ ਵਾਹਿਗੁਰੂ ਦਾ ਸਿਮਰਨ ਕਰੋ ਭਾਈ ਗੁਰੂ ਨਾਨਕ ਜੀ ਨੇ ਕਿਹਾ ਨਾਮ ਇੱਕ ਹੈ ਬਸ ਭਾਵਨਾ ਬਦਲਣੀ ਹੈ ਮੈਨੂੰ ਸੰਤੋਖ ਮਿਲ ਜਾਏ ਸਿਮਰਨ ਕਰੋ ਭਾਈ ਪਾਪ ਤੋਂ ਮਨ ਹਟ ਜਾਏ ਸਿਮਰਨ ਕਰੋ ਭਾਈ ਮੈਨੂੰ ਕੁਛ ਅਹੁਦਾ ਚਾਹੀਦਾ ਸੰਸਾਰ ਦਾ ਰਾਜ ਭਾਗ ਮਿਲ ਜਾਏ ਸਿਮਰਨ ਕਰੋ ਭਾਈ ਉਹਨੀਏ ਵੀ ਉਹਦਾ ਨਾਮ ਹੋਰ ਉਹਦਾ ਨਾਮ ਹੋਰ ਉਹਦਾ ਨਾਮ ਨਾਮ ਇੱਕੋ ਹੀ ਰਹਿਣਾ ਭਾਵਨਾ ਬਦਲਣੀ ਥੋੜ੍ਹੀ ਜਿਹੀ ਬਸ ਤੋ ਗੁਰੂ ਜੀ ਇਹ ਆਖਦੇ ਨੇ ਰਾਹ ਲੱਭ ਗਿਆ ਸਾਨੂੰ ਵੀ ਅਸੀਂ ਕਰਨਾ ਕੀ ਗੁਆਚੇ ਸੀ ਜੰਗਲ 'ਚ ਤੋ ਮਹਾਰਾਜ ਕਹਿੰਦੇ ਸਿਮਰਨ ਕਰ ਅਤੇ ਉਹ ਸਿਮਰਨ ਕਰੇਗਾ ਤੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਇੱਛਾ ਹੋਣ ਸਭ ਤੇਰੀਆਂ ਪੂਰੀਆਂ ਸਿਮਰਨ ਕਰਕੇ ਵਾਹਿਗੁਰੂ ਦਾ ਹੋਣ ਸਭ ਤੇਰੀਆਂ ਜੋਰ ਇਹ ਬੰਦਗੀ ਕੀਤਿਆਂ ਸਿਮਰਨ ਕੀਤਿਆਂ ਸੰਤੋਖ ਆਏਗਾ ਫਿਰ ਕੁਛ ਵੀ ਨਹੀਂ ਚਾਹੀਦਾ ਅਤੇ ਜੇ ਸਿਮਰਨ ਹੀ ਪੱਲੇ ਹੈ ਨਹੀਂ ਤਾਂ ਮਨ ਨੇ ਤਾਂ ਨਹੀਂ ਰੱਜਣਾ ਬੜੇ ਬੜੇ ਰਾਜੇ ਮਹਾਰਾਜੇ ਜੋਰ ਲਾ ਕੇ ਖੱਪ ਗਏ ਇਹ ਨਹੀਂ ਰੱਜਿਆ ਜੋ ਮਰਜ਼ੀ ਦੇ ਦਿਓ ਇੱਕ ਅਯੁੱਧਿਆ ਦਾ ਰਾਜਾ ਰਗਰਾਣਪਤ ਹੋਇਆ ਉਹ ਰਾਤ ਦੇ ਸਮੇਂ ਘੋੜੇ 'ਤੇ ਚੜ੍ਹਿਆ ਵੀਰ ਯਾਤਰਾ ਕਰਦਾ ਰਾਜੇ ਫਿਰਦੇ ਹੁੰਦੇ ਰਾਤ ਪਿੰਡਾਂ 'ਚ ਸ਼ਹਿਰਾਂ 'ਚ ਕਦੇ ਉੱਧਰ ਕਦੇ ਉੱਧਰ CID ਦਾ ਕੰਮ ਆਪ ਹੀ ਬਹੁਤੇ ਕਰਦੇ ਕਿ ਕੋਈ ਦੁਖੀ ਤਾਂ ਨਹੀਂ ਕੋਈ ਕਿਸੇ ਨੂੰ ਦੁੱਖ ਤਾਂ ਨਹੀਂ ਦੇ ਰਿਹਾ ਤਾਂ ਕੀ ਦੇਖਿਆ ਇੱਕ ਬ੍ਰਾਹਮਣ ਅਤੇ ਉਹਦੇ ਘਰੋਂ ਬੀਬੀ ਉਹ ਲੜਦੇ ਆਪਸ ਵਿੱਚ ਉਹ ਕਹਿੰਦੀ ਹੈ ਲੜਕੀ ਹੋ ਗਈ ਸਿਆਣੀ ਪੰਡਿਤ ਜੀ ਇਹਨੂੰ ਵਿਆਹ ਦੀਏ 20 ਰੁਪਈਏ ਚਾਹੀਦੇ
ਉਹ ਕਹਿੰਦਾ ਪੈਸੇ ਹੈ ਨਹੀਂ, ਕਿੱਥੋਂ ਹੁਣ ਵਿਆਹ ਕਿੱਥੋਂ ਕਰੀਏ, ਪੈਸੇ ਹੈ ਨਹੀਂ। ਉਹ ਕਹਿੰਦੀ ਜਿਵੇਂ ਵੀ ਹੈ 20 ਰੁਪਈਏ ਲਿਆ। ਵੇਦਾਂ ਵਿੱਚ ਲਿਖਿਆ ਹੋਇਆ ਬਰਮਾ ਜੀ ਨੇ ਜਿਹੜਾ ਟਾਈਮ ਨਾਲ ਕੰਨਿਆਂ ਦਾ ਵਿਆਹ ਨਾ ਕਰੇ ਮੂਰਖ ਮੂਰਖ ਮਹਾਂਮੂਰਖ। ਕੀਤੀ ਜੀ ਵਾਰੀ ਇਹ ਲਿਖਿਆ ਪੜ੍ਹ ਲਿਓ ਵੇਦਾਂ 'ਚੋਂ ਵੀ ਉਹ ਮੂਰਖ ਹੀ ਹੁੰਦੇ ਨੇ ਜਿਹੜੇ ਟਾਈਮ ਨਾਲ ਵਿਆਹ ਨਹੀਂ ਕਰਦੇ। ਤੂੰ ਕਹਿੰਦੀ ਤੁਸੀਂ ਐਡੇ ਵਿਦਵਾਨ ਸਮਝਦਾਰ ਕਥਾ ਵੀ ਕਰ ਲੈਂਦੇ ਪੰਡਿਤ ਜੀ, ਅਤੇ ਧੀ ਵੀ ਆਈਏ, ਮੂਰਖਾਂ 'ਚ ਨਾਂ ਲਿਖਿਆ ਜਾਣਾ ਆਪਣਾ। ਕਹਿੰਦਾ ਪੈਸੇ ਨਹੀਂ 20 ਰੁਪਈਏ ਮੈਂ ਕਿੱਥੋਂ ਲਿਆਵਾਂ। ਤੂੰ ਰਾਜਾ ਰਗਰਾਣ ਪਤ ਸੁਣਦਾ ਰਿਹਾ। ਸਵੇਰੇ ਰਾਜ ਦਰਬਾਰ ਲੱਗਿਆ ਅਯੁੱਧਿਆ ਦਾ। ਕਹਿੰਦਾ ਅਨਕਾ ਬ੍ਰਾਹਮਣ ਲਿਆਓ ਉਹਨੂੰ। ਉਹਨੇ ਪਤਾ ਨਹੀਂ ਪਤਾ ਕੀ ਗਲਤੀ ਹੋ ਗਈ ਜਿਹੜੇ ਫੜਨ ਆ ਗਏ। ਭਾਵੇਂ ਪੁਲਿਸ ਰਾਹ ਹੀ ਪੁੱਛਣ ਆ ਜਾਏ ਡਰ ਜਾਂਦੇ ਬੰਦੇ ਆਮ ਹੀ ਦੇ ਵੀ ਇਹ ਕਿੱਧਰੋਂ ਆ ਗਏ ਭਾਈ। ਕਹਿੰਦੇ ਜੀ ਰਾਜੇ ਨੇ ਯਾਦ ਕੀਤਾ। ਅੱਛਾ ਡਰਦਾ ਬੜਾ। ਰਾਜਾ ਕਹਿੰਦਾ ਰਾਤੀ ਲੜਦੇ ਸੀ ਤੁਸੀਂ? ਹਾਂ ਕਹਿੰਦੇ ਸਰਕਾਰ ਲੜਦੇ ਸੀ। ਕਿਉਂ ਲੜਦੇ ਸੀ ਜੀ? ਸਾਡੇ ਘਰ 20 ਰੁਪਈਏ ਹੈ ਨਹੀਂ, ਲੜਕੀ ਦੀ ਸ਼ਾਦੀ ਕਰਨੀ ਹੈ। ਅੱਛਾ ਕਹਿੰਦੇ ਕੱਲ੍ਹ ਸੂਰਜ ਚੜ੍ਹੇ ਤੋਂ ਲੈ ਕੇ ਸੂਰਜ ਡੁੱਬੇ ਤੱਕ ਜਿੰਨਾ ਢੋ ਲਵੇ, ਚਾਂਦੀ ਦੇ ਰੁਪਈਏ ਹੁੰਦੇ, ਜਿੰਨਾ ਹੀ ਕਰ ਲੈ ਜੇ ਬਸ ਕਹਿ ਦਿੱਤਾ ਖਜ਼ਾਨਚੀ ਨੂੰ ਵੀ ਦੇ ਦਿਓ। ਰਾਤ ਨੀਂਦਰ ਨਹੀਂ ਪੈ ਰਹੀ ਅਤੇ ਕੀ ਕਿਤੇ ਬ੍ਰਾਹਮਣੀ ਨੂੰ ਕਹਿ ਰਹੇ ਹੋ ਨਵੇਂ ਆਪਾਂ ਸੁੱਤੇ ਰਹੇ ਅਤੇ ਸੂਰਜ ਜਾਏ ਚੜ੍ਹ। ਹੁਣ ਉਹ ਐਂ ਲੱਗਦਾ ਵੀ ਰਾਤ ਅੱਜ ਮੁੱਕਣ ਹੀ ਨਹੀਂ ਡਈ, ਸੁੱਤਿਆਂ ਤਾਂ ਝੱਟ ਲੰਘ ਜਾਂਦੀ, ਜਾਗਦਿਆਂ ਤੇਰੀ ਛੇਤੀ ਮੁੱਕਦੀ। ਦੇਖੀ ਜਾ ਉਹਦੇ ਵੱਲ ਚਕੋਰ ਵਾਂਗੂ ਚੰਦਰਮਾ ਵਾਂਗੂ ਜਗਾ ਜਾਂਦਾ ਹੀ ਨਹੀਂ, ਉਹ ਤਾਂ ਅੜ ਕੇ ਖਲੋ ਜਾਂਦਾ। ਉਹ ਰਾਤ ਕਹਿੰਦਾ ਓਹੋ ਅੱਜ ਤਾਂ ਪਹਾੜ ਜਿੱਡੀ ਹੋ ਗਈ, ਕਦੋਂ ਦਿਨ ਚੜ੍ਹੇਗਾ ਅਤੇ ਪੈਸੇ ਮਿਲਣਗੇ। ਜਾਗਦਾ ਰਿਹਾ, ਧੱਕੇ ਨਹੀਂ ਪਾਵੇ, ਕਿਤੇ ਮਾੜਾ ਜਿਹਾ ਟੂਲਾ ਲੱਗ ਗਿਆ ਜੇ, ਥੋੜ੍ਹਾ ਜੀ ਲੋ ਜੀ ਲੱਗੀ ਅਤੇ ਚਲਾ ਗਿਆ। ਹੁਣ ਰਾਜੇ ਦੇ ਨੌਕਰ ਨੇ ਤਾਂ ਟਾਈਮ ਨਹੀਂ ਆਉਣਾ ਸੀ, ਬੈਠਿਆ ਖਜ਼ਾਨੇ ਅੱਗੇ। ਉਹ ਕਹਿੰਦੇ ਤੁਸੀਂ ਆਇਆ ਨਹੀਂ, ਰਾਜੇ ਨੇ ਆਹ ਦੇ ਕੱਲ੍ਹ ਦਾ ਲਿਖ ਕੇ ਦੇ ਦਿੱਤਾ ਹੈ, ਸੂਰਜ ਚੜ੍ਹੇ ਤੋਂ ਲੈ ਕੇ ਸੂਰਜ ਡੁੱਬੇ ਤੱਕ ਜਿੰਨਾ ਢੋ ਲਵੇ। ਕਹਿੰਦੇ ਅਜੇ ਤਾਂ ਚਾਨਣਾ ਹੈ, ਸੂਰਜ ਦੀ ਟਿੱਪੀ ਪੂਰੀ ਦਿਸੇਗੀ ਅਤੇ ਮੈਂ ਖੋਲ੍ਹਦਾਂਗਾ ਖਜ਼ਾਨਾ। ਹੁਣ ਮੈਂ ਸੂਰਜ ਵੱਲ ਦੇਖਦਾ ਲੱਗਦਾ, ਉਹ ਕਹਿੰਦੇ ਛੇਤੀ ਨਿਕਲ, ਹੁਣ ਤਾਂ 2-4 ਮਿੰਟ ਲਾਉਣੇ ਹੀ ਸੀ। ਉਹ ਜਦੋਂ ਦੇਖਦੇ ਉਹ ਕਹਿੰਦੇ ਨਹੀਂ ਅਜੇ ਨਹੀਂ ਆ, ਰਾਜੇ ਦਾ ਹੁਕਮਨਾਮਾ ਬਾਈ, ਸੂਰਜ ਦਿਸਣ ਲੱਗ ਗਿਆ। ਉਹਨੇ ਦਰਵਾਜ਼ੇ ਖੋਲ੍ਹ ਦਿੱਤੇ ਖਜ਼ਾਨੇ ਦੇ। ਹੁਣ ਉਹ ਥੈਲੀਆਂ ਚੁੱਕ ਚੁੱਕ ਕੇ ਢੋ ਢੋ ਕੇ ਪੰਡਾਂ ਘਰ ਸੁੱਟੀ ਜਾਏ। ਬੀਬੀ ਕਹਿੰਦੀ ਰੋਟੀ? ਕਹਿੰਦੇ 3 ਰੋਟੀ ਦੀ ਪਈ, ਉਚੜਦਾ ਮੈਂ 2 ਫਿਰ ਲਾ ਦੇਣੇ। ਸੁੱਟੀ ਜਾਂਦਾ ਸ਼ਾਮ ਦਾ ਟਾਈਮ, ਕਹਿੰਦੇ ਦਿਨ ਡੁੱਬ ਚੱਲਿਆ ਭਾਈ, ਵੇਖ ਲਿਆ ਰਾਜੇ ਦੀ ਲਿਖਤ। ਉਹਨੇ ਇੱਕ ਹੋਰ 250-300 ਦੀ ਥੈਲੀ ਰੱਖੀ, ਉਹ ਚੁੱਕੀ ਨਾ ਜਾਏ, ਉਹ ਡਿੱਗੇ, ਉਹ ਫਿਰ ਥੱਲੇ ਡਿੱਗੀ ਪਈ। ਚਲੋ ਮਸਾਂ ਹੀ ਕਿਤੇ ਗਿਆ ਘਰ, ਫਿਰ ਦੌੜ ਕੇ ਆਇਆ। ਉਹਨੇ ਥੈਲੀ ਚੁੱਕੀ, ਖਜ਼ਾਨੇ 'ਚ ਰੱਖ ਕੇ ਤਾਲੇ ਮਾਰੇ ਅਤੇ ਖਜ਼ਾਨਚੀ ਗਿਆ। ਹੁਣ ਸਵੇਰੇ ਪੰਡਿਤ ਜੀ ਪਹੁੰਚ ਗਏ, ਕਹਿੰਦੇ ਤੁਹਾਡਾ ਖਜ਼ਾਨਚੀ ਸਰਕਾਰ, ਇਹਨੂੰ ਸਜ਼ਾ ਦੇਣੀ ਚਾਹੀਦੀ। ਉਹਨੇ ਲਿਖ ਲੈਂਦੀ, ਦੇਖੋ ਜੀ ਤੁਹਾਡਾ ਹੁਕਮ ਸੀ, ਸੂਰਜ ਦੀ ਟਿੱਪੀ ਨਿਕਲ ਤੋਂ ਲੈ ਕੇ ਅਤੇ ਛਿਪਣ ਤੱਕ, ਜਦੋਂ ਛਿਪ ਗਈ ਤਾਂ ਮੈਂ ਖਜ਼ਾਨਾ ਬੰਦ ਕਰ ਦਿੱਤਾ। ਕਹਿੰਦੇ ਜਿਹੜੀ ਥੈਲੀ ਬਾਹਰ ਡਿੱਗੀ ਸੀ ਉਹ ਤਾਂ ਮੇਰੀ ਸੀ, ਉਹ ਤਾਂ ਮੈਂ ਦਿਨੇ ਦਿਨੇ ਕੱਢੀ। ਖੜੀ ਤਾਂ ਨਹੀਂ ਨਾ ਚੁੱਕ ਕੇ, ਤਾਂ ਮੈਂ ਵਿੱਚੇ ਰੱਖ ਦਿੱਤੀ। ਅਖੀਰ ਗੱਲ ਇੱਥੇ ਮੁੱਕੀ। ਰਾਜਾ ਕਹਿਣ ਲੱਗਾ ਪੰਡਿਤ ਜੀ ਰਾਤੀ ਤਾਂ ਲੜਦੇ ਸੀ 20 ਰੁਪਈਆਂ ਤੋਂ, ਇਹ ਕੰਨਿਆਂ ਦਾ ਵਿਆਹ, ਉਹ ਮਰ ਜਾਣੇ ਆ, ਸਾਰਾ ਦਿਨ ਢੋਂਦਾ ਰਿਹਾ ਜੇ, ਭੁੱਖਾ ਦਾ ਭੁੱਖਾ ਹੀ, ਇਹ ਮਨ ਹੀ ਹੋ ਜਾਈਏ ਬਸ। ਤਦੇ ਹੀ ਉਹ ਦੱਸਿਆ ਹੈ, ਭੁੱਖ ਮਨ ਦੀ ਕਦੇ ਨਾ ਉਤਰੇ, ਭੁੱਖ ਮਨ ਦੀ ਕਦੇ ਨਾ ਉਤਰੇ। ਮਨ ਦੀ ਕਦੇ ਨਾ ਉਤ
शरीर जे दो रोटियां बंद खा लेगा तो दुखी पर मन वाहेगुरु जाने। गुरु नानक जी बाला मरदाना कैरव बादशाह ने दरवाजे तो बाहर जा बैठे दर्शन दिते उहदे पैरे वाले नूं गुरु जी कहिंदे उसनूं साडे वल्लों संदेशा दे दे। उह कहिंदा संत महाराज जी उहने नहीं दवानी दान देनी। महाराज कहिंदे सी पैसे लैण नहीं आए उहदे पाणे वी चोलियां वाले ने साधु संत ने कोई रबाब लई फिरदे ने कुछ मंगणगे उहनां नूं की पता विचार नूं वी रब है। गुरु जी कहिंदे असीं कुछ नहीं लैणा बस सुना दे। ते उह कहिंदा महाराज बड़ा ही होर तरहां दा मैं इहदी गल आप जी दे चरणां च रखां। आ कुछ महीनियां दी गल है जी अपने जिहड़ा इहदा वजीर है कैरू बादशाह दा उहदी लड़की चराहे च खड़ी कर छड़दा सारा दिन। ਭਾਈ ਲਿਆਓ ਇੱਕ ਰੁਪਈਆ ਜਿਹਦੇ ਕੋਲ ਨੇ ਤਾਂ ਸਾਰਾ ਢੇਰ ਲਾਏ ਹੋਏ ਨੇ 40 ਗੰਜ ਜਿਵੇਂ ਆਪਾਂ ਢੇਰ ਕਹਿ ਦਿੰਦੇ ਹਾਂ ਕਣਕ ਦਾ ਚੌਲਾਂ ਦਾ ਅਤੇ ਬਿਹਾਰ 'ਚ ਕਹਿੰਦੇ ਨੇ ਗੰਜ ਅਤੇ ਬਿਹਾਰ ਦੀ ਬੋਲੀ ਗੰਜ ਮਤਲਬ ਢੇਰ। ਤੋ ਉਹ ਬੜੇ ਲਾਏ ਹੋਏ ਨੇ 40 ਪੈਸਾ ਕਿਤੇ ਹੈ ਹੀ ਨਹੀਂ ਹਮਾਰਾ ਜੀ ਹੈ ਹੀ ਨਹੀਂ ਦੇਖਣ ਨੂੰ ਨਹੀਂ ਕਿਤੇ। ਤੋ ਉਹ ਜਿਹੜਾ ਇੱਕ ਰੁਪਈਆ ਲਿਆਏ ਇਹ ਰਾਜੇ ਦੀ ਲੜਕੀ ਹੈ ਵਜ਼ੀਰ ਦੀ ਇਹ ਲੋਕ ਤਾਂ ਝੂਠ 'ਤੇ ਝੂਠੀ ਬੋਲੀ ਜਾਂਦੇ ਸੱਚ ਨਹੀਂ ਬੋਲਦੇ ਹੁੰਦੇ। ਤੋ ਵਿਆਹ ਲੈਣਗੇ ਭਾਈ ਜਿਹੜਾ ਇੱਕ ਰੁਪਈਆ ਹੁਣ ਪੈਸਾ ਕਿਸੇ ਕੋਲ ਹੈ ਹੀ ਨਹੀਂ। ਕਣਕ ਦੇ ਕੇ ਛੋਲੇ ਲੈ ਲੈਣ ਦੁੱਧ ਲੈ ਲੈਣ ਕੱਪੜੇ ਲੈਣੇ ਤਾਂ ਆਟਾ ਦੇ ਦੇਣ ਇਹ ਚੀਜ਼ਾਂ ਦੇ ਦੇ ਕੇ ਲੋਕ ਇੱਕ ਦੂਜੇ ਦਾ ਕੰਮ ਚਲਾਉਂਦੇ ਬਹੁਤੇ ਹੀ ਦੁਖੀ ਸਾਰੇ ਜਿੱਥੇ ਤੱਕ ਉਹਦਾ ਰਾਜ। ਤਾਂ ਮਹਾਰਾਜ ਮੈਂ ਕੀ ਬੇਨਤੀ ਕਰਾਂ ਇੱਕ ਮੁੰਡਾ ਮਾਈ ਦਾ 18-20 ਸਾਲ ਦਾ ਮਾਤਾ ਰੁਪਈਆ ਦੇ ਰਾਜੇ ਦੀ ਲੜਕੀ ਵਿਆਹੁਣੀ ਉਹ ਸੀਗੀ ਵਜ਼ੀਰ ਦੀ। ਤਾਂ ਉਹ ਕਹਿੰਦੀ ਕਾਕਾ ਹੈ ਨਹੀਂ ਪੈਸੇ ਮੈਂ ਕਿੱਥੋਂ ਲਿਆਵਾਂ ਮੇਰੀ ਜਾਨ ਕੱਟ ਲੈ ਫਿਰ ਮੈਂ ਕੀ ਕਰਾਂ ਹੈ ਨਹੀਂ। ਹਾਂ ਜਿਵੇਂ ਸ਼ਹਿਰਾਂ 'ਚ ਬੱਚੇ ਪੜ੍ਹਦੇ ਨੇ ਨਹੀਂ ਪਤਾ ਵੀ ਇਹਦੀ 500 ਮੁਰੱਬਾ 100 ਕਿੱਲਾ ਦੂਜੇ ਦੀ ਕਿੱਲਾ ਉਹਦੇ ਵੀ ਇੰਨਾ ਹੀ ਖਰਚਾ ਚਾਹੀਦਾ ਦੇ ਮੰਮੀ ਮੰਮੀ ਕਿੱਥੋਂ ਲਿਆਵੇ ਘਰ ਨਹੀਂ ਵਹਿੰਦੇ ਬਰਾਬਰਤਾ ਦੇਖਦੇ ਨੇ ਉੱਜੜ ਗਈ ਦੁਨੀਆ ਇੰਨਾ ਗੱਲਾਂ 'ਚ। ਇਸ ਤਰ੍ਹਾਂ ਵਿਆਹਾਂ 'ਚ ਕਰਦੇ ਨੇ ਆਮਦਨ ਕਿਸੇ ਦੀ ਵੇਖਦੇ ਨਹੀਂ ਖਰਚਾ ਕਰਦੇ ਬਰਾਬਰ ਤੋਂ ਲਿਆ ਜਿੱਥੋਂ ਮਰਜ਼ੀ 1 ਰੁਪਈਆ। ਉਹ ਸੋਚ ਸੋਚ ਕੇ ਕਹਿਣ ਲੱਗੀ ਕਾਕਾ ਤੇਰਾ ਪਿਓ ਮਰ ਗਿਆ ਸੀ ਥੋੜ੍ਹੇ ਸਾਲ ਹੋਏ ਉਹਦੇ ਮੂੰਹ 'ਚ ਪਾ ਕੇ ਦੱਬਿਆ ਸੀ ਪੁਰਾਣੇ ਸਮੇਂ ਵਿੱਚ ਨਾ ਮੂੰਹ 'ਚ ਰੁਪਈਆ ਪਾ ਕੇ ਦੱਬ ਦਿੰਦੇ ਹੁੰਦੇ। ਅੱਛਾ ਫਿਰ ਚੱਲ ਮੈਨੂੰ ਦੱਸ ਕਿੱਥੇ ਦੱਬਿਆ ਸੀ। ਮੈਂ ਤਾਂ ਬਾਹਲਾ ਛੋਟਾ ਸੀ ਹੁਣ ਵਿਚਾਰੀ ਉਹ ਰਾਤ ਗਈ ਵੀ ਜੇ ਕਿਤੇ ਫੜੇ ਗਏ ਤੇ ਰੁਪਈਏ ਫੜੀ ਫਿਰਦੇ ਨੇ। ਉਹ ਕਹਿੰਦੀ ਇੱਥੇ ਦੱਬਿਆ ਸੀ। ਅੱਛਾ ਉਹ ਪੁੱਟ ਲਿਆ ਮੂੰਹ 'ਚੋਂ ਬਾਕੀ ਤਾਂ ਕੰਮ ਹੋ ਗਿਆ ਉਹ ਦੰਦਾਂ ਵਾਲੇ ਥਾਂ ਰੁਪਈਆ ਪਿਆ। ਆ ਗਏ ਮਾਂ ਪੁੱਤਰ ਸਵੇਰੇ ਕਹਿੰਦਾ ਲਓ ਸਰਕਾਰ ਉਹਨੂੰ ਨੀਂਦਰ ਕਿੱਥੇ ਪਵੇ ਉਹਨਾਂ ਉੱਥੇ ਹੀ ਫੜ ਲਿਆ। ਆ ਜਦੋਂ ਹੁਣ ਵੀ ਜਾਂਦੇ ਨਾ ਥਾਣੇ 'ਚ ਕੈਦ ਲੈ ਕੇ ਕਹਿੰਦੇ ਤੂੰ ਤੇਤੀ ਬਹਿ ਜਾ ਫਿਰ ਦੇਖਦੇ ਸੱਚਾ ਕੌਣ ਅਤੇ ਝੂਠਾ ਕੌਣ ਐਵੇਂ ਨਹੀਂ ਛੱਡਦੇ। ਉਹਦਾ ਉੱਥੇ ਹੀ ਫੜ ਲਿਆ। ਹੁਣ ਰਾਜੇ ਨੂੰ ਲੱਗਾ ਪਤਾ ਕਹਿੰਦੇ ਵੀ ਇਹਨੂੰ ਕੁੱਟੋ ਵਿਆਹ ਹੁਣ ਕਾਹਦਾ ਕਰਨਾ ਸੀ ਕੁੱਟ ਪੈਣੀ ਸ਼ੁਰੂ। 10 ਰੁਪਈਆ ਕਿੱਥੋਂ ਲਿਆਂਦਾ ਕਹਿੰਦਾ ਸਰਕਾਰ ਮਾਰੋ ਨਾ ਮੇਰੇ ਪਿਤਾ ਦੇ ਮੂੰਹ ਵਿੱਚ ਪਾਇਆ ਸੀ ਬੜੇ ਸਾਲ
ਮੈਂ ਤੇ ਕਬਰ ਚੋਂ ਪੁੱਟਿਆ ਹੁਣ ਫੜ ਲਿਆ ਪੁਲਿਸ ਨੇ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਬੇੜੀਆਂ ਦੱਬ ਪੈਂਦੀਆਂ ਧੌਣ 'ਚ ਦੱਸ ਕਿਹੜੀ ਮੜੀਆਂ 'ਚ ਪੁੱਟਿਆ ਵੀ ਉਹ ਨਾ ਵੇ ਘਰੋਂ ਹੀ ਨਿਕਲ ਆਇਆ ਹੋਵੇ ਰਾਜੇ ਦਾ ਹੁਕਮ ਸੀ ਘਰ ਰੱਖਣਾ ਨਹੀਂ ਕਹਿੰਦਾ ਆਹ ਵੇਖੋ ਜੀ ਰਾਤ ਦਾ ਮਾਂ ਪੁੱਤਰਾਂ ਨੇ ਤਾਜ਼ਾ ਹੀ ਟੋਇਆ ਪੁੱਟਿਆ ਆਹ ਵੇਖੋ ਮੇਰੇ ਪਾਪੇ ਦੇ ਦੰਦ ਇੱਥੋਂ ਕੱਢਿਆ ਸੀ ਅੱਛਾ ਠੀਕ ਹੈ ਬਾਈ ਛੱਡੋ ਇਹਨੂੰ ਹੁਣ ਰਾਜੇ ਨੇ ਮੀਟਿੰਗ ਕੀਤੀ ਸਾਰੀ ਫੌਜ ਇਕੱਠੀ ਕੀਤੀ ਦੇਖੋ ਜਿੱਥੋਂ ਤੱਕ ਮੇਰੀ ਹੱਦ ਹੈ ਕਬਰਾਂ ਪੁੱਟੋ ਅਤੇ ਮੁਰਦਿਆਂ ਦੇ ਮੂੰਹ 'ਚੋਂ ਕੱਢੋ ਪੈਸੇ ਆ ਉਦੋਂ ਦੀ ਕਹਾਵਤ ਬਣੀ ਨੂੰ ਕਿ ਬਹੁਤਾ ਹੀ ਪੈਸੇ ਪਿੱਛੇ ਪੈ ਜਾਏਗੇ ਅਤੇ ਮੁਰਦਿਆਂ ਦੇ ਮੂੰਹ 'ਚੋਂ ਕੱਢਦਾ ਹੈ ਅਤੇ ਡਾ ਨਲਾਜੇ ਬਾਈ ਇਹ ਉਦੋਂ ਦੀ ਕਹਾਵਤ ਚੱਲ ਪਈ ਆਪਣੇ ਦੇਸ਼ ਵਿੱਚ ਹੁਣ ਪੁੱਟ ਕਬਰਾਂ ਦਿੱਤੀਆਂ ਉਹ ਟਾਈਮ ਲੱਗ ਗਿਆ ਨਾ ਵਾਹਵਾ ਅੱਜ ਕੱਲ੍ਹ ਮਸ਼ੀਨਾਂ ਹੁੰਦੀਆਂ ਅਤੇ ਦਿਹਾੜੀ 'ਚ ਕਬਰ ਨਿਬੇੜ ਦੇਣਾ ਸੀ ਉਹ ਵਾਹਵਾ ਕਈਆਂ ਕਈਆਂ ਨਾਲ ਲੱਗੇ ਕੈਂਚੀਆਂ ਨਾਲ ਉਹ ਕਿਤੇ ਲੱਤਾਂ ਵੱਲ ਵੱਜ ਪਵੇ ਕਿਤੇ ਗੋਡਿਆਂ ਹੁਣ ਆ ਹੀ ਉਹ ਉੱਥੇ ਹੋਵੇ ਕੁੱਖ ਨਾ ਫਿਰ ਵੇਖਣਾ ਵੀ ਸਿਰ ਕਿੱਧਰ ਸਿਰ ਸਿਰ ਕਹਿੰਦੇ ਅਸੀਂ ਜਦੋਂ ਦੱਬਣੇ ਆ ਪੱਛਮ ਨੂੰ ਰੱਖਣੇ ਇੱਧਰੋਂ ਪੁੱਟੋ ਇਹ ਲੋਕ ਨਾ ਆਪਾਂ ਤਾਂ ਸੰਸਕਾਰ ਕਰਨੇ ਨਾ ਪਹਾੜ ਨੂੰ ਸਿਰ ਕਰਕੇ ਇਹ ਲਹਿੰਦੇ ਨੂੰ ਕਰਕੇ ਦੱਬਦੇ ਵੀ ਰੱਬ ਇੱਧਰ ਹੈ ਬਾਈ ਅੱਛਾ ਅਸੀਂ ਪਹਾੜ ਨੂੰ ਕਿਉਂ ਕਰਦੇ ਹਾਂ ਗੁਰੂ ਹਰਗੋਬਿੰਦ ਮਹਾਰਾਜ ਨੇ ਕਿਹਾ ਸਿੱਖੋ ਕਿਸੇ ਵੀ ਸਿੱਖ ਦਾ ਸੰਸਕਾਰ ਕਰੋ ਅਤੇ ਸਿਰ ਪਹਾੜ ਨੂੰ ਕਰਿਆ ਕਰੋ ਹੁਣ ਗੁਰੂ ਜਾਣੇ ਕਿਉਂ ਨਾ ਆਖ ਦਿੱਤਾ ਪਰ ਇਹ ਲਹਿੰਦੇ ਨੂੰ ਕਰਦੇ ਕਹਿੰਦੇ ਇੱਧਰੋਂ ਪੁੱਟੋ ਸਾਰੀ ਨਾ ਪੁੱਟਣੀ ਪਵੇ ਸ਼ਾਇਦ ਮੂੰਹ ਛੇਤੀ ਮਿਲ ਜਾਏ ਤੋ ਪਟਾ ਕਬਰਾਂ ਦਿੱਤੀਆਂ ਕੈਰੂ ਬਾਦਸ਼ਾਹ ਨੇ ਵਾਹ ਵਾਈ ਸੈਂਕੜੇ ਰੁਪਈਏ ਕਬਰਾਂ 'ਚ ਲੱਭ ਗਏ ਸੁੱਟੋ ਬਾਈ ਹੋਰ ਢੇਰ ਵੱਡਾ ਹੋ ਜਾਏ ਹੋਰ ਗੰਜ ਵੱਡਾ ਹੋ ਜਾਏ ਗੁਰੂ ਜੀ ਕਹਿੰਦੇ ਹਾਂ ਭਾਈ ਅਸੀਂ ਇਹ ਜਾਣਦੇ ਹਾਂ ਤੂੰ ਸਾਡਾ ਸੰਦੇਸਾ ਦੇ ਦੇ ਬਾਲੇ ਮਰਦਾ ਇਹਨੂੰ ਕਹਿੰਦੇ ਲਿਆਓ ਠੀਕ ਕਰੀਆਂ ਉਹ ਗੋਲ ਗੋਲ ਕਰਕੇ ਨਾ ਠੀਪੇ ਜੇ ਗੋਲ ਗੋਲ ਜੇ ਅਤੇ ਐ ਢੇਰ ਲਾਈ ਜਾਣ ਗੁਰੂ ਜੀ ਹੇਠ ਉੱਤੇ ਚੱਟੇ ਆਪਾਂ ਜਿਵੇਂ ਯੂਪੀ 'ਚ ਚੱਟੇ ਕਹਿ ਦਿੰਦੇ ਹਾਂ ਲਾਈ ਜਾਣ ਲਿਆ ਬਈ ਹੋਰ ਲਿਆ ਲੱਭ ਕੇ ਦੋਵੇਂ ਲਈ ਆਉਂਦੇ ਨੇ ਘੜ ਘੜ ਕਿਤੇ ਲਾਈ ਆਉਂਦੇ ਨੇ ਰਾਜਾ ਵੀ ਆ ਗਿਆ ਕਹਿੰਦਾ ਇਹ ਦਰਵੇਸ਼ ਇਹ ਫਕੀਰ ਆ ਕੀ ਕਰਦੇ ਹੋ ਗੁਰੂ ਜੀ ਕਹਿੰਦੇ ਤੁਸੀਂ ਕੀ ਕਰਦੇ ਹੋ ਕਹਿੰਦੇ ਅਸੀਂ ਰਾਜ ਕਰਦੇ ਹਾਂ ਅੱਛਾ ਅਸੀਂ ਇਹ ਠੀਕ ਕਰਾਂ ਕੱਢਦੇ ਹਾਂ ਨਹੀਂ ਇਹ ਕਰੋਗੇ ਕੀ ਕਿ ਕਹਿੰਦੇ ਰਾਜਨ ਜਦੋਂ ਮਰ ਕੇ ਅੱਗੇ ਜਾਵਾਂਗੇ ਤੇ ਇਹ ਨਾਲ ਲੈ ਜਾਵਾਂਗੇ ਹੱਸ ਪਿਆ ਕਹਿੰਦਾ ਵਾਹ ਬਈ ਵਾਹ ਸੁਣਿਆ ਸੀ ਸਾਧੂ ਸੰਤ ਭੋਲੇ ਹੀ ਹੁੰਦੇ ਨੇ ਵੀ ਅੱਜ ਮੱਥੇ ਲੱਗੇ ਅੱਜ ਕੱਲ੍ਹ ਵੀ ਇਸ ਤਰ੍ਹਾਂ ਕਹਿੰਦੇ ਸਾਧੂ ਸੰਤ ਤਾਂ ਭੋਲੇ ਹੀ ਹੁੰਦੇ ਉਹਨਾਂ ਦੀ ਗੱਲ ਉਹਨਾਂ ਚਲਾਕ ਬਣ ਕੇ ਲੈਣਾ ਵੀ ਕੀ ਹੈ ਭਾਈ ਸਭ ਤੋਂ ਭੋਲਾ ਰੱਬ ਰੱਬ ਕਹਿੰਦਾ ਛੱਡੋ ਚਲਾਕੀਆਂ ਮੇਰੇ ਵਰਗੇ ਭੋਲੇ ਹੋ ਜਾਓ ਜੇ ਮੈਨੂੰ ਮਿਲਣਾ ਹੋ ਕੋਈ ਭੋਲਾ ਹੋਵੇ ਤਾਂ ਮਾਰ ਲਿਆ ਚਲਾਕੀਆਂ ਨੇ ਦੁਨੀਆਂ ਤਦੇ ਹੀ ਦੁਖੀ ਹੈ ਭੋਲਾ ਪਾਓ ਜੀ ਗੋਬਿੰਦ ਨੂੰ ਮਲਾਵੇ ਭੋਲਾ ਪਾਓ ਜੀ ਗੋਬਿੰਦ ਨੂੰ ਮਲਾਵੇ ਪਾਓ ਜੀ ਗੋਬਿੰਦ ਨੂੰ ਮਲਾਵੇ ਭੋਲਾ ਪਾਓ ਜੀ ਗੋਬਿੰਦ ਨੂੰ ਗੋਬਿੰਦ ਨੂੰ ਮਲਾਵੇ ਭੋਲਾ ਪਾਓ ਜੀ ਗੋਬਿੰਦ ਨੂੰ ਮਲਾਵੇ ਪਾਓ ਜੀ ਗੋਬਿੰਦ ਨੂੰ ਮਲਾਵੇ ਭੋਲਾ ਪਾਓ ਜੀ ਗੋਬਿੰਦ ਨੂੰ ਮਲਾਵੇ ਭੋਲਾ ਪਾਓ ਜੀ ਗੋਬਿੰਦ ਨੂੰ ਮਲਾਵੇ ਭੋਲਾ ਪਾਓ ਜੀ ਗੋਬਿੰਦ ਨੂੰ ਮਲਾਵੇ ਮਿਲਾਵੇ
ऐसी देख के हस रहा राजा, ए फकीर ए पीर साईं, ये ठीकरियां नाल नहीं जानियां। गुरु जी कहते भाई असी तो इसे करके कड़कड़ रखन डे हैं, क्यों मरदाने होर लिया वो लई आंदा कड़ी। फिर महाराज मैं बेनती करा ठीकरां नाल नहीं जानियां। गुरु जी कहते क्यों भाई क्यों नहीं जानियां, जदों बंदा मर जांदा है जी साढ़े विच दब दब देंदे ने हिंदुआं विच संस्कार, ये इन्नी चीज नहीं नाल जानी। गुरु जी कहते अच्छा नाल नहीं कुछ जाना, ना महाराज ए फकीर साईं मेरी बेनती ना करो, क्यों मेहनत करते हो क्यों ढेर कुछ नहीं नाल जाना। गुरु जी कहते भाई तुसी तो लै जाओगे ना साडिया ठीकर, साढ़े को नहीं जानिया तुसी लै जाओगे ना, कहते मैं किवें लै जाऊंगा, कहते घर रखो लै जाओ जदों परलोक जाओगे। महाराज मैं तो तुहानू कह रहा तुहाडे नाल नहीं जानिया तो मैं किवें लै जाऊंगा। गुरु जी कहते इस तरह है कैरू आ चाली ढेर वे वे चाली गंज कहो रुपया जिन्ना गड्डिया ते मर लेंगे ये लदेंगा आ दो पंडा साड़िया ठीकर भी नाल। हुण बोले ही नहीं गया भी आ की बनिया हैं, ये तो जाना नहीं गा ये जाना नहीं गा, हा जिथे इन्ने ढेर मर के लै जाएगा ना अगे ता साड़ियां भाई रब दे प्यारे दियां दो पन्ना ठीकरा भी नाल गड्डे च रख ली कितें खोते खाते ते। सोची जांदा है कहते महाराज नाल तां कुछ नहीं जाना, कहते मैं एवें लुट लुट के कट्ठा ही कीता ही टै चरना दे पिया। गुरु जी का समझाउण दा टंग बड़ा निराला, महाराज बड़ी कृपा की। मैं तो बहुत भुल विच सी, बहुत वड्डी भुल विच सी, दमड़ा उसी का जो खर्चे अरखाए होछा ना रखे अकेला ना खाए। गुरु जी बेनती की महाराज मैं की करा, कहते बस थोड़ा जा रख ला थोड़ा जा। आ हुण सरकार कानून बना रही 500 साल बाद जिहदे कोल बहुत है दूजे नूं दिओ भाई। गुरु जी तो उदों ही कह दिता सी, उदों ही वड्डिया लोगों ते सीरिंग उदों ही लाती सी बाबे नानक ने, उदों ही हिसाब दा ही रखो भाई, बहुता नहीं चंगा हुंदा तन खराब करदा। ते गुरु जी कहते थोड़ा जा रख लै बाकी वंड दे पबलिक सारी कर कठी। हुण राज दा हुक्म डरदे ही लैणा दियां लैणा तुरे ही आउंदे ने, दुनिया ही कट्ठी होगी। राजा कहते तो भला कट्ठे ना हो लोग। जो बहुत गुरु जी कहते बह जाओ भाई, ये पैसा तुहानू वंडिया जाएगा सारे नू मिलिया, बड़े खुश भी गुरु नानक जी आए साड़ी सुनी गई मर चले सी, किसी ने गाय मज देनी कणक लैनी किसी आटा देना तो कपड़ा लैना कपड़ा देना तो दुध, बड़ी मुसीबत पैसे तो बिना था। थोड़ा चिर रुके सी ना पिछले साल नोटबंदी किवें नक च दम आ गया जी बड़े बड़े लगे लैणा च, तो उत्थे जिथे कई साल पैसा वेखिया नहीं किसी, अंदाजा लाओ किन्नी पब्लिक दुखी हुई होगी। उत्तों हिसाब ला लो भी की सी पल्ले लोगों के, बड़े खुश कई तो खुशी च ही रोई जान। महाराज बड़ी कृपा की सच्चे पातशाह वंडिया गया। गुरु जी कहते एक तन होर भाई महाराज वह भी लियाओ, उन्हें पढ़ भी हूँ हीरे मोतियां का खजाना खोलणगे भी एदू वड्डा। गुरु जी कहते बह जाओ सारा, पता नहीं किन्नी क दुनिया तो। गुरु जी ने कीर्तन सुनाया बचन सुनाए, कहते ऐ दसो ये जिहड़ा तुहानू तुहानू दवाया है कैरू को, इहदा प्यो सी हैरू बादशाह, उन्हें भी जोड़िया सी पैसा उदों धरती फट गई सी सब गर्क, ते इन्हें इन्ना पाप किया धरती भी नहीं फटन रही इहदी वारी ते तुहानू वंड दित्ता है, ये किन्ना क चिर चलेगा। महाराज अगों कमाई करांगे हुण तां काम चल पैणा, नहीं फिर जदों परलोक विच जाओगे उत्थे की खाओगे, पैसे तो नहीं जाने। कि महाराज ये नहीं सानू पता परलोक किहड़े शहर हुंदा है किहड़े देश विच हुंदा है किहो जिहा हुंदा है, महाराज कित्थे हुंदा है कईआं नूं पता ही नहीं हुंदा कख वी। हजूर कहिंदे जदों शरीर छड के अगे जाईदा परे लोक परलोक जिथे आम किसे दी पहुंच उत्थे रूह जांदी है। अना एमपी च एक पिंड है, हुण तां शहर बणिया होइआ शहर,
ललितपुर का उहदा नाम है ललितपुर। तो उत्थे गुरु नानक जी आए तो उत्थे साध संगत एक ना किसी का कोई मुंडा मर गया, उन लई जान चौके तो पिछे ढोल वजाउण ते गीत गाउण बड़ी खुशी कि विआह ना भी जा। गुरु जी कहिंदे मरदाने बुलाई इन्हां नूं जरा आ गए, तुसीं इन्ने खुश क्यों? कहिंदे जी रब नालों विछड़िया सी साढ़े, जदों जन्म हुंदा सी रोंदे सारे भी रब नालों विछड़ गया तो मर गया, ये रब नूं मिल गया तो मिल गया तो बड़ी खुशी मनाउने। गुरु जी कहिंदे आ देखो जम लई जांदे कुट पड़ी पैरी नूं, सारिआं नूं दिखा दित्ता ओह तो बड़ा माड़ा हो रहा। कहिंदे इह कादी खुशी है, जन्म बर्बाद करके गया, इस तरह नहीं करीदा। जदों आउंदा उदों खुशी हुंदी है, जांदा उदों आम बंदा गमी विच है। तुसीं कहिड़े एडे रब दा सरूप समझाया चंगी तरह, ललितपुर शहर दी इहने साखी ता इंज नहीं करीदा। हुण गुरु जी कहिंदे देखो जदों रूह अगे जांदी है उहदी खुराक तां भाई नाम है। अच्छा नाम कहिड़ी हट्टी तों मिलदा जी? नवें नवें रुपये मिले ने दे के थोड़ा जिहा लै उन्हें जिहड़ा रूह दे काम आवे। गुरु जी कहिंदे नाम तां भाई गुरु कोलों ही मिलदा, नानक की कर केवल नाम, ये किसे हट्टियों नहीं मिलता, ये अमुल है साई नाम अमोल, कीम ना कोई जान दो। इहदी कीमत तां कोई दे ही नहीं सकता। महाराज फिर छेती दिओ जिहदी कीमत ही कोई नहीं दे सकता। गुरु जी कहिंदे भी चरण पौल मिलेगी, रहता तो करहता भी दसांगे। हुण आप सलावां करनगे मरन तो बाद भी। गुरु जी ने दस्या एक धन पक्का अते कच्चा, कहिंदे ओह जरूर लैणा सी, ओह जरूर लैणा। हुण सारिआं ने चरण पौल लई, सब गुरु नानक दे सिख बणदे जा रहे ने, सारे ही बोलिया करो नाम अमोला जी मेरे साहिब दा, नाम अमोला जी मेरे साहिब दा, नाम अमोला जी मेरे साहिब दा, नाम अमोला जी मेरे साहिब दा। नाम अमोला जी मेरे साहिब दा, नाम अमोला जी मेरे साहिब दा। कंचन सिपाही नहीं तोल, सोने नाल चांदी नाल रुपए नाल पैसे नाल ये चीज नहीं मिलती। मन दे राम लिया है मोल, मन जिहड़ा देंदा है ना गुरु महाराज ने फिर कोई फुरना नहीं आता। इंदुर मन दे दिता बस, तन दे दिता बरियाईयां गई सारी, कोई भी रह गई तो शरीर तो गुरु के हुक्म चलेगा। तन दे दिता हुण पाप च नहीं लाएगा, चंगे पासे लाएगा। तदे ऐसा कुआरी कोई सेठ तो कबीर जी को आया, कहिंदा भगत जी
ਮੈਨੂੰ ਵੀ ਨਾਮ ਦੇ ਦਿਓ। ਅੱਛਾ ਉਹਨਾਂ ਦੇਖਿਆ ਵੀ ਹੈ ਤਾਂ ਇਹੋ ਜਿਹੀ ਕਹਿੰਦੇ ਕਮਾਲੇ ਬੇਟਾ ਲਿਆਈ ਆ ਤਰੱਕੜੀ ਅਤੇ ਨਾਲੇ ਛੁਰੀ ਲਿਆ। ਅੱਛਾ ਜੀ ਤਰੱਕੜੀ ਲੱਗ ਗਿਆ ਹੁਣ ਛੁਰੀ ਲੈਣ ਗਿਆ ਤਿੱਖੀ ਕਰ ਲਈ ਜਰਾ। ਅੱਛਾ ਜੀ ਉਹ ਪੱਥਰ 'ਤੇ ਰਗੜਨ ਡੇ ਭਗਤ ਜੀ ਨਾਮ ਕਹਿੰਦੇ ਬਸ ਤੇਰਾ ਹੀ ਕੰਮ ਕਰਨ ਲੱਗੇ। ਮੇਰਾ ਹਾਂ ਬੇਟਾ ਲਿਆ ਰਿਹਾ ਛੁਰੀ ਪੱਥਰ 'ਤੇ ਰਗੜ ਕੇ ਤੇਰਾ ਸਿਰ ਵੱਢ ਕੇ ਪਾਵਾਂਗੇ ਛਾਬੇ 'ਚ ਬਰਾਬਰ ਤੋਲ ਕੇ ਦੇ ਦਿਆਂਗੇ। ਉਹ ਤਾਂ ਕੰਬਣ ਲੱਗ ਪਿਆ ਕਹਿੰਦਾ ਇਦੋਂ ਤਾਂ ਨਾਮ ਤੋਂ ਹੀ ਬਗੈਰ ਹੀ ਚੰਗੇ ਆ ਜੀ। ਸੋਨਾ ਸੋਨਾ ਲੈ ਲਓ ਭਗਤ ਜੀ ਪੈਸੇ ਲੈ ਲਓ ਕੁਛ ਹੋਰ ਤੁਸੀਂ ਤਾਂ ਮਾਰ ਕੇ ਮੈਨੂੰ ਦਿਓਗੇ ਨਾਮ ਇਹੋ ਜਿਹਾ ਨਾਮ ਜਿਹੜਾ ਮੌਤ ਹੀ ਲਿਆ ਦੇ। ਕਹਿੰਦੇ ਭਾਈ ਇਹ ਸੋਨੇ ਸਾਨੇ ਨਾਲ ਨਹੀਂ ਮਿਲਦਾ ਤਾਂ ਸਿਰ ਦੇਣਾ ਹੀ ਪੈਂਦਾ। ਕੰਚ ਸਿਉਂ ਪਾਈਆ ਨਹੀਂ ਤੋਲ ਮਨ ਦੇ ਰਾਮ ਲਈ। ਜਦੋਂ ਮਨ ਦੇ ਤਾਂ ਤਨ ਕਿਹੜਾ ਪਿੱਛੇ ਰਹਿ ਗਿਆ। ਕਹਿੰਦਾ ਪਰ ਮੈਂ ਤੇ ਨਾਮ ਤੋਂ ਬਗੈਰ ਹੀ ਚੰਗਾ ਮਹਾਰਾਜ ਮੇਰੇ ਤੇ ਬਸ ਕਿਰਪਾ ਹੀ ਰੱਖੋ। ਸਾਡਾ ਗੁਰੂ ਵੀ ਗੁਰੂ ਮਹਾਰਾਜ ਵੀ ਗੱਲ ਉਹੋ ਹੀ ਹੈ ਥੋੜ੍ਹਾ ਅੱਖਰਾਂ ਦਾ ਹੀ ਹੈ ਇਸੇ ਤਰ੍ਹਾਂ ਹੀ ਕਹਿੰਦੇ ਨੇ ਮਰਨਾ ਕਬੂਲ ਲੈ ਜੀਵਨ ਦੀ ਛੱਡ ਦੇ ਆਸਾ। 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 ਪਹਿਲਾ ਕਦਮ ਪਹਿਲਾ ਅੱਖਰ ਮਰਨ ਕਬੂਲ ਮਨ ਫਿਰ ਸਾਰਿਆਂ ਦੇ ਚਰਨਾਂ ਦਾ ਦਾਸ ਕਬੀਰ ਸਭ ਤੇ ਹਮ ਬੁਰੇ। ਮਹਾਰਾਜ ਕਹਿੰਦੇ ਫਿਰ ਆ ਮੇਰੇ ਕੋਲ ਚਾਹੀਦਾ ਨਾਮ ਫਿਰ ਮਿਲ ਜਾਏਗਾ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਵੀ ਇਸ ਜਿਉਂਦੇ ਰਹੀਏ ਕਦੇ ਮੌਤ ਨਾ ਕਿਤੇ ਆ ਜਾਏ। ਇਹਨੂੰ ਹੋਰ ਵੀ ਸਮਝਣਾ ਹੋਵੇ ਤਾਂ ਇਸਲਾਮ ਵਿੱਚ ਜਦੋਂ ਵਿਆਹ ਹੁੰਦੇ ਨਾ ਹੁਣ ਵੀ ਇਹਨਾਂ ਲੋਕਾਂ ਦੇ ਅਤੇ ਉਹ ਪੜ੍ਹਦੇ ਉਹ ਐਤਾਂ ਕੁਰਾਨ ਸ਼ਰੀਫ ਦੀਆਂ ਅਤੇ ਉਹ ਬੀਬੀ ਅਤੇ ਭਾਈ ਨੂੰ ਬਿਠਾ ਦਿੰਦੇ। ਉਹ ਫਿਰ ਪੁੱਛਣ ਲੱਗੇ ਕਹਿੰਦੇ ਇਹ ਬੀਬੀ ਇਹ ਗੰਜਾ ਕਾਣਾ ਕਬੂਲ ਉਹ ਹਾਂ ਕਬੂਲ ਇਹ ਲੂਲਾ ਲੰਗੜਾ ਕਬੂਲ। ਉਹ ਕਹਿੰਦੀ ਹਾਂ ਕਬੂਲ। ਪਹਿਲਾਂ ਉਹਨੂੰ ਪੁੱਛਿਆ ਸੀ ਹੁਣ ਉਹਨੂੰ ਪੁੱਛ ਰਿਹਾ ਜੀ ਰਿਵਾਜ਼ ਨੇ ਆਪਣੇ ਆਪਣੇ ਵੀ ਆਹ ਇਸ ਤਰ੍ਹਾਂ ਵਿਆਹ ਹੁੰਦਾ ਇਸ ਤਰ੍ਹਾਂ ਇਹ ਬਿਲਕੁਲ ਨਖੱਟੂ ਹੈ ਕਿਉਂ ਬੀਬੀ ਕਬੂਲ ਹਾਂ ਕਬੂਲ ਉਹ ਸਾਰਾ ਹੀ ਮੰਨੀ ਜਾਂਦੀ। ਕਹਿੰਦੇ ਇਹ ਗੱਲ ਕਰਕੇ ਮੁੱਕਰ ਜਾਂਦਾ ਉੱਠ ਕੇ ਚਲੀ ਗਈ ਕਹਿੰਦੇ ਹੁਣ ਨਹੀਂ ਕਬੂਲ।
ਜਿਹੜਾ ਗੱਲ ਕਰਕੇ ਮੁੱਕਰ ਗਿਆ ਇਹਦੇ ਪੱਲੇ ਕੱਖ ਨਹੀਂ, ਤੇ ਕੱਲ ਮੈਨੂੰ ਵੀ ਕਹਿ ਦੇ ਕਿ ਵੀ ਜਾ ਭਜਨ ਕਰੇ ਤਾਂ ਖਿਸਕ ਜਾਏ ਸੋਈ ਨਰਕੱਚਾ, ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰਮ ਚਾ, ਜਮ ਦੂਤੀ ਫਿਰ ਹੀੜਿਆ ਦੁਖੀ ਮੈਂ ਪੱਚਾ, ਵਤ ਪਾਓ ਧਰਮ ਕਾ ਨਾਨਕ ਦਰ ਸੱਚਾ। ਰੱਬ ਨਾਲ ਵਾਇਦਾ ਕੀਤਾ ਸੀ ਰੂਹ ਨੇ, ਰੱਬ ਨਾਲ ਕਿਸੇ ਬੰਦੇ ਨਾਲ ਕੀਤਾ ਹੁੰਦਾ ਤਾਂ ਮੁੱਕਰ ਜਾਂਦਾ, ਤੇ ਲੈ ਪੰਚਾਇਤਾਂ ਤਿਆਰ ਹੋ ਜਾਂਦੀਆਂ। ਉੱਤੋਂ ਮੁੱਕਰ ਵਾਇਦਾ ਕੀਤਾ ਸੀ ਬੰਦੇ ਨਾਲ, ਹਾਂ ਤੇ ਅਸੀਂ ਫਿਰ ਇਕੱਠੇ ਹੋ ਕੇ ਆਏ, ਤੂੰ ਬੰਦਾ ਹੈ, ਤੂੰ ਮੁੱਕਰ ਗਿਆ। ਹੁਣ ਰੱਬ ਨੇ ਬੜੇ ਬੜੇ ਕੱਲੇ ਵੀ ਜਾਓ ਇਹਨੂੰ ਚੇਤਾ ਕਰਾਓ, ਕਿਤੇ ਜੂ ਨਹੀਂ ਸਰਕਦੀ ਕੋਈ ਵਿਰਲਾ ਹੀ ਹੈ। ਵਾਇਦਾ ਕੀਤਾ ਹੋਇਆ ਮੁੱਖ ਤਲੇ ਪੈਰ ਪੂਰੇ ਵਸੰਦਾ ਕਥਲੇ ਥਾਏ, ਨਾਨਕ ਸੋ ਤਣੀ ਕਿਉਂ ਵਸਾਰਿਓ ਉਧਰ ਹੈ ਜਿਸ ਦਿਨ। ਮੈਂ ਮਹਾਰਾਜ ਤੁਹਾਡਾ ਹੀ ਭਜਨ ਕਰੂੰ, ਇਹਦੇ ਨੌ ਦਰਵਾਜ਼ੇ ਪੰਜ ਦਸਵਾਂ ਖੁੱਲ੍ਹਾ, ਸੌ ਜਨਮ ਦੀ ਸੋਝੀ, ਪਹਿਲਾਂ ਮੈਂ ਉਹ ਹੁੰਦਾ ਸੀ, ਆਹ ਹੁੰਦਾ ਸੀ, ਫਲਾਣੇ ਦੇ ਚੱਲਿਆ, ਇੰਨਾ ਕਿਤੇ ਰਹਿਣਾ, ਵਾਪਸ ਸਭ ਚੇਤਾ। ਹੁਣ ਦਸਵਾਂ ਬੰਦ ਨੌ ਗਏ ਖੁੱਲ੍ਹ ਤੇ ਮੱਤ ਗਈ ਮਾਰੀ, ਮਾਇਆ ਹੀ ਵਰਤ ਗਈ ਜੰਮਦੇ ਨੂੰ, ਜਨਮ ਤੋਂ ਮੋਇਓ ਮੋਹਣੀ ਮਾਇਆ। ਹੁਣ ਅੱਜ ਬੱਚੇ ਦਾ ਜਨਮ ਹੋਇਆ, ਇਹਨੂੰ ਪਤਾ ਹੀ ਨਹੀਂ ਪੈਸੇ ਕਿਹੋ ਜਿਹੇ ਹੁੰਦੇ ਨੇ, ਚਲੋ ਢਾਈ ਤਿੰਨਾਂ ਸਾਲਾਂ ਦੇ ਤਾਂ ਵਾਹਵਾ ਫੜ ਲੈਂਦੇ ਨੇ, ਮੂੰਗਫਲੀ ਲਵਾਂਗੇ ਇਹਦੀ। ਗੁਰੂ ਜੀ ਕਹਿੰਦੇ ਜੰਮਦੇ 'ਤੇ ਹੀ ਪੈ ਗਈ, ਤਾਂ ਮਤਲਬ ਮਾਇਆ ਕੋਈ ਹੋਰ ਚੀਜ਼ ਹੈ। ਮਾਇਆ ਕਿਸ ਨੂੰ ਆਖੀ ਕਿਆ ਇਹ ਕਰਮ ਕਮਾਏ, ਸੁੱਖ ਦੁੱਖ ਜੀਓ ਬੰਦਾ ਵਿੱਚ ਹੋਮੇ, ਮਾਇਆ ਨਾਮ ਗਰਭ ਜੂਨ ਕਾ, ਜੰਮਣਾ ਮਰਨਾ ਆਉਣਾ ਜਾਣਾ ਇਹੀ ਹੈ ਮਾਇਆ। ਉਹ ਪੈ ਗਈ, ਹੁਣ ਭੁੱਲ ਗਿਆ, ਹੁਣ ਨਾਮ ਨੂੰ ਕਿੱਥੇ ਚੇਤੇ, ਕਿਤੇ ਦੁੱਧ ਨਾਲ, ਕਿਤੇ ਕੰਮਾਂ ਨਾਲ ਵੱਡੇ ਹੋ ਗਏ, ਹੋਰ ਇੱਧਰ ਉੱਧਰ ਪਤਾ ਨਹੀਂ ਕਿੰਨੀਆਂ ਗੱਲਾਂ, ਨਾਮ ਤਾਂ ਬਹੁਤ ਪਿੱਛੇ ਗੱਲ ਰਹਿ ਗਈ। ਫਿਰ ਜਦੋਂ ਮਰ ਕੇ ਅੱਗੇ ਜਾਏਗਾ ਫਿਰ ਚੇਤਾ ਆ ਜਾਏਗਾ ਰੂਹ ਨੂੰ ਵੀ ਉਹ ਨਾਮ ਨਹੀਂ ਜਪਿਆ, ਤਦੇ ਹੁਣ ਕੱਖ ਨਹੀਂ ਮਿਲਦਾ। ਜਿੰਨੀ ਸਾਰ ਨਾਮ ਨਾ ਚੇਤੇ ਮਾਨਸ ਜਨਮ ਦੁਲੰਬ ਹੈ, ਮਾਨਸ ਜਨਮ ਦੁਲੰਬ ਹੈ, ਨਾਮ ਬਿੰਦੇ ਤੋਂ ਸੁਝਾਏ ਹੁਣ ਵਥਿਆਰ ਨਾਮ ਨ ਬੀਜਿਓ, ਨਾਮ ਨਾ ਬੀਜਿਓ ਅੱਗੇ ਭੁੱਖਾ ਗਿਆ ਖਾਏ ਮਨ ਮੁਖਾ ਨੂੰ ਫਿਰ ਜਨਮ, ਮਨ ਮੁਖਾ ਨੂੰ ਫਿਰ ਜਨਮ ਹੈ ਨਾਨਕਾਰ ਪਾਏ। ਇੱਕ ਸਵਾਲ ਆਉਂਦਾ ਵੀ ਇੰਨਾ ਇਹਨੂੰ ਸਮਝਾਇਆ ਜਾਂਦਾ, ਇੰਨਾ ਦੱਸਿਆ ਜਾਂਦਾ, ਫਿਰ ਕਿਉਂ ਨਹੀਂ ਸਿਮਰਨ ਹੁੰਦਾ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸਾਖੀ ਸੁਣਾਈ ਸੱਚੇ ਪਾਤਸ਼ਾਹ ਨੇ ਕਿ ਸਾਧ ਸੰਗਤ, ਇੱਕੋ ਹੀ ਭਾਈ ਚੱਲਿਆ ਬਾਹਰ ਰੀਆਂ ਜੰਗਲਾਂ 'ਚ ਰਸਤਾ ਤੈਅ ਕਰਦਾ, ਤਾਂ ਕੀ ਦੇਖਿਆ, ਅੱਗੋਂ ਸ਼ੇਰ ਨਿਕਲ ਆਇਆ ਜੰਗਲ 'ਚੋਂ, ਉਹਨੇ ਦੌੜਿਆ ਵੀ ਜਾਨ ਬਚਾਈਏ, ਤਾਂ ਬੋੜ ਦੀਆਂ ਜੜ੍ਹਾਂ ਖੂਹ ਵਿੱਚ ਲਮਕੀਆਂ ਸੀ, ਫੜ ਕੇ ਲਮਕ ਗਿਆ ਵੀ ਇੱਥੇ ਸ਼ੇਰ ਦਾ ਬਲ ਨਹੀਂ ਪੈਣਾ, ਜਾਂ ਉੱਪਰ ਦੇਖਿਆ ਤੇ ਬੋੜ ਦੀ ਜੜ ਕਾਲੇ ਰੰਗ ਦੀ ਚੂਹੀ, ਚਿੱਟੇ ਰੰਗ ਦਾ ਚੂਹਾ, ਆ ਚਿੱਟੇ ਚੂਹੇ ਸ਼ਹਿਰਾਂ 'ਚ ਬੜੇ ਹੁੰਦੇ ਨੇ, ਚਿੱਟੇ ਦੇਖੇ ਮੈਂ ਬਿਲਕੁਲ ਦੁੱਧ ਵਰਗੇ ਚਿੱਟੇ, ਤਾਂ ਚਿੱਟਾ ਚੂਹਾ ਅਤੇ ਕਾਲੀ ਛੂਈ ਉਹ ਜੜ੍ਹ ਨੂੰ ਕੱਟਣ ਨੂੰ ਦੇਖਿਆ ਵੀ ਜੇ ਕੱਟ ਲਿਆ ਮੈਂ ਡਿੱਗ ਜਾਂਗਾ, ਤਾਂ ਥੱਲੇ ਦੇਖਿਆ ਤਾਂ ਅਜਗਰ ਸੱਪ, ਲੈ ਇਹ ਤਾਂ ਸਾਬਤ ਹੀ ਖਾ ਜਾਏਗਾ। ਇਹ ਬੜੇ ਬੜੇ ਵੱਡੇ ਹੁੰਦੇ ਅਤੇ ਹਾਥੀਆਂ ਨੂੰ ਵੀ ਐਂ ਲਗਾ ਜਾਂਦੇ ਜਿਵੇਂ ਮੱਛਰ, ਐਡੇ ਐਡੇ ਹੱਥ ਵੱਡੇ ਸੱਪ, ਛੋਟੇ ਵੀ ਵੱਡੇ ਵੀ ਬਹੁਤ ਹੁੰਦੇ, ਤਾਂ ਦੇਖਿਆ ਵੀ ਇਹ ਤਾਂ ਇਹ 'ਚ ਡਿੱਗਾਂਗਾ। ਉੱਤੇ ਬੋਰਡ 'ਤੇ ਲੱਗਿਆ ਸ਼ਾਇਦ ਬਾਜ਼ ਨੇ ਮਾਰੀ ਚੁੰਝ, ਕੁਛ ਖਾਧਾ ਉਹ ਚੋਣ ਲੱਗ ਗਿਆ, ਡਿੱਗਣ ਲੱਗੀਆਂ ਬੂੰਦਾਂ,
ਇਹਦੇ ਬੁੱਲਾਂ 'ਤੇ ਵੀ ਇਹਨੇ ਚੱਟਿਆ ਵੀ ਆਹ ਬਹੁਤ ਮਿੱਠਾ ਇਹ ਚੱਟੀ ਜਾਏ ਉਤੋਂ ਡਿੱਗੀ ਜਾਣ ਤਾਂ ਉਹ ਚੱਟਦਾ ਰਿਹਾ ਅੰਤ ਨੂੰ ਮੂਸਾ ਇਲਾਜ ਟਿਕਾਨੀ ਗੁਰੂ ਜੀ ਕਹਿੰਦੇ ਸਾਧ ਸਿੰਘ ਜੀ ਦਿਨ ਹੈ ਚਿੱਟਾ ਚੂਹਾ ਅਤੇ ਰਾਤ ਹੈ ਕਾਲੀ ਚੂਹੀ ਇਹ ਸਵਾਸਾਂ ਰੂਪੀ ਇਹਦੀ ਜੜ ਫੜ ਕੇ ਸਰੀਰ ਵਿੱਚ ਲਮਕੀ ਰੂਹ ਇਹ ਵੱਢ ਰਹੀ ਹੈ ਰੋਜ਼ ਵੱਢਿਆ ਜਾ ਰਿਹਾ ਅੰਨ ਦਿਨ ਮੂਸਾ ਲਾਜ ਟਿਕਾਨੀ ਕੀਰਤ ਖੂਬੇ ਖਾਏ ਮਿਠਾਈ ਹੁਣ ਇਹ ਸਰੀਰ ਰੂਪੀ ਖੂਹ ਵਿੱਚ ਪਿਆ ਫਿਰ ਖਾਂਦਾ ਮਿਠਾਈਆਂ ਉਹ ਚੱਟਦਾ ਸ਼ਹਿਦ ਉਹ ਚਲਣ ਉਹ ਚਿੱਟਾ ਚੂਹਾ ਅਤੇ ਕਾਲੀ ਚੂਹੀ ਲੱਗੇ ਸੀ ਕਿੱਧਰ ਕਿੱਧਰ ਉਹਨਾਂ ਜੜ ਵੜ ਦਿੱਤੀ ਸਿੱਧਾ ਗਿਰਿਓ ਜਾਏ ਰਸਾਤਲ ਉਹ ਤਾਂ ਸੱਪ ਦੇ ਮੂੰਹ 'ਚ ਪੈ ਗਿਆ ਤਾਂ ਦੱਸੋ ਭਾਈ ਸਾਧ ਸਿੰਘ ਜੀ ਬੰਦਾ ਮੂਰਖ ਸੀ ਕਿ ਸਿਆਣਾ ਕਹਿੰਦੇ ਸੱਚੇ ਪਾਤਸ਼ਾਹ ਤਾਂ ਮਹਾਂਮੂਰਖ ਅੱਛਾ ਉਹਨੂੰ ਕੀ ਕਰਨਾ ਚਾਹੀਦਾ ਸੀ ਜੀ ਉਹ ਜੜ ਫੜ ਕੇ ਬੋਰਡ 'ਤੇ ਚੜ੍ਹ ਜਾਂਦਾ ਲੱਗੇ ਸਕੀਮਾਂ ਦੱਸਣ ਟਾਣੇ 'ਤੇ ਚੜ੍ਹ ਜਾਂਦਾ ਸ਼ੇਰ ਤੋਂ ਬਚ ਜਾਂਦਾ ਗੁਰੂ ਜੀ ਕਹਿੰਦੇ ਤੁਸੀਂ ਸਾਰੇ ਹੀ ਲਮਕੇ ਪਏ ਹੋ ਸਰੀਰ ਰੂਪੀ ਖੂਹ 'ਚ ਸਵਾਸਾਂ ਰੂਪੀ ਲੱਜ ਫੜ ਕੇ ਚੜ੍ਹ ਜਾਓ ਨਾਮ ਦੇ ਆਸਰੇ 'ਚ ਵਾਗਰੂ ਵਾਗ ਕਰਦੇ ਚੜ੍ਹ ਜਾਓ ਤਾਂ ਕਰੋ ਬੇਨਤ ਕਰੋ ਬੰਦਗੀ ਬਚ ਜਾਓ ਭਾਈ ਅੰਨ ਦਿਨ ਮੂਸਾ ਲਾਜ ਟਿਕਾਨੀ ਕੀਰਤ ਮੈਂ ਖਾਏ ਮਿਠਾਈ ਸੋਚ ਸੱਚ ਤੇ ਰਹਿਣ ਬਹਾਨ ਇਹ ਅੱਛਾ ਠੰਡ ਬੜੀ ਬਾਈ ਗਰਮੀਆਂ 'ਚ ਭਜਨ ਕਰਾਂਗੇ ਉਦੋਂ ਗਰਮੀ ਬੜੀ ਚਲੋ ਬਰਸਾਤ ਉਦੋਂ ਕਿਚੜ ਬੜਾ ਚਲੋ ਠੰਡ ਆ ਲੈਂਦੇ ਫਿਰ ਘੱਟਾ ਉੱਠਦਾ ਫਿਰ ਠੰਡ ਬੰਦੇ ਦਾ ਟਾਈਮ ਲੱਗਦਾ ਹੀ ਨਹੀਂ ਜਿੰਨੀ ਦੇਰ ਤੱਕ ਚਾਰ ਕੇ ਚੁੱਕ ਕੇ ਗਾਹ ਨਾ ਲੈ ਜਾਣ ਉਦੋਂ ਹੁਣ ਮੁੱਕੇ ਸਿਆਪਾ ਹੁਣ ਕੋਈ ਕੰਮ ਨਹੀਂ ਚਲੋ ਨਹੀਂ ਤਾਂ ਧੰਦਿਆਂ 'ਚ ਕਿਤੇ ਰੱਬ ਦਾ ਨਾਂ ਲੈਣਾ ਇਹਨੇ ਵਿਚਾਰੇ ਨੇ ਜਾਂ ਇਹ ਗੱਲਾਂ ਹੀ ਹੋਰ ਨੇ ਅੰਨ ਦਿਨ ਮੂਸਾ ਲਾਜ ਟਿਕਾਨੀ ਗਿਰਦ ਮੈਂ ਖਾਏ ਮਿਠਾਈ ਸੋਚ ਸੱਚ ਤ ਰਹਿਣ ਬਹਿਨੀ ਅਨਕ ਬੋਲ ਵਿਖਿਆ ਕਿ ਕਰੇ ਕਿਤੇ ਕੰਨਾਂ ਨਾਲ ਗੰਦੀਆਂ ਗੱਲਾਂ ਸੁਣਨ ਤੋਂ ਹੀ ਨਹੀਂ ਥੱਕਦੇ ਕਿਤੇ ਦੇਖਣ ਤੋਂ ਕਿਤੇ ਬੋਲਣ ਤੋਂ ਕਿਤੇ ਸੁਣਨ ਤੋਂ ਅੱਛਾ ਕਈ ਕਹਿੰਦੇ ਕੋਈ ਗੱਲ ਨਹੀਂ ਰੱਜ ਜਾਵਾਂਗੇ ਨਾ ਫੇਰ ਹਟ ਜਾਵਾਂਗੇ ਕਿਤੇ ਅੱਗ ਵੀ ਰੱਜੀ ਬਾਲਣ ਨਾਲ ਸੁੱਟੀ ਜਾਓ ਹੋਰ ਸੁੱਟੀ ਜਾਓ ਹੋਰ ਇਸੇ ਤਰ੍ਹਾਂ ਇਹ ਜਿਹੜੇ ਇੰਦਰੇ ਨੇ ਵਿਸ਼ਿਆਂ ਨਾਲ ਵਿਕਾਰਾਂ ਨਾਲ ਰੱਜਦੇ ਨਹੀਂ ਹੁਣ ਆਪਾਂ ਤੱਤ ਕੱਢੀਏ ਸਾਰੇ ਵੇਦ ਸ਼ਾਸਤਰਾਂ ਦਾ ਇੱਕ ਲਾਈਨ 'ਚ ਵੀ ਜੇ ਤਾਂ ਬੁਰਾਈਆਂ ਨਾ ਬੰਦੇ ਨੇ ਛੱਡੀਆਂ ਫਰਜ਼ ਕਰ ਲਓ ਚੋਰੀ ਹੈ ਹੋਰ ਇਹੋ ਜਿਹੇ ਕੰਮ ਨੇ ਨਹੀਂ ਛੱਡੀਏ ਚਲੋ ਹੁਣ ਬੁੱਢਾ ਹੋ ਗਿਆ ਹੁਣ ਤਾਂ ਕੁਛ ਹੁੰਦਾ ਹੀ ਨਹੀਂ ਸਿੱਧਾ ਨਰਕ 'ਚ ਅਤੇ ਜੇ ਛੱਡ ਦੇਵੇ ਬੁਰਿਆਈਆਂ ਨੂੰ ਇਹ ਤਾਂ ਫਿਰ ਭਾਈ ਬਕੁੰਠਾਂ ਚਲਾ ਜਾਏਗਾ ਅਤੇ ਜੇ ਬੁਰਿਆਈਆਂ ਨੇ ਇਹਨੂੰ ਛੱਡ ਦਿੱਤਾ ਹੁਣ ਅੱਖਾਂ 'ਚੋਂ ਦਿਸਦਾ ਹੀ ਕੱਖ ਨਹੀਂ ਹੁਣ ਸਿਲੇ ਵਿੱਚ ਕਿੱਥੇ ਜਾਏਗਾ ਹੁਣ ਕੀ ਸੁਣੇਗਾ ਕੰਨ ਰਹੇ ਹੀ ਨਹੀਂ ਸੁਣ ਜੋਗੇ ਹੁਣ ਖਾਏਗਾ ਕੀ ਦੰਦੀ ਹੈ ਨਹੀਂ ਮੂੰਹ ਹੀ ਨਹੀਂ ਹਜ਼ਮੀ ਕੁੱਖ ਨਹੀਂ ਹੁੰਦਾ ਮਰਨ ਦੇ ਕੰਢੇ ਹੁਣ ਕਰੇਗਾ ਹੀ ਸਿਰ ਕੰਮ ਪਿਓ ਪਗਟਕ ਮਗਾ ਨੈਣ ਜੋਤੇ ਹੀ ਉਹਨੂੰ ਕਰੇਗਾ ਹੀ ਤੋ ਬਰਿਆਈਆਂ ਇਹਨੂੰ ਛੱਡ ਗਈਆਂ ਇਹਨੇ ਨਹੀਂ ਛੱਡਿਆ ਨਰਕ 'ਚ ਗਿਆ ਸਾਰੇ ਵੀ ਸ਼ਾਤਰਾਂ ਤੱਕ ਇਹ ਛੱਡ ਦਿੰਦਾ ਚੰਗਾ ਭਲਾ ਤਾਂ ਭਾਈ ਇਹ ਬਕੁੰਠਾਂ ਨੂੰ ਜਾਂਦਾ ਪਰ ਕਿੱਥੇ ਅੱਗੇ ਦੇ ਅੱਗੇ ਅੱਗੇ ਦੇ ਅੱਗੇ ਹੋਰ 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 ਤੂੰ ਵਿਚਾਰ ਹੋ ਰਹੀ ਸੀ ਅੰਨ ਦਿਨ ਮੂਸਾ ਲਾਜ ਟਿਕਾਨੀ ਸਵਾਸਾਂ ਰੂਪੀ ਲੱਜ ਵੱਢੀ ਜਾ ਰਹੀ ਗਿੱਤ ਕੁ ਮੈਂ ਖਾਏ ਮਿਠਾਈ ਐਸੀ ਠਗੌਰੀ ਪਾਏ ਭੁਲਾਵੈ ਮਨ ਸਭ ਕੇ ਲਾਂਘੇ ਮਿੱਠੀ ਇਹ ਮਾਇਆ ਕਈ ਢੰਗਾਂ ਨਾਲ ਚਸਕਿਆਂ ਨਾਲ ਸਵਾਦਾਂ ਨਾਲ ਇੱਧਰ ਉੱਧਰ ਜੀਵ ਦੀ ਮੱਤ ਮਾਰਦੀ ਪਰ ਇਹਨੂੰ ਚੰਗਾ ਬੜਾ ਲੱਗਦਾ ਕਹਿੰਦਾ ਹਾਂ ਮੌਜ ਬਣ ਗਈ ਹੈ ਭਾਈ ਇਹ ਨਹੀਂ ਪਤਾ ਲੁੱਟਿਆ ਗਿਆ ਸਮਝਾਏ ਕੌਣ ਬੜੇ ਇਹਦੇ ਕੋਲ ਢੰਗ ਤਰੀਕੇ ਐਂ ਬੜਾ ਅੱਛਾ ਜਿਹਾ ਲੱਗਦਾ ਜਦੋਂ ਇਹ ਬਰਬਾਦ ਹੁੰਦਾ ਐਸੀ ਠਗੌਰੀ ਪਾਏ ਭੁਲਾਵੇ ਮਾਣ ਹੰਕਾਰ ਕਈ ਚੀਜ਼ਾਂ ਦਾ ਉਦੋਂ ਐਂ ਬੜਾ ਚੰਗਾ ਜਿਹਾ ਲੱਗਦਾ ਵੀ ਬਹੁਤ ਬਹੁਤ ਵਿੱਚੋਂ ਬੇੜਾ ਗਰਕ ਹੋ ਰਿਹਾ ਹੁੰਦਾ ਇਹਦਾ ਇਹ ਤਾਂ ਕੋਈ ਬੰਦਗੀ ਵਾਲੇ ਮਹਾਂਪੁਰਸ਼ ਤੱਤ ਵੇਦੇ ਇਹਨੂੰ ਅਸਲ ਗੱਲ ਸਮਝਾ ਦੇਣ ਵੀ ਆਹ ਰਾਜ ਜਾਂਦਾ ਸਿੱਧਾ ਰੱਬ ਦੇ ਘਰ ਨੂੰ ਅਤੇ ਭਾਵੇਂ ਇਹਦੇ ਪੱਲੇ ਕੁਛ ਪੈ ਜਾਏ ਨਹੀਂ ਤਾਂ ਸਮਾਂ ਤਾਂ ਠੀਕ ਹੈ ਜਿਵੇਂ ਹੈ ਅੰਨ ਦਿਨ ਮੂਸਾ ਲਾਜ ਟਿਕਾਨੀ ਕਿਰਤ ਮੈਂ ਖਾਏ ਮਿਠਾਈ ਸੋਚ ਸੱਚ ਰਹਿਣ ਬਹਿਨ ਉਮਰ ਮੁੱਕਦੀ ਜਾ ਰਹੀ ਹੈ ਸਲਾਵਾਂ ਕਰਦੇ ਕਰਦੇ ਕਈਆਂ ਨੂੰ ਮੈਂ ਪੁੱਛਿਆ ਭਜਨ ਕਰਦੇ ਹੋ ਸਵੇਰੇ ਉੱਠਦੇ ਹੋ ਪੰਜ ਬਾਣੀਆਂ ਪੜ੍ਹਦੇ ਹੋ ਕਹਿੰਦੇ ਬਸ ਮੁੰਡਾ ਵਿਆਹ ਲਈਏ ਕੁੜੀਆ ਵਿਆਹ ਲਈਏ ਕੋਠੇ ਛੱਤ ਲਈਏ ਕੁਛ ਐਂ ਜੇ ਕੰਮ ਕਰਕੇ ਫਿਰ ਬਾਬਾ ਜੀ ਫਲ ਮਾਲਾ ਲੈਣੀ ਹੈ ਹੁਣ ਆਪਾਂ ਗੁਰੂ ਅਰਜਨ ਦੇਵ ਨੂੰ ਪੁੱਛੀਏ ਵੀ ਸੱਚੇ ਪਾਤਸ਼ਾਹ ਜੀ ਤਾਂ ਸਾਡੇ ਕੋਠੇ ਵੀ ਨਹੀਂ ਛੱਤੇ ਗਏ ਲੋਕਾਂ ਕੋਠੀਆਂ ਬਣਾ ਲਈਆਂ ਮਹਾਰਾਜ ਜੀ
ਸਾਡੇ ਨਿਆਣੇ ਵੀ ਨਹੀਂ ਸੱਚੇ ਪਾਤਸ਼ਾਹ ਵੀ ਆਏ ਗਏ ਅਤੇ ਬੜੇ ਕੰਮ ਨੇ, ਫਿਰ ਵਿਹਲੇ ਹੋ ਕੇ ਤੇਰਾ ਹੀ ਭਜਨ ਕਰਾਂਗੇ। ਤੋ ਦੱਸੋ ਸੱਚੇ ਪਾਤਸ਼ਾਹ ਕਿਹੜੇ ਕਿਹੜੇ ਸਾਧਨ ਜੁਟਾਈਏ, ਜਿਵੇਂ ਖੇਤੀ ਕਰਨੀ, ਟਰੈਕਟਰ ਹੱਲਾਂ ਸੁਹਾਗਾਂ ਦਾ ਤਾਂ ਵੀ ਸੁੱਕ ਜਾਣੀ ਹੈ, ਤੋ ਸਾਰਾ ਹੀ ਚਾਹੀਦਾ ਬਾਈ ਸੰਦ। ਤੋ ਮਹਾਰਾਜ ਨਾਮ ਜਪਣ ਵਾਸਤੇ ਕਿੰਨੀਆਂ ਕੋਠੀਆਂ ਚਾਹੀਦੀਆਂ, ਕਿੰਨੀਆਂ ਗੱਡੀਆਂ ਮੋਟਰਾਂ ਚਾਹੀਦੀਆਂ, ਕਿਹੋ ਜਿਹੇ ਸਾਨੂੰ ਕੱਪੜੇ ਚਾਹੀਦੇ ਨੇ, ਕਿਹੋ ਜਿਹੀ ਸਾਡੀ ਸੁੰਦਰਤਾ, ਰਿਸ਼ਤੇਦਾਰ ਮੇਲ ਜੋਲ ਵੀ ਚਾਹੀਦਾ ਮਹਾਰਾਜ ਜੀ, ਅਤੇ ਰੋਟੀ ਵੀ ਕਿਹੋ ਜਿਹੀ ਵਧੀਆ ਸਵਾਦਲੀ ਹੈ, ਸਾਰਾ ਕੁਛ। ਫਿਰ ਤੇਰਾ ਭਜਨ ਸੁਖਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤੈਨੂੰ ਕੱਖ ਵੀ ਨਹੀਂ ਚਾਹੀਦਾ, ਤਦੇ ਹੀ ਉਹ ਦੱਸਿਆ ਬਸਤਾ ਟੁੱਟੀ ਚੌਂਪੜੀ ਸਭ ਛਿੰਨਾ, ਬਸਤਾ ਟੁੱਟੀ ਚੌਂਪੜੀ ਸਭ ਛਿੰਨਾ, ਜਾਤ ਨ ਪਾਤ ਨ ਆਦਰੋ ਦਿਆਲ ਪਰਮਿੰਦਾ, ਮਿੱਤਰ ਨੇ ਤਨ ਰੋਪਹੀਣ ਰਾਜਾ ਚਾਹੀਦਾ। ਬਸਤਾ ਟੁੱਟੀ ਝੌਂਪੜੀ ਟੁੱਟੀ ਛੱਪਰੀ ਕੁਛ ਵੀ ਨਹੀਂ ਹੈ ਕੋਲ, ਚੀਰ ਸਭ ਛਿੰਨਾ, ਧੁੱਪ ਬਰਸਾਤ ਸਿੱਧੀ ਸਿਰ 'ਚ ਪੈ ਰਹੀ, ਐਵੇਂ ਬੈਠੇ ਨੇ। ਜਾਤ ਨਾ ਪਾਤ ਨਾ ਆਦਰੋ, ਨਾ ਕੋਈ ਜਾਤ ਚੰਗੀ, ਨਾ ਕੋਈ ਆਦਰ, ਨਾ ਸਤਿਕਾਰ, ਉਦਾਹਰ ਬੀਕਾ ਨੇਰ ਦਾ ਇਲਾਕਾ ਨੇਰਾ ਹੀ ਰੇਤਾ, ਪਾਣੀ ਵੀ ਦੇਖਣ ਨੂੰ ਲੱਭਦਾ, ਇਹੋ ਜਿਹੀ ਥਾਂ 'ਤੇ ਬੈਠਾ ਭਾਈ, ਕੱਪੜੇ ਵੀ ਚੱਜਦੇ ਨਹੀਂ, ਉਂਝ ਵੀ ਕਾਲਾ ਜਿਹਾ, ਦੰਦ ਕਿਧਰੇ ਨੂੰ, ਸਿਰ ਕਿਧਰੇ ਨੂੰ, ਲੱਕ ਕਿਧਰੇ ਨੂੰ, ਗੋਡੇ ਕਿਧਰੇ ਨੂੰ, ਅਸ਼ਟਾ ਬਤਰੋਂ ਚੰਗਾ ਵੀ ਨਹੀਂ ਲੱਗਣ ਡਿਆ, ਬਹੁਤ ਹੀ ਹੋਰ ਹੀ ਤਰ੍ਹਾਂ ਦਾ। ਜਾਤ ਨਾ ਪਾਤ ਨਾ ਆਦਰੋ ਉਧਾਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪੀ, ਨਾ ਕੋਈ ਮਿੱਤਰ ਨਾ ਕੋਈ ਸਾਖ ਸੰਬੰਧੀ, ਸਭ ਛੱਡ ਗਏ, ਜਿਵੇਂ ਪ੍ਰੇਮੀ ਨੂੰ ਛੱਡ ਗਏ ਸੀ। ਵੇਖਣ ਵੀ ਕੋਝਾ ਜੇ ਵੀ ਹਾਂ ਬੰਦਾ ਹੈ, ਇਹ ਕਿਹੋ ਜਿਹਾ ਹੈ, ਬਿਲਕੁਲ ਚੰਗਾ ਨਹੀਂ ਲੱਗਦਾ। ਮਿੱਤਰ ਨਾ ਇੱਠ ਤਨ ਰੂਪਹੀਣ ਕੇ ਸਾਖ, ਪਰ ਅੰਦਰੋਂ ਮਨ ਨਾਮ ਨਾਲ ਜੁੜਿਆ ਹੈ। ਰਾਜਾ ਸਗਲੀ ਸਿਟਕਾਰ ਨਾਮ ਮਨ ਪਿੰਨਾ, ਇੰਨੀ ਬੰਦਗੀ ਵਾਲੀ ਆਤਮਾ ਹੈ, ਕੋਈ ਦਿਖਾਵਾ ਨਹੀਂ, ਕੋਈ ਕੁਛ ਨਹੀਂ, ਕੱਖ ਨਹੀਂ ਹੈ, ਕੋਈ ਅੱਜ ਕੱਲ੍ਹ ਵਾਂਗੂ ਫੁੱਲ ਚਿੜੀਆਂ ਨਹੀਂ ਕੱਢੀਆਂ, ਇਹਨੇ ਵਿਚਾਰੇ ਸਾਦਾ ਜਿਹੀ ਰੋਟੀ ਵੀ ਪਤਾ ਨਹੀਂ ਕਿੰਨੇ ਦਿਨਾਂ ਬਾਅਦ ਮਿਲਦੀ ਨਹੀਂ ਮਿਲਦੀ, ਉਹ ਬੀਕਾਨੇਰ ਵਿੱਚ ਪੀਏ, ਫਿਰ ਸਾਡੇ ਢਕੌਂਸਲੇ ਹੀ ਨੇ, ਵੀ ਨਿਆਣੇ ਵਿਆਹ ਲਈ ਆਹ ਕਰ ਲਈ ਆ, ਫਿਰ ਮਾਲਾ ਫੜਾਂਗੇ, ਜਿੰਨੇ ਭਜਨ ਕਰਨਾ ਉਹਨੇ ਕਰ ਹੀ ਲੈਣਾ, ਜਿੰਨਾ ਕਿਸੇ ਅਹੁਦਾ ਲੈਣਾ ਨਾ। ਜਿਹੜਾ ਹੋਇਆ ਸੀ ਨਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ, ਇਹ ਸਿੰਧ ਮਹਾਰਾਜ ਜੀ ਦਾ ਕਲਾਸ ਫੈਲੋ, ਦਸਵੀਂ ਇਕੱਠੇ ਪੜ੍ਹਦੇ ਰਹੇ ਰਤਵਾੜਾ ਸਾਹਿਬ ਵਾਲੇ, ਅਤੇ ਪੜ੍ਹਦੇ ਇੱਕ ਦਿਨ ਗੱਲ ਚੱਲੀ, ਕਹਿੰਦੇ ਕੁਛ ਕੀ ਬਣਨਾ ਮੋਹਨ ਸਿੰਘ, ਕਹਿੰਦੇ ਜੋ ਮਰਜ਼ੀ ਬਣਾ ਦਿਉ, ਕਹਿੰਦੇ ਅੱਛਾ ਰਾਜਾ ਬਣ ਜਾਈ, ਫਿਰ ਪ੍ਰਧਾਨ ਮੰਤਰੀ ਬਣ ਜਾਈ, ਕਹਿੰਦੇ ਜੀ ਜੇ ਕਿਸੇ ਵੋਟਾਂ ਨਾ ਪਾਈਆਂ, ਕਹਿੰਦੇ ਵੋਟਾਂ ਤੋਂ ਬਿਨਾਂ ਹੀ ਬਣ ਜਾਈ, ਪਰ ਮਿਹਨਤ ਕਰ, ਪੜ੍ਹ ਚੱਕ ਤਕੜਾ ਹੋ ਗਿਆ। ਹੁਣ ਇਹ ਕਿਸੇ ਨੂੰ ਕਹਿੰਦੇ ਤੂੰ ਡੀ ਐਮ ਬਣੇਗਾ ਤਾਂ ਸਕੂਲੇ ਹੀ ਨਾ ਜਾਏਗਾ, ਬਿਲਕੁਲ ਨਹੀਂ ਉਹਨੇ ਬਣਨਾ,
मेहनत भी करनी पैनी है नाल जिन्नी नाम ते आया गए मुशक्कत का तदे जिदन राजगद्दी ते बैठा 40 मिनट बोलता रहा सी टेलीविजन कि मेरे ते कृपा ही महापुरशां दी है पर पढ़िया किवें लालटना जगा जगा के बत्तियां ते जिन्हां नहीं पढ़ना वो पापा कमरे नूं कली करा दे मैं पढ़ना चला हो गई है पापा आ बंच लिया दे अच्छा ठीक लिया पापा अजकल शीशे वाला बंच बहुत सोहना मिलता बरेलियों वो लिया दे नहीं नैनीताल बहुत आया चीन का वो हूँ पापा उत्ते लाइट है जी ला दे उन्हें नहीं पढ़ना उत्तों एक सीधी लाइट ला दे हूँ पेन फरीका वाला लिया दे वो भी पढ़ना पुढ़ना कख नहीं अज भी फेल तो कल भी फेल जिन्ना कमाइया करनिया उन्ना पाई करी जानी है उन्हें ये नहीं वेखना न्याणे नहीं व्याए गए कोठे नहीं छत्ते गए सब कौंसले लोगों के पुराने भगत महापुरश देखी रविदास जिन्हें महापुरश होए ने कि उन्होंने कोई योजी चंडाई ये साढ़े बहाने ने असी अच्छे अमृत नहीं छकया जाना कईयों तो आई बड़ा औखा उत्थे पंजाब ना चविंडे दे कोल दीवान सी वड्डा बागर दे कोल वो जिते झंडा जे सुट दे ते सवेरे सवेरे मैं तुरिया जावां 16 मुंडे 20 to 30 तक मैं उरा आओ भाई बह जाओ बेटा बह जाओ बैठ के कहीं तुहाडे तो डर लगता मैं बघियाड़ा मैं क्यों डर दे तुसीं बह जाओ बंदे ही आ कोई गल बह गए मैं तुसीं ऐ दसो बेटा तुसीं अंबर क्यों नहीं छकदे कहिंदे बाबा जी रहत नहीं रखी जानी सानू सब पता बड़ी चंगी लैण इन्ना डरा देंदे ने मैं कह लै 4 गल्लां ने एक ते तुसीं केस नहीं कटाउणे हाँ इत्थे रख लैणे और नशा नुशा नहीं शराब शरूब कख नहीं केस यह भी कहिंदे कोई गल नहीं अच्छा तंबाकू नहीं खाना कहिंदे चंगा आ तक्को जी होर मैं किसी की धी भैन नहीं छेड़ना आला 4 बच्चियां करातां ने खालसे दियां तुसीं दस्सो इन्हां च किहड़ा काम करना कहिंदे कोई भी नहीं कहते सानू हुणे चकाओ मैं कहा हुण तो भाई असीं जाणा पारोवाल तो हुण तुसीं श्री अकाल तख्त अमृत एक ही उत्थे चले गए छक के तो फिर मिलना आए चेचे कहते तो काम ही बड़ा सौखा इन्ना डरा देंदे ने तेरे को रैत नहीं रहनी तेरे को रैत नहीं रहनी तेरे को एक पंजाब बाबा लगा उन्हें मैं चेचा मिलया वो सत्संग प्रचार ही पुठा करे वो कहता गुरु गोबिंद सिंह महाराज ने 32 साल दे हो के अमर छकिया तुम न्याण ने क्यों छकई जाते हो रैत नहीं रहनी रैत नहीं रहनी वाह वाह सी 150 किलोमीटर मैं क्या चलो दवान चलते ने पंजाब नवंबर का महीना भी इनू जरूर मिला ही है जो लोगों को बिगाड़न दिया मैं क्या तेन साहबजादे नहीं दिसते 5 साल 7 साल उन्हों का प्रचार नहीं करता जेडे निके निके उम्र च अमृत भी छके तो नीह च चिने गए तू कि मसाला दे रहे कहता जी गलती हो गई है मैं क्या कैश्टी मेरे तेरी मेरे कोल तू लोगों को कहना अमृत न छको इतू मर्जी डुब के तो चंगा नहीं कि बाबा कट जाएगा तो कड़ा फर्क पै चलिया बड़े ने कहता जी गलती हो गई है आत मत दें सगो हौसला देना चाहिए आ डॉक्टर दे चले जाते हैं मरण के कंडे गया तो कहते वाह टीका लगन की ढेर आ हमें ही राजी भावें लाश ही निकल भी गल ही कुछ नहीं इन्ना डरा देंगे ने भी रात तो गुरु गोबिंद सिंह रख सकते हैं तुम नहीं तो लखा ने अमृत क्यों छकया फिर इन्नी दुनिया छकया निके निके न्याणिया ने वो रखी होगी ना चलो एक अद्धा को डिग भी पिया हूँ फौज दौड़ पी तो डिग भी पे कितने वेख लो कि ये तो नहीं कि सारा ही पास स्कूलों बच्चे पढ़ने ना पाओ कितने मत कोई फेल हो जाए चलो करो स्कूल बंद मैं भी सहमत हाँ सारे संसार ना भी स्कूलों लाओ ताले जे पढ़ाया कितने नंबर घट आ गए फिर की करांगे स्कूल उदों खोलांगे जदों है बीए पास सिद्धी तो भाई माड़ा मोटा कांग्यारी कणक च भी हो जाती तकड़े होके नाम जपो रैत रखो कोई गलती हो जाती है तो गुरु महाराज बख्शिंद ने माना ढा के बैठो इं दसिया मेहरबान 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 जी साहेब मेरा मेहरबान जी मेहरबान 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 जी साहेब मेरा मेहरबान जी मेहरबान 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 जी साहेब मेरा मेहरबान जी मेहरबान 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 मेरा मेहरबान जी
डोले प्राणियां तुद राखेगा सरचनहार जिन पदाइश तू किया सोई दे आधार कट कट मालक दिलांगा सच्चा परवतगार कुदरत की न जानी पैर इथों दी है ते की ऋषियां मुनियां दी बाजियां पै रहीआं ने उह जिहनूं दुर दुर करदे सी उह तां तर गई भाई बचन कमा के संतां दा ते आपां किते रह ही ना जाईए तदे कहिंदे किसे नूं माड़ा नहीं कहना चाहीदा आपणा देखे भी मैं किन्ने क पाणी चाहां अजा मलको अंत काल में नारायण सुध आई जागत वो योगीशर बांसत चाहते ने अरदासा बेनती सुगत छिन में पाई अजा मल प्रीत पुत्र प्रत की कर नारायण बड़ा रहे नारायण जा मा गए हो मारन डे ओ बेटा आई हो मेरे किधर बेर तोड़ता फिर वो आयो ही नहीं अपने ध्यान लगा निगा जहाँ जंगलों बेर होंगे ना वो तोड़ता खाता फिर सुने कौन अजा मल दिया बीमार कर नारायण बुला रहे मेरे ठाकर के मन पई पावनी संतां दा बचन सी वक्ते खीर बहाने नाल असली नारायण चेते आएगा तदे इउं दस्या है जे तू जन्म मरण तू डरदा शरणी पै जा संतां दी जे तू जन्म मरण तू डरदा शरणी पै जा संतां दी जे तू मरण तो डरदी पै जा संतानी जे तू जन्म मरण तो डरदी पै जा संतानी जे तू जन्म मरण तो डरदा शनी पै जा संतान तू जन्म मरण तो डरदा शरणी पै जा संतान दी जे तू जन्म मरण तो डरदा शरणी पै जा संतान दी जे तू जन्म मरण तो डरदा शरणी पै जा संतान दी शरणी का मतलब होंगे उन्होंने आके लगना उन्होंने बचना की कमाई करनी जे कोई बचन कमावे संतन का बचन की करते सिमरन बंदगी सिद्धा राह दसते रब का सिद्धा तू ऐसा फिर करे तो विचार हो रही सी आखिरी श्वास तक हुण जी ये गल पक्की कीती जाए जो मर लगांगे रब नूं याद कर लांगे पहला आपां नूं की लोड़ है रोज़ खपते रहो सवेरे अद्धी रात नूं उठ के नौ पाठ करो सिमरन करो जो मर लगेंगे वाहेगुरू वाहेगुरू आख लेंगे अपनी ही परम गति हो जाएगी पाठ साहब भाई गुरदास जी नूं बहुत गुरसिखां ने गुरमुखां ने बेनती की आप श्रोमणी हो वेद व्यास का अवतार मनिया जाता है तो कृपा करके दसो की लोड़ इन्ने खपे खपाइए की जो तो पता हूँ मर लगे हैं तो उन्होंने प्रचार कहते बिल्कुल गल गलत वो पिछे कुछ होर है तोड़ा नहीं इस तरह होना उन्हें बड़े प्रमाण दते कहते देखो जे जैसे कर लागे आग जाए कुआ खोदो चाहे हुण अग लगी कहिंदे खूह पुट्टो फिर पानी निकलेगा ते बुझावांगे इन्ना टाइम नहीं होना जाए कुआ खोदो चाहे कारज न सिद्ध होए रोए पछुताई है जैसे तो संग्राम समय सीखियो चाहे वीर विद्या दुश्मन चढ़ के आ गए कहिंदे मैनूं गतके दे हाथ दसो मैं इन्हां नाल लड़ा कहिंदे हुण तो बस भोग तेरा पै जाणा हुण टाइम नहीं गतका सीखण दा पहले सीखना सी अनथा उदम जित पदवी न पाई है जैसे निच सोवत संगाती चल जाए पाछे नाल दे चले गए बाद विच किवें रल जाएगा भाई
ਹੋਰ ਪਏ ਭਾਰ ਬਾਂਧ ਚਲੇ ਕਤ ਜਾਈਏ ਤੈਸੇ ਮਾਇਆ ਤੰਦ ਅੰਧ ਅਵਧ ਵਿਹਾਤ ਜਾਤ। ਕਹਿੰਦੇ ਮਰ ਗਿਆ ਦੁਨੀਆਂ ਦੇ ਧੰਦੇ ਕਰਦਾ ਕਰਦਾ ਸਾਰੀ ਜ਼ਿੰਦਗੀ, ਹੁਣ ਜਾਣ ਲੱਗਿਆ ਤੈਨੂੰ ਰੱਬ ਕਿੱਥੇ ਚੇਤਾ ਆਏਗਾ, ਉਹੀ ਫੁਰਨੇ ਆਉਣਗੇ ਜਿਹੜਾ ਕਰਦਾ ਰਹੇ। ਤੈਸੇ ਮਾਇਆ ਤੰਦ ਅੰਧ ਅਵਧ ਵਿਹਾਤ ਜਾਤ, ਅੰਤ ਕਾਲ ਕੈਸੇ ਹਰੀ ਨਾਮ ਲਿਵਰ ਲਾਈਏ। ਅੰਤ ਕਾਲ ਕੈਸੇ ਹਰੀ ਨਾਮ ਲਿਵ ਲਾਈਏ, ਅੰਤ ਕਾਲ ਕੈਸੇ ਹਰੀ ਨਾਮ ਲਿਵ ਲਾਈਏ, ਅੰਤ ਕਾਲ ਕੈਸੇ ਹਰੀ ਨਾਮ ਲਿਵ ਲਾਈਏ, ਅੰਤ ਕਾਲ ਕੈਸੇ ਹਰੀ ਨਾਮ ਲਿਵ ਲਾਈਏ। ਜੀ ਘਰ ਉਤਰੀ ਪੂਤ ਨਾ ਵੇਹ ਪਿਆਲਣ ਕੰਮ ਨਾ ਚੰਗਾ, ਤੁਸੀਂ ਨਾ ਕਿਸੇ ਨੂੰ ਜ਼ਹਿਰ ਦਿਓ ਐ ਕਹਿੰਦੇ ਭਾਈ ਗੁਰਦਾਸ। ਜੇਕਰ ਉਦਰੀ ਪੂਤ ਨਾ ਵੇ ਪਿਆਲਣ ਕੰਮ ਨਾ ਚੰਗਾ, ਗਨਕਾ ਉਦਰੀ ਆਖੀ ਹੈ ਉਹਦੇ ਪਿਛਲੇ ਜਨਮ ਦੀ 40 ਸਾਲ ਦੀ ਬੰਦਗੀ ਸੀ। ਦੁਆਪਰ ਚੋਈ ਦੇ ਪਿਓ ਦਾ ਨਾਂ ਸੀ ਤਰਲੋਚਨ, ਬੜੀਆਂ ਲੰਮੀਆਂ ਕਥਾ। ਜੇਕਰ ਗਨਕਾ ਉਦਰੀ ਆਖੀਏ ਪਰ ਕਰ ਜਾਏ ਨਾ ਲਈਏ ਪੰਗਾ, ਬਾਲਮੀਕ ਮੁਸਤਾਰਿਆ ਮਾਰੇ ਵਾਟ ਨਾ ਹੋਏ ਨਸੰਗਾ। ਜੇ ਕਸਾਈ ਉਦਰਿਆ ਸਦਨਾ ਪਿਛਲੇ ਜਨਮ ਵਿੱਚ ਬਨਾਰਸ ਪੰਡਿਤ ਹੁੰਦਾ ਬਾਹਮਣ, ਚਾਰੇ ਦੇ ਨਿਆਣੇ ਸੰਤਾਂ ਦੀ ਕਰੇ ਸੇਵਾ, ਜਦੋਂ ਗੱਲ ਕਰੇ ਭਗਤ ਜੀ ਕਸਾਈਆਂ ਨੂੰ ਬੜੀ ਆਮਦਨ, ਪੁੱਠੇ ਕੰਮਾਂ 'ਚ ਪੈਸੇ ਵਾਹਵਾ ਹੁੰਦੇ। ਅੱਛਾ ਕਹਿੰਦੇ ਤੁਵੇਂ ਕਸਾਈ ਬਣੇਗਾ ਉਹਨਾਂ ਦੇ ਬਚਨਾਂ ਦੇ ਨਾਲ। ਅੱਛਾ ਫਿਰ ਅਗਲਾ ਜਨਮ ਸੰਤ ਮਿਲਣਗੇ, ਫਿਰ ਆਪ ਨਾਰਾਇਣ ਉਹ ਵੀ ਤੈਨੂੰ ਮਿਲੇਗਾ ਅਯੁੱਧਿਆ। ਸਦਨਾ ਭਗਤ ਨੂੰ ਗੁਰੂ ਨਾਨਕ ਜੀ ਮਿਲੇ, ਰੋ ਰੋ ਕੇ ਬੇਨਤੀਆਂ ਕੀਤੀਆਂ। ਗੁਰੂ ਮਹਾਰਾਜ ਕਹਿੰਦੇ ਸਦਨਿਆ ਤੁਸੀਂ ਭਗਤ ਹੋਏ, ਲੱਗ ਸਮਾਧੀਆਂ ਗਈਆਂ, ਸਭ ਗੁਨਾਹ ਮਾਫ, ਉਹ ਕੌਡੇ ਵਾਂਗੂ ਠੀਕ ਹੀ ਕਰ ਦਿੱਤਾ। ਜੀ ਕਸਾਈ ਉਧਰਿਆ ਜੀ ਕਾਏ ਨਾ ਫਾਈਏ ਪੰਗਾ, ਬਾਣੀ ਵਿੱਚ ਆਉਂਦਾ ਨਾ ਮਹਾਂ ਕਸਾਈ ਸੂਰੀ ਛੱਟ ਪਾਈ, ਅੰਦਰੋਂ ਕਰਮ ਬੋਲਿਆ ਤੇ ਛੁਰੀ ਆਓ ਗਈ। ਨਹੀਂ ਗੱਲ ਵੱਢਣੇ ਗੱਲ ਚੰਗੀ ਨਹੀਂ। ਜੀ ਕਸਾਈ ਉਧਰਿਆ ਜੀ ਕਾਏ ਨਾ ਫਾਈਏ ਪੰਗਾ, ਪਾਰ ਉਤਾਰੇ ਬੋਏ ਥਾ ਸੋਨ ਲੋ ਨਹੀਂ ਕਰੰਗਾ, ਇਤ ਪ੍ਰਵਾਸੇ ਰਹਿਣ ਕਟੰਗਾ। ਲੈ ਉਹ ਤਰ ਗਿਆ ਆਪਾਂ ਵੀ ਤਰ ਜਾਂਗੇ, ਉਹ ਤਰ ਗਿਆ ਆਪਾਂ ਵੀ ਤਰ ਜਾਂਗੇ। ਭਾਈ ਉਹਨਾਂ ਵਰਗੀ ਬੰਦਗੀ ਕਰੀਏ ਤਦੇ ਹੀ ਤਰ ਜਾਂਗੇ ਨਾ, ਐਵੇਂ ਨਾਂ ਲੈ ਕੇ ਉਹ ਵੇਖੋ ਡੀਆਂ ਬਣ ਗਿਆ, ਸਾਡਾ ਮੁੰਡਾ ਵੀ ਬਣ ਜਾਏਗਾ ਸਕੂਲੇ ਜਾਣਾ ਹੀ ਕੋਈ ਨਹੀਂ, ਉਹ ਵੇਖੋ ਆਈ ਜੀ ਬਣ ਗਿਆ, ਅਸੀਂ ਬਣ ਜਾਂ ਕਿਵੇਂ ਬਣ ਜਾਂਗੇ ਭਾਈ। ਉਹਨਾਂ ਦੀਆਂ ਮਿਹਨਤਾਂ ਵੱਲ ਦੇਖੋ, ਫਿਰ ਬਣਾਂਗੇ ਗੱਲੀ ਬਾਤੀ ਕੱਖ ਨਹੀਂ ਜੇ ਹੋਣਾ, ਗੱਲੀ ਗਿਆਨ ਨਾ ਟੁੰਡੀਏ ਕਥਨਾ ਕਰੜਾ ਸਾਰ, ਕਰਮ ਮਿਲੇ ਤਾਂ ਪਾਈਏ। ਕਰਮ ਵੀ ਚਾਹੀਦੇ ਨੇ, ਚੰਗੀਆਂ ਕਰਤੂਤਾਂ ਦੋ ਹੁੰਦੀਆਂ, ਬਿਨ ਕਰਤੂਤੀ ਮੁਕਤ ਨਾ ਹੋਏ ਬਾਣੀ ਵਿੱਚ ਦੱਸੇ। ਚੰਗੀਆਂ ਕਰਤੂਤਾਂ ਕਰੀਏ, ਚੰਗੇ ਕੰਮ ਕਰੀਏ, ਭਜਨ ਬੰਦਗੀ ਸੇਵਾ ਸਿਮਰਨ ਭਜਨ ਪਾਠ, ਫਿਰ ਇੱਛਾ ਨਾ ਰੱਖੀਏ, ਫਿਰ ਹੋਏਗੀ ਤਰੱਕੀ। ਜੇ ਕੋਈ ਇਹ ਜੀ ਇੱਛਾ ਰੱਖ ਲਈ ਉੱਥੇ ਅਟਕ ਗਿਆ ਰਾਹ ਵਿੱਚ, ਰੱਬ ਨੇ ਪਤਾ ਕੀ ਦੇਣਾ ਅਤੇ ਪਤਾ ਨਹੀਂ ਕੀ ਮੰਗੀ ਫਿਰਦਾ। ਨਿਰਿਸ਼ਤ ਕਾਹੂ ਫਲ ਕੀ ਇੱਛਾ ਨਾ ਬਚੇ, ਕੁਝ ਸੋਚੇ ਹੀ ਨਾ, ਸਿਮਰਨ ਕਰੀ ਜਾਏ ਕਰੀ ਜਾਏ, ਭਗਤੀ ਕਰੀ ਜਾਏ ਕਰੀ ਜਾਏ, ਸੇਵਾ ਕਰੀ ਜਾਏ ਕਰੀ ਜਾਏ। ਉਹ ਸਰਬ ਦਾ ਪਿਤਾ ਹੈ ਭਾਈ, ਉਹ ਨਿਆਣਾ ਨਹੀਂ ਹੈ, ਪਿਤਾ ਨੂੰ ਨਹੀਂ ਪਤਾ ਬੱਚਿਆਂ ਨੂੰ ਕੀ ਚਾਹੀਦਾ। ਅਣਮੰਗਿਆ ਦਾਨ ਦੇਵਣਾ ਉਹ ਆਪੇ ਦੇ ਦੇਵੇਗਾ। ਤੋ ਸੇਵਾ ਤਾਂ ਭਾਈ ਹੁੰਦੀ ਨਹੀਂ, ਜੇ ਹੱਥ ਪੈਰ ਠੀਕ ਹੋਣ ਤਾਂ ਕਰਨੀ ਵੀ ਚਾਹੀਦੀ, ਕੋਈ ਇਹੋ ਜਿਹੀ ਗੱਲ ਨਹੀਂ। ਹਸਪਤਾਲਾਂ ਵਿੱਚ ਜਾਈਏ ਨਾ, ਹਾਏ ਪਈ ਹੁੰਦੀ, ਮੈਂ ਬੜੇ ਹਸਪਤਾਲਾਂ ਜਾ ਕੇ ਦੇਖਿਆ, ਬੜਾ ਬੜੀ ਸੇਧ ਮਿਲਦੀ, ਕਿੰਨੇ ਕਿੰਨੇ ਨਾਲ ਲੈ ਜਾਂਦਾ, ਵੇਖੋ ਤੜਫਣ ਡਏ ਲੋਕ, ਸੇਧ ਮੰਗਣ ਡਏ ਨੇ ਸੇਧ, ਨਾਲੀਆਂ ਲੱਗੀਆਂ, ਪੈਸਾ ਜ਼ਮੀਨਾਂ ਵੇਚ ਵਿੱਚ ਲਾਈ ਜਾਂਦੇ, ਰੱਬ ਬਚਾਏ ਕਿਤੇ ਹਸਪਤਾਲਾਂ 'ਚੋਂ ਅਤੇ ਜੇਲ੍ਹਾਂ 'ਚੋਂ, ਤੜਫਦੇ ਹਾਏ ਹਾਏ ਕਰਦੇ। ਅਤੇ ਜਿਹਦੇ ਹੱਥ ਪੈਰ ਠੀਕ ਨੇ, ਤੰਦਰੁਸਤੀ ਹੈ, ਅਤੇ ਸਾਧ ਸੰਗਤ ਮੌਜ ਬਣੀ ਹੋਈ, ਪੁਰਾਣੀਆਂ ਮਾਈਆਂ ਨੇ
ਕਾਕਾ ਬੈਠਾ ਕੋਲ 8-9 ਸਾਲ ਦਾ ਕੋਲ ਪਾਣੀ ਤੋ ਕਹਿੰਦਾ ਮਾਤਾ ਪਾਣੀ ਉਹ ਕਹਿੰਦੀ ਆ ਘੜਾ ਤੇਰੇ ਕੋਲ ਪੀ ਲੈ ਮਾਤਾ ਪਾਣੀ ਆ ਘੜਾ ਤੇਰੇ ਕੋਲ ਪੀ ਲੈ ਉਹ ਪਾਉਂਦੇ ਉਹ ਮਾਤਾ ਪਾਣੀ ਤੇਰੇ ਕੋਲ ਤੇਰੇ ਟੁੱਟੇ ਨੇ ਐਸਾ ਕਹਿ ਦਿੰਦੀਆਂ ਮਾਈਆਂ ਪੰਜਾਬ ਦੀਆਂ ਤੇਰੇ ਟੁੱਟੇ ਨੇ ਤੇਰੇ ਕੋਲ ਪਾਣੀ ਪਿਆ ਮਹਾਰਾਜ ਸੇਵਾ ਕਰਾ ਲਓ ਸੇਵਾ ਕਰਾ ਲਓ ਸੇਵਾ ਕਰਾ ਲਓ ਵੀ ਹੱਥ ਪੈਰ ਠੀਕ ਨੇ ਅੱਖਾਂ ਰੱਬ ਨੇ ਦਿੱਤੀਆਂ ਪਾਠ ਕਰ ਪੈਰਾਂ ਨਾਲ ਚੰਗੇ ਪਾਸੇ ਚੁੱਲ ਕੇ ਚੱਲ ਕੇ ਜਾ ਅਤੇ ਟੁੱਟੇ ਨੇ ਸੋ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੋ ਅਤੇ ਸੇਵਾ ਤਾਂ ਫਿਰ ਜ਼ਰੂਰ ਕਰਾਂਗੇ ਸੇਵਾ ਤੇ ਕਰ ਲਾਂਗੇ ਸਤਿਗੁਰ ਜੇ ਆਪ ਕਰਾਵੇ 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 ਕਰ ਲਾਂਗੇ ਸਤਿਗੁਰ ਜੀ ਆਪ ਕਰਾਵੇ ਸੇਵਾ ਤੇ ਕਰ ਲਾਂਗੇ ਸਤਿਗੁਰ ਜੀ ਆਪ ਕਰਾਵੇ ਸੇਵਾ ਤੇ ਕਰ ਲਾਂਗੇ ਸਤਿਗੁਰ ਜੀ ਆਪ ਕਰਾਵੇ ਸੇਵਾ ਤੇ ਕਰ ਲਾਂਗੇ ਸਤਿਗੁਰ ਜੀ ਆਪ ਕਰਾਵੇ ਮਿਹਨਤ ਕਰੇ ਤੰਦਰੁਸਤੀ ਹੈ ਅਤੇ ਸਭ ਠੀਕ ਹੈ ਹੱਥ ਪੈਰ ਹੁੰਦਿਆਂ ਪੈਰ ਹੁੰਦਿਆਂ ਨਹੀਂ ਤੁਰਿਆ ਜਾਂਦਾ ਅੱਖਾਂ ਹੁੰਦਿਆਂ ਰੱਬ ਨੇ ਸਾਧਨ ਦਿੱਤੇ ਨੇ ਮਿਹਨਤ ਕਰੋ ਆ ਨਿੱਕੀ ਜਿਹੀ ਗੱਲ ਲੈ ਲਓ ਤੁਸੀਂ ਆ ਢੋਲਕੀ ਦੀ ਇਹਨਾਂ ਲੋਕਾਂ ਨੇ ਵੀ ਮਿਹਨਤਾਂ ਕੀਤੀਆਂ ਇਹਨੂੰ 70-80 ਹੱਥ ਆਉਂਦੇ ਅਤੇ ਪਹਿਲਾਂ ਵਜਾਉਂਦਾ ਹੁੰਦਾ ਮਨਜੀਤ ਸਿੰਘ ਉਹਨੂੰ ਆਉਂਦਾ 250 ਹੱਥ ਉਹ ਰਾੜਾ ਸਭੋ ਸਿੱਖੀ ਕਿੰਗਰੀ ਕੋਲੋਂ 3-4 ਸਾਲ ਲਾਏ ਨਾ ਉਸਤਾਦ ਦੀਆਂ ਖਾਧੀਆਂ ਨਾ ਮਾਰਾਂ ਐਂ ਕਰਕੇ ਬੈਠੇ ਨੇ ਅਤੇ ਢੋਲਕੀ ਵੀ ਨਹੀਂ ਸੀ ਆਉਣੀ ਅਤੇ ਰੱਬ ਨੂੰ ਮਿਲਣਾ ਤਾਂ ਬੜੀ ਵੱਡੀ ਗੱਲ ਹੈ ਆ ਨਿੱਕੀਆਂ ਨਿੱਕੀਆਂ ਚੀਜ਼ਾਂ ਐਂ ਚੁੱਪ ਕਰਕੇ ਬਹਿ ਜਾਵੇ ਐਂ ਕਰਕੇ ਬੁਰਕੀ ਵੀ ਤੋੜ ਕੇ ਮੂੰਹ 'ਚ ਪਾਉਣੀ ਪੈਣੀ ਹੈ ਅੱਗੇ ਭਾਵੇਂ ਸਾਰਾ ਦਿਨ ਸਾਡੀ ਭੁੱਖ ਨਹੀਂ ਦੂਰ ਹੁੰਦੀ ਵੀ ਟੁੱਟੇ ਨੇ ਖਾ ਲਿਆ ਹੁਣ ਤਾਂ ਅੱਗੇ ਪਈ ਹੈ ਇਸ ਤਰ੍ਹਾਂ ਹੀ ਸੇਵਾ ਉਹ ਮਾਈ ਕਹਿ ਰਹੀ ਉਹ ਕੱਖ ਪਾਣੀ ਉਹ ਕਹਿੰਦੀ ਪਾ ਲਾ ਘੜੀ ਸੁ ਤੇਰੇ ਕੋਲ ਉਹ ਮਾਤਾ ਪਾਣੀ ਕਹਿੰਦੇ ਤੇਰੇ ਟੁੱਟੇ ਪਾ ਲਾ ਤੈਨੂੰ 20 ਵਾਰੀ ਆਖਿਆ ਇਸ ਸਾਡੇ ਹੱਥ ਪੈਰ ਨੇ ਅਸੀਂ ਸੇਵਾ ਕਰ ਸਕਦੇ ਹਾਂ ਸਵੇਰੇ ਉੱਠ ਸਕਦੇ ਹਾਂ ਪਾਠ ਕਰ ਸਕਦੇ ਹਾਂ ਗੁਰਦੁਆਰੇ ਜਾ ਸਕਦੇ ਹਾਂ ਸੱਚੇ ਪਾਤਸ਼ਾਹ ਤੰਦਰੁਸਤੀ ਦਿੱਤੀ ਅਤੇ ਹੋਰ ਪਾਈ ਹੁਣ ਸਾਨੂੰ ਰੱਬ ਬਾਹਾਂ ਫੜ ਫੜ ਕੇ ਹਿਲਾਵੇ ਉਹ ਗੁਪਤ ਸ਼ਕਤੀਆਂ ਵਰਤਦੀਆਂ ਇਹ ਇਸ ਕਰਕੇ ਇਹਨਾਂ ਗੱਲਾਂ ਦੇ ਪ੍ਰਮਾਣ ਅਨੇਕ ਦਿੱਤੇ ਗਏ ਨੇ ਕੱਲ੍ਹ ਦਾ ਦੀਵਾਨ ਪਛੀਆਪੁਰ ਗੁਰਦੁਆਰਾ ਸਾਹਿਬ ਬਣਿਆ ਨਵਾਂ ਥੋੜ੍ਹੇ ਸਮੇਂ ਤੋਂ ਬਾਬਾ ਦੀਪ ਸਿੰਘ ਜੀ ਜਨਮ ਦੇ ਪ੍ਰਥਾਏ ਸ਼ਹੀਦੀ ਦੇ ਪ੍ਰਥਾਏ 2:30 ਵਜੇ ਤੱਕ ਕਥਾ ਹੋਣੀ ਕੱਲ੍ਹ 10 ਵਜੇ ਤੋਂ ਲੈ ਕੇ ਪਰਸੋਂ 29 ਤਰੀਕ ਭਾਈ ਨਿਰਮਲ ਸਿੰਘ ਜੀ ਜਿਹੜੇ ਪੰਜਾਂ ਪੈਰਾਂ 'ਚ ਹੁੰਦੇ ਅਤੇ ਨੌਰੀ ਉੱਥੇ 30 ਤਰੀਕ ਦਾ ਖਟੀਮੇ ਅਤੇ ਫਿਰ ਆ ਗਈ 1 ਫਰਵਰੀ 1 ਫਰਵਰੀ ਨੂੰ ਅੰਮ੍ਰਿਤ ਵੀ ਛਕਾਇਆ ਜਾਂਦਾ ਹਜ਼ਾਰਾਂ ਸੰਗਤ ਬੱਸਾਂ ਟਰੱਕਾਂ ਗੱਡੀਆਂ ਮੋਟਰਾਂ ਜਿਹੜਾ ਜਿਹੜਾ ਜਾ ਸਕਦਾ ਭਾਈ ਅਗਲੇ ਦੀਵਾਨ ਉੱਥੇ ਦੱਸੇ ਜਾਣਗੇ ਇੱਕ ਹੋਰ ਬੜਾ ਵੱਡਾ ਜੋੜ ਮੇਲਾ ਆ ਰਿਹਾ ਮਹਿਕਲਗੰਜ ਦੇ ਕੋਲ ਉਰਲੇ ਪਾਸੇ ਨਾਲ ਹੀ ਹੈ ਬਾਈਪਾਸ 'ਤੇ 1 ਕਿਲੋਮੀਟਰ ਚੱਲੀਏ ਬਾਈਪਾਸ 'ਤੇ 1 ਕਿਲੋਮੀਟਰ ਲਹਿੰਦੇ ਹੋਏ ਪਿੰਡ ਦਾ ਨਾਂ ਸਿਮਰੋ ਨਰਾਇਣ 25 ਅਤੇ 26 ਫਰਵਰੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਥਾਏ ਉੱਥੇ ਕਥਾ ਹੋਣੀ ਹੈ ਉਹ ਯੂਪੀ ਦੇ ਲੇਵਲ ਦਾ ਹੋ ਰਿਹਾ ਬੱਸਾਂ 'ਤੇ ਟਰੱਕਾਂ 'ਤੇ ਗੱਡੀਆਂ 'ਤੇ ਮੋਟਰਾਂ 'ਤੇ ਬੇਅੰਤ ਸੰਗਤ ਇਕੱਠੀ ਹੋਏਗੀ ਉਹ ਪਹਿਲੇ ਤਾਂ ਦੱਸਿਆ ਜਾਏਗਾ ਹੁਣ ਪੰਜ ਸਾਹਿਬ ਨੰਦ ਸਾਹਿਬ ਪੜ੍ਹ ਲੈਣ ਆਪ ਸਭ ਮਾਈ ਭਾਈ ਗੁਰੂ ਸਤੋਤਰ ਵਿੱਚ ਬੋਲੋ ਅਰਦਾਸ ਗੁਰੂ ਮਹਾਰਾਜ ਦਾ ਹੁਕਮਨਾਮਾ ਪ੍ਰਸ਼ਾਦ ਗੁਰੂ ਕਾ ਲੰਗਰ ਛਕਣਾ ਬਹੁਤ ਸਾਰੀਆਂ ਵਿਚਾਰਾਂ ਹੋਈਆਂ ਗੁਰੂ ਸਾਹਿਬ ਕਿਰਪਾ ਕਰਨ ਸਮੱਤ ਬਖਸ਼ਣ ਅਸੀਂ ਉਹਨਾਂ ਦੇ ਬਚਨਾਂ 'ਤੇ ਚੱਲ ਕੇ ਆਪਣਾ ਜਨਮ ਸਫਲਾ ਕਰੀਏ ਸੇਵਾ ਸਿਮਰਨ ਕਰੋ ਹੁਣ ਗੁਰੂ ਸਤੋਤਰ ਪੜ੍ਹੋ ਧੰਨ ਹੈ ਤਨ ਤਨ ਜੀ ਗੁਰੂ ਨਾਨਕ ਸਾਹਿਬ ਜੀ ਤਨ 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 ਗੁਰੂ ਨਾਨਕ ਸਾਹਿਬ ਜੀ ਤਨ 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 ਜੀ ਗੁਰੂ ਨਾਨਕ ਸਾਹਿਬ ਜੀ
धन है धन है धन है धन है गुरु अंगद साहब जी धन धन है धन है धन है जी गुरु अमरदास साहब धन है धन है धन है धन है गुरु अमरदास साहब धन है धन है धन है धन है जी गुरु रामदास साहब धन है धन है धन है धन है गुरु रामदास साहब धन है धन 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 गुरु अर्जुन देव सब धन 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 जी गुरु हर गोबिंद सेव धन है धन है धन है धन है गुरु हर गोबिंद सेव धन 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 जी गुरु श्री हर राय सेव धन है धन है धन है धन है गुरु श्री हर राय सेव धन धन है धन है धन है गुरुदेव सब धन 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 जी गुरु गोविंद सिंह सेव धन है धन है धन है धन है गुरु गोविंद सिंह सब धन 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 गुरु ग्रंथ साहिब जी धन धन है धन है धन है गुरु ग्रंथ साहिब जी धन है धन है वाहिगुरु धन है तेरा पंथ खालसा धन है धन वाहिगुरु धन है जी तेरी साध संगत सेव धन धन है वाहिगुरु धन है साध संगत जी धन सतनाम श्री वाहिगुरु बोल वाहिगुरु बोल कदे ना डोल सतनाम श्री वाहिगुरु बोल वाहिगुरु बोल कदे ना सुख रास ताको बिघन न को लागे जाकी प्रभ आगे अरदास अरदास एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर के गुरु नानक लई त्याए फिर अंगद गुरु ते अमरदास रामदास हई सहाय अर्जुन हर गोबिंद नो सिमरो श्री हर राय श्री हर कृष्ण त्याईया जिस डिठे सब दुख जाए तेग बहादुर सिमरे करुणानिध आवे ताए सब थाई होए सहाय सब थाई होए सहाय
दसवें पातशाह साहब श्री गुरु गोबिंद सिंह जी महाराज सब थाई होना जी सहाय सब थाई होए सहाय दसां पातशाहियां दी जोत धन 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 सतगुरु गुरु ग्रंथ साहब जी दे पाठ दर्शन दार दे ध्यान धर के बोलो जी वाहेगुरु पंजां प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वंड छकिया देख चलाई ते गवाही वेख के अणडिठ कीता तिन्हां प्यारियां सचियारियां दी कमाई दा ध्यान धर के बोलो जी वाहेगुरु जिन्हां सिंघां सिंघणियां त्रमहेत सीस दत्ते चरखड़ियां ते चढ़े बंद बंद कटाए खोपड़ियां लुहाईयां आरिया नाल तन चिरवाए माइया ने सवा सवा मण पीसने पीसे बच्चिया दे टुकड़े करवा गला छार पवाए भाणे नूं मिठा करके मन्निया सिखी केसा सवासा सिंघ नवाही पंजां तख्तां सरबत गुरुद्वारिआं दा ध्यान धर खालसा जी बोलो जी वाहेगुरु सबों खालसा जी की अरदास सबों खालसा जी को वाहेगुरु 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 नाम चित आवे चित आवन का सदका सर्व सुख होवे जहां जहां खालसा जी साहिब तहां तहां रचिआ रियायत देख तेग फतेह बिरद की पैज रहे पंथ की जीत श्री साहिब जी सहाय खालसा जी के बोल वाले बोलो जी वाहेगुरु सिखां दा मन नीवा मत उच्ची मत पद के राखे आप वाहेगुरु बख्शना जी गुरसेवकां नूं सिखी दान रहत दान विवेक दान वसाह दान भरोसा दान नाम दान श्री अमृतसर साहिब जी दे दर्शन इशनान चौंकियां झंडे बंगे जुगो जुग अटल धर्म का जयकार ਸਲੋਕ ਮਹੱਲਾ ਦੂਜਾ ਆਪੇ ਜਾਣ ਕਰਿਆ ਪਾਪਿਆਂ ਨੇ ਰਾਸ ਤੇ ਸਗੇ ਨਾਨਕਾ ਖਲੇ ਕੀਚੇ ਅਰਦਾਸ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀਆਂ ਬੇਅੰਤ 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 ਰਹਿਮਤਾਂ ਵਰਸੀਆਂ ਹਨ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਮਹਿੰਦਰ ਸਿੰਘ ਜੀ ਉਹਨਾਂ ਦੇ ਗੁਰਸੇਵਕ ਪਰਿਵਾਰ ਨੇ ਆਪ ਜੀ ਦੇ ਚਰਨ ਪਰਸੇ ਹਨ आप जी की पावन हजूरी विच सजे दीवान विच अरशी गुरबाणी के मनोर कीर्तन वख्यान होए हन जी आनंद साहब जी की अरदास अखरवाद घाट पुल चुखिमा करनी निम्रता सहित गुरसेवकों वालों आप जी ने सुंदर पोशाक के पेट किए गए हैं जी अंगीकार करनी गुरसेवकों के लोग परलोक पड़ते कजने आप जी की पावन हजूरी विच कड़ा प्रसाद की देग आदि गुरु के लंगर हाजिर हैं अनेक प्रकार भोजन बहु किए बहु व्यंजन मिष्टाए करी पाक साल सोच पवित्रा हुण लाभ हो भोग हर राए गुरु किया देगा गुरु के लंगर अतुट वर्तन छकद्या छकंद नाम चित आई जी जो माई पाई दूर नेड़े तो चल के तिलफ लै के आप जी के चरणों में हाजिर होए हैं ਸਾਰਿਆਂ ਦੀਆਂ ਤਿਲਫੁਲ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਜੀ ਕਦਮ ਲਿਖੇ ਲਾਉਣੇ ਸਵਾਸ ਸਫਲੇ ਬਣਾਉਣੇ ਪੜ੍ਹਦੇ ਸੁਣਦੇ ਸਰਬੱਤ ਦਾ ਭਲਾ ਕਰਨਾ ਆਪ ਜੀ ਦੇ ਪਿਆਰੇ ਗੁਰਸੇਵਕ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਜੀ ਵਿਘਨਾਂ ਸੰਕਟਾਂ ਦੇ ਨਾਸ ਕਰਨੇ ਕਾਲ ਕੰਡਕ ਦੂਰ ਕਰਨੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਕਾਰੋਬਾਰ 'ਚ ਵਾਧੇ ਬਖਸ਼ਣੇ ਆਪ ਜੀ ਦੇ ਚਰਨਾਂ ਦਾ ਪਿਆਰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਤੰਦਰੁਸਤੀਆਂ ਜੀਵਨ ਵਿੱਚ ਸਫਲਤਾਵਾਂ ਦੇ ਇਸ ਧਰਮ ਦੇ ਸੇਵਾਦਾਰ ਬਣਾਉਣੇ ਜੀ ਗੁਰਮਤਿ ਰੂਹਾਨੀ ਮਿਸ਼ਨ ਦੇ ਜਥੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ ਬਾਬਾ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਸਰੀਰਕ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਕੇ ਆਪਣੇ ਪੰਥ ਖਾਲਸੇ ਵਿੱਚ ਕੀਰਤਨ ਦੀ ਸੇਵਾ ਚੜ੍ਹਦੀ ਕਲਾ ਨਾਲ ਕਰਾਉਣੀ ਹੁਕਮਨਾਵਿਆਂ ਨਾਲ ਨਿਹਾਲ ਕਰੋ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤ ਆਏ ਨਾਨਕ ਨਾਮ ਚੜ੍ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗੇ ਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਵੋ ਚਹ
रखो शब्द मैले राज करेगा पक्की रहे न कोई खुआर हुए सब मिलेंगे बचे वाहिगुरु नाम जहाज है चढ़े सोतरे पार जो सरदा कर सेवंद वाहिगुरु बोले सोनिहाल सतनाम श्री वाहे गुरु जी तरजी अरे एक टेक तो लाहे बिडनी आस नानक नाम त्याई है करज आवे रास सतनाम श्री वाहे गुरु जी सोरठ महला पंजवा भुखे खावत लाज ना आवे त्यों हर जन हर गुण गावे भुखे खावत लाज न आवे त्यों हर जन हर गुण गावे अपने काज कहो क्यों अलकाई जित सिमरन दरगह मुख उजल सदा सदा सुख पाइए रहाओ ज्यों कमी काम लुभावे त्यों हरदास हर जस गा पावे ज्यों माता बाल लपटावे त्यों ज्ञानी नाम कमावे गुर पूरे ते पावे जन नानक नाम त्यावे गुर पूरे ते पावे जन नानक नाम त्यावे